एक ओंकार सतगुर प्रसाद गौड़ी बावन अखरी महला पंजवां श्लोक। गुरदेव माता गुरदेव पिता गुरदेव स्वामी परमेश्वरा। गुरदेव माता गुरदेव पिता गुरदेव स्वामी गुरदेव स्वामी परमेश्वरा। तीन गल्लां ने हुण गुरदेव वास्ते, माता भी उही है पिता भी उही है। ਇਹਦਾ ਮਤਲਬ ਆ ਕੋਈ ਆਦਮੀ ਤਾਂ ਹੋ ਨਹੀਂ ਸਕਦਾ, ਦੇਹਧਾਰੀ ਤਾਂ ਹੋ ਨਹੀਂ ਸਕਦਾ। ਦੇਹਧਾਰੀਆਂ 'ਚ ਮਾਤਾ ਪਿਤਾ ਦੋ ਹੋਣਗੇ, ਇੱਕ ਨਹੀਂ ਹੋ ਸਕਦਾ। ਜੇ ਉਹਦਾ ਸਰੀਰ ਹੈ ਤਾਂ ਮਾਤਾ ਪਿਤਾ ਇੱਕ ਬੰਦਾ ਨਹੀਂ ਹੋ ਸਕਦਾ, ਇੱਕ ਬੋਡੀ ਨਹੀਂ ਹੋ ਸਕਦੀ। ਬੋਡੀਆਂ ਦੋ ਹੋਣਗੀਆਂ, ਦੋ ਹੀ ਆਤਮਾਵਾਂ ਹੋਣਗੀਆਂ, ਆਤਮਾ ਵੀ ਦੋ ਹੋਣਗੀਆਂ, ਬੋਡੀਆਂ ਵੀ ਦੋ ਹੋਣਗੀਆਂ। ਹੁਣ ਇਹ ਮਾਇਆ ਤੋਂ ਪਰੇ ਦੀ ਗੱਲ, ਮਾਇਆ ਦੇ ਵਿੱਚ ਤਾਂ ਹੋ ਹੀ ਨਹੀਂ ਸਕਦਾ ਇੱਕ ਜਣਾ ਮਾਤਾ ਪਿਤਾ, ਕਿਵੇਂ ਹੋਜੂਗਾ? ਮਾਇਆ 'ਚ ਨਹੀਂ ਪੋਸੀਬਲ ਹੈ ਗੱਲ। ਜੇ ਅਸੀਂ ਮਾਇਆ 'ਚ ਅਰਥਾਵਾਂਗੇ ਬਿਲਕੁਲ ਗਲਤ ਹੈ, ਇਹ ਗੱਲ ਨਹੀਂ ਬਣਦੀ। ਮਾਂ ਹੋਊ ਅਲੱਗ, ਪਿਓ ਹੋਊ ਅਲੱਗ, ਇਹ ਨਿਰਾਕਾਰੀ ਦੁਨੀਆਂ ਦੀ ਗੱਲ ਹੈ ਸਾਰੀ ਹੋਈ, ਇੱਥੋਂ ਸ਼ੁਰੂ ਹੈ ਨਿਰਾਕਾਰੀ ਦੁਨੀਆਂ ਤੋਂ ਹੋਈ ਹੈ। ਜੀਵ ਆਤਮਾ ਦਾ ਮਾਤਾ ਪਿਤਾ ਕੌਣ ਹੈ? ਜੀਵਾਤਮਾ ਇਸ ਤਰੀਕੇ ਨਾਲ ਪੈਦਾ ਨਹੀਂ ਹੁੰਦੀ ਜਿਸ ਤਰੀਕੇ ਨਾਲ ਸਰੀਰ ਪੈਦਾ ਹੁੰਦਾ, ਇੱਦਾਂ ਨਹੀਂ ਪੈਦਾ ਹੁੰਦੀ। ਜੀਵਾਤਮਾ ਕਿਵੇਂ ਪੈਦਾ ਹੁੰਦੀ ਹੈ? ਜਿਵੇਂ ਸੂਰਜ 'ਚੋਂ ਕਿਰਨ ਪੈਦਾ ਹੁੰਦੀ ਹੈ, ਸੂਰਜ ਵਿੱਚ ਕਿਰਨ ਨਹੀਂ ਪੈਦਾ ਹੁੰਦੀ। ਜਿਵੇਂ ਤੇਲ 'ਚੋਂ ਰੋਸ਼ਨੀ ਪੈਦਾ ਹੁੰਦੀ ਹੈ, ਤੇਲ 'ਚੋਂ ਰੋਸ਼ਨੀ ਪੈਦਾ ਹੁੰਦੀ ਹੈ। ਕਿਆ ਇਉਂ ਕਹਿ ਲਓ, ਤੇਲ 'ਚੋਂ ਤਾਂ ਰੋਸ਼ਨੀ ਜੇ ਪੈਦਾ ਕਰਾਂਗੇ, ਸਰ੍ਹੋਂ ਦੇ ਚੋਂ ਬੱਤੀ ਦੀ ਲੋੜ ਪਊਗੀ, ਬੱਤੀ ਤੋਂ ਬਿਨਾਂ ਵੀ ਰੋਸ਼ਨੀ ਪੈਦਾ ਹੋ ਜਾਂਦੀ। ਤੇਲ ਨੂੰ ਬਹੁਤ ਤੇਜ਼ ਗਰਮ ਕਰਦੀ ਆ, ਆਪੇ ਭਾਫ ਬਣ ਜਾਂਦੀ, ਅੱਗ ਲੱਗ ਜਾਂਦੀ ਹੁੰਦੀ ਤੇਲ, ਡਾਇਰੈਕਟ ਤੇਲ ਨੂੰ ਅੱਗ ਲੱਗ ਜਾਂਦੀ ਹੈ। ਚਾਹੇ ਸਰ੍ਹੋਂ ਦਾ ਹੋਵੇ, ਚਾਹੇ ਕਾਸੇ ਦਾ ਵੀ ਹੋਵੇ, ਡੀਜ਼ਲ ਹੋਵੇ, ਚਾਹੇ ਕਰੂਡ ਆਇਲ ਹੋਵੇ, ਕਾਸੇ ਦਾ ਵੀ ਹੋਵੇ, ਜਦ ਉਹਨੂੰ ਪੂਰਾ ਗਰਮ ਕਰ ਦੋਗੇ ਉਹਨੂੰ ਅੱਗ ਪੈ ਜਾਣੀ ਹੈ, ਬੱਤੀ ਦੀ ਲੋੜ ਨਹੀਂ ਹੈ। ਗੈਸ ਹੈ, ਪੈਟਰੋਲ ਹੈ, ਮਿੱਟੀ ਦਾ ਤੇਲ, ਆਪੇ ਅੱਗ ਲੱਗ ਜਾਂਦੀ ਹੈ। ਖਾਸ ਹੀਟ ਤੱਕ ਗਰਮ ਕਰਦੀ, ਅੱਗ ਆਪੇ ਪੈ ਜਾਂਦੀ। ਉਹਨੂੰ ਲਹਿਰ ਪਾਣੀ 'ਚੋਂ ਪੈਦਾ ਹੁੰਦੀ ਹੈ, ਕਿਸੇ ਚੀਜ਼ ਦੇ ਪ੍ਰਭਾਵ ਨਾਲ, ਹਵਾ ਦੇ ਪ੍ਰਭਾਵ ਨਾਲ ਪੈਦਾ ਹੁੰਦੀ। ਉਹ ਵੀ ਇੱਕ ਚੀਜ਼ 'ਚੋਂ ਇੱਕ ਚੀਜ਼ ਪੈਦਾ, ਪਾਣੀ 'ਚੋਂ ਹੀ ਲਹਿਰ ਪੈਦਾ ਹੋਈ ਹੈ ਨਾ। ਪਾਣੀ ਹੀ ਲਹਿਰ ਦਾ ਮਾਤਾ, ਪਾਣੀ ਹੀ ਪਿਤਾ। ਪੈਦਾ ਹੋਈ ਹੈ ਜਿਹੜੀ ਚੀਜ਼, ਜੇ ਅਸੀਂ ਸੰਸਾਰ ਦੇ ਵਿੱਚ ਮਾਤਾ ਪਿਤਾ ਮੰਨਦੇ ਹਾਂ ਵੀ ਮਾਤਾ ਪਿਤਾ ਤੋਂ ਬਿਨਾਂ ਕੋਈ ਚੀਜ਼ ਪੈਦਾ ਨਹੀਂ ਹੁੰਦੀ, ਤਾਂ ਪਾਣੀ ਨੂੰ ਮੈਂ ਮਾਤਾ ਕਹਾਂਗੇ, ਪਾਣੀ ਨੂੰ ਮੈਂ ਪਿਤਾ ਕਹਾਂਗੇ। ਲਹਿਰ ਦਾ, ਲਹਿਰ ਵਿੱਚੋਂ ਪੈਦਾ ਹੋਈ ਹੈ। ਇਸ ਤਰੀਕੇ ਨਾਲ ਜਿਹੜੀ ਜੋਤ ਹੈ, ਮਨ, ਮਨ ਇੱਛਾਵਾਂ ਦਾ ਨੋ, ਮਨ ਇੱਛਾਵਾਂ ਦਾ ਨੋ, ਜਿਹੜੀ ਲਹਿਰ ਉੱਠਦੀ ਹੈ ਨਾ ਅੰਦਰ ਸਾਡੇ, ਲੋਭ ਲਹਿਰ ਇੱਛਾ ਉੱਠਦੀ ਹੈ, ਉਹਦਾ ਨੋ ਮਨ। ਜਿੰਨਾ ਚਿਰ ਉੱਠਦੀ ਹੈ ਉਨਾ ਚਿਰ ਮਨ ਹੈ, ਜਦ ਉਹ ਬੰਦ ਹੋ ਜਾਂਦੀ ਹੈ ਮਨ ਮਰ ਜਾਂਦਾ, ਮਨ ਹੈ ਨਹੀਂ। ਹੁਣ ਇੱਛਾ ਜਿਹਦੇ ਵਿੱਚੋਂ ਉੱਠਦੀ ਹੈ ਉਹੀ ਉਹਦਾ ਮਾਤਾ ਹੈ, ਉਹੀ ਉਹਦਾ ਪਿਤਾ। ਆਖਰ ਇੱਛਾ ਪਾਣੀ ਦੇ ਵਿੱਚੋਂ ਲਹਿਰ ਉੱਠੀ, ਜੋਤ ਵਿੱਚੋਂ ਲਹਿਰ ਉੱਠਦੀ ਹੈ ਉਹਨੂੰ, ਜੋ ਜਿਹਦੇ 'ਚੋਂ ਲਹਿਰ ਉੱਠਦੀ ਹੈ ਉਹਨੂੰ ਜੋਤ ਕਹਿੰਦੇ ਨੇ। ਜੋਤ ਕੀ ਹੈ? ਜੋਤ ਨੂੰ ਬੁੱਧ ਕਹਿੰਦੇ ਨੇ, ਬੁੱਧੀ ਵਿੱਚ ਲਹਿਰ ਉੱਠਦੀ ਹੈ। ਤਾਂ ਹੀ ਹਿੰਦੂ ਮਤ ਦੇ ਗ੍ਰੰਥਾਂ 'ਚ ਲਿਖਿਆ ਵੀ ਮਨ ਬੁੱਧੀ ਨੇ ਪੈਦਾ ਕੀਤਾ, ਬੁੱਧੀ ਨੇ ਪੈਦਾ ਨਹੀਂ ਕੀਤਾ, ਬੁੱਧੀ ਵਿੱਚੋਂ ਪੈਦਾ ਹੋ ਗਿਆ ਮਨ। ਇਹ ਫਿਰ ਇਹ ਕਹਿੰਦੇ ਮਾਇਆ ਨੇ ਪੈਦਾ ਕੀਤਾ ਮਨ, ਮਾਇਆ ਮਨ ਨਹੀਂ ਪੈਦਾ ਕਰ ਸਕਦੀ, ਮਾਇਆ ਮਨ ਨਹੀਂ ਪੈਦਾ ਕਰ ਸਕਦੀ। ਕੋਈ ਚੀਜ਼ ਦੇਖੀ ਹੈ, ਦੇਖੀ ਕਿਹਨੇ? ਅਕਲ ਨੇ, ਜੋਤ ਨੇ, ਜੋਤ ਅਕਲ ਇੱਕੋ ਚੀਜ਼ ਦੇ ਦੋਨੋਂ ਨੇ। ਭਾਵੇਂ ਅਸੀਂ ਇਹਨੂੰ ਬੁੱਧੀ ਨੂੰ ਚਿੱਤ ਕਹਿ ਲੈਂਦੇ ਹਾਂ, ਅਰੇ ਬੁੱਧੇ, ਬੁੱਧ ਚਿੱਤ ਦਾ ਇੱਕੋ ਹੀ ਰੂਪ ਹੈ, ਮਾਤਾ ਪਿਤਾ, ਪਿਤਾ ਰੂਪ ਚਿੱਤ ਹੋ ਗਿਆ, ਮਾਤਾ ਰੂਪ 'ਚ ਬੁੱਧ ਹੋ ਗਈ।
जे माता रूप कहोगे तो बुद्ध है, जे पिता रूप कहोगे तो चित है, नौ दो ने चीज को उधर मन में इच्छा पैदा होती है। इच्छा जड़ी पैदा होती है क्यों होती है, देखे तो पैदा होती है, कुछ देखना कहते अखा ना देखना, ਇਹਦੇ ਕੋਲ ਪੰਜ ਦਰਸ਼ਨ ਨੇ, ਪੰਜ ਇੱਕ ਨਹੀਂ ਹੈ। ਪੰਜ ਕਿਸਮ ਦੇ ਇਹਦੇ ਗਿਆਨ ਇੰਦਰੇ ਨੇ, ਪੰਜ ਕਿਸਮ ਦੇ ਦਰਸ਼ਨ ਕਰਦਾ। ਉਹ ਤਾਂ ਛੇ ਕਿਸਮ ਦੇ ਕਰਦਾ ਪਰ ਛੇਵਾਂ ਅਲੱਗ ਹੈ। ਉਹ ਡਾਇਰੈਕਟ ਬੁੱਧੀ ਉਹ ਕਰਦੀ ਹੈ, ਅਕਲੇ ਕਰਦੀ, ਅਕਲੀ ਸਾਹਿਬ ਸੇਵੀ ਹੈ, ਅਕਲੇ ਕੀ ਜਾਇਦਾਦ। ਮਾਇਆ ਦੇ ਦਰਸ਼ਨ ਪੰਜ ਪ੍ਰਕਾਰ ਦੇ ਨੇ, ਜਿੱਥੇ ਤੱਕ ਮਾਇਆ ਹੈ ਉਹ ਪੰਜ ਪ੍ਰਕਾਰ ਦੇ ਨੇ। ਦੇਖ ਕੇ, ਸੁਣ ਕੇ, ਸੁੰਘ ਕੇ, ਜੀਭ ਨਾਲ ਚੱਟ ਕੇ, ਚਹਿ ਕੇ, ਔਰ ਹੱਥ ਨਾਲ ਟੋਹ ਕੇ, ਸਪਰਸ਼ ਕਰਕੇ, ਪੰਜ ਪ੍ਰਕਾਰ ਦਾ ਦਰਸ਼ਨ ਹੈ। ਇਹ ਸਾਰੇ ਹੀ ਦਰਸ਼ਨ ਨੇ। ਅਸਲ 'ਚ ਅਸੀਂ ਇੱਕ ਚੀਜ਼ ਨੂੰ ਅੱਖਾਂ ਨੂੰ ਦੇਖਣ ਨੂੰ ਦਰਸ਼ਨ ਮੰਨਦੇ ਹਾਂ, ਬਾਕੀਆਂ ਨੂੰ ਦਰਸ਼ਨ ਮੰਨਦੇ ਨਹੀਂ। ਜਿਹੜੇ ਛੀ ਦਰਸ਼ਨ ਕਿਹਾ, ਚਾਹੇ ਇਹਨਾਂ ਨੇ ਗ੍ਰੰਥ ਬਣਾ ਲਏ, ਛੇ ਦਰਸ਼ਨ ਗ੍ਰੰਥ ਹੋਣਗੇ ਆਪਣੀ ਜਗ੍ਹਾ, ਪਰ ਜਿਹੜੀ ਧਰਮ ਦੀ ਭਾਸ਼ਾ ਵਿੱਚ ਛੇ ਦਰਸ਼ਨ ਆਦਮੀ ਨਾਲ ਸੰਬੰਧਿਤ ਨੇ, ਆਦਮੀ ਦੀ ਸਰੀਰ ਨਾਲ ਸੰਬੰਧਿਤ ਨੇ। ਪੰਜ ਗਿਆਨ ਇੰਦਰੇ, ਛੇਵਾਂ ਬ੍ਰੇਨ, ਸਿੱਧਾ ਹੀ ਦਿਮਾਗ ਨਾਲ ਅਸੀਂ ਆਦਮੀ ਦੀ ਅੱਖ ਪਛਾਣ ਕੇ ਦੇਖ ਲੈਣਾ, ਜਿਵੇਂ ਪੁਲਿਸ ਵਾਲੇ ਦੇਖ ਲੈਂਦੇ ਨੇ ਕਿ ਆਦਮੀ ਠੀਕ ਹੈ ਗਲਤ ਹੈ। ਅਨੁਮਾਨ ਲਾ ਲੈਣਾ, ਅਨੁਮਾਨ ਵੀ ਆਪਾਂ ਅੰਦਾਜ਼ਾ ਵੀ ਲਾਉਂਦੇ ਹਾਂ, ਉਹ ਛੇਵਾਂ ਦਰਸ਼ਨ। ਕਈਆਂ ਦੇ ਅਨੁਮਾਨ ਬੜੇ ਸਟੀਕ ਹੁੰਦੇ ਨੇ, ਸਟੀਕ ਅਨੁਮਾਨ ਲਾ ਲੈਂਦੇ ਨੇ, ਉਹ ਵੀ ਦਰਸ਼ਨ ਨੇ। ਛੇ ਦਰਸ਼ਨ ਨੇ, ਛੇ ਪ੍ਰਕਾਰ ਦਾ ਦਰਸ਼ਨ। ਪੰਜ ਪ੍ਰਕਾਰ ਦਾ ਦਰਸ਼ਨ ਤਾਂ ਹੈਗਾ ਮਾਇਆ ਦੇ, ਛੇਵੀਂ ਪ੍ਰਕਾਰ ਦਾ ਚਾਹੇ ਮਾਇਆ ਦਾ ਵੀ ਹੋਵੇ ਪਰ ਮਾਇਆ ਤੋਂ ਪਰੇ ਅਲੱਗ ਹੈ, ਨਾਪ ਤੋਲ ਉਹਦਾ ਕੋਈ ਨਹੀਂ, ਉਹ ਬੁੱਧੀ ਦੇ ਲੈਵਲ 'ਤੇ, ਇਕੱਲੀ ਬੁੱਧੀ ਦੇ ਲੈਵਲ 'ਤੇ ਹੈ। ਹੁਣ ਜਿਹੜਾ ਜੀਵ ਆਤਮਾ ਇੱਥੇ ਇਹ ਬੋਲ ਰਿਹਾ, ਜਿਹੜਾ ਸਰੀਰ ਦੇ ਵਿੱਚ ਜੀਵ ਆਤਮਾ ਉਹ ਅੱਧਾ ਸਾਬਤ ਨਹੀਂ ਹੈ, ਇੱਕ ਤਾਂ ਜਨਮ ਲੈਂਦਾ ਹੀ ਨਹੀਂ, ਜਿਹੜਾ ਏਕ ਆ ਇੱਕ ਹੈ ਉਹਦਾ ਜਨਮ ਮਰਨ ਤੇ ਪਰੇ। ਇੱਕ ਤਾਂ ਅਜੂਨੀ ਹੈ, ਇੱਕ ਨਾਲ ਅਜੂਨੀ ਲੱਗਿਆ ਨਾ, ਫਿਰ ਜਿਹੜੇ ਜੂਨ ਦੇ ਵਿੱਚ ਹੈ ਉਹ ਇੱਕ ਨਹੀਂ ਹੈ। ਫਿਰ ਨਿਯਮ ਇਹ ਹੈ ਗੁਰਬਾਣੀ ਦਾ, ਯਾਨੀ ਇਹ ਸੱਚ ਹੈ ਗੁਰਬਾਣੀ ਦਾ, ਮੈਂ ਨਿਯਮ ਨਹੀਂ ਕਹਿ ਸਕਦਾ ਇਹਨੂੰ, ਸੱਚ ਹੈ ਗੁਰਬਾਣੀ, ਸੱਚ ਕਹਿੰਦੀ ਹੈ। ਜਿਹੜੇ ਲੋਕਾਂ ਨੇ ਇਹਨੂੰ ਨਿਯਮ ਬਣਾ ਲਿਆ ਜਾਂ ਸਿਧਾਂਤ ਬਣਾ ਲਿਆ, ਉਹ ਗਲਤ ਹੈ। ਸੱਚ ਹੈ, ਸੱਚ ਕੋਈ ਨਿਯਮ ਨਹੀਂ ਹੁੰਦਾ, ਨਿਯਮ ਬਦਲਦਾ ਸੱਚ ਨਹੀਂ ਬਦਲਦਾ, ਨਿਯਮ ਤਾਂ ਬਦਲ ਜੂਗਾ, ਸਿਧਾਂਤ ਤਾਂ ਬਦਲ ਸਕਦਾ, ਸੱਚ ਨਹੀਂ ਬਦਲਦਾ। ਜਿਹੜੇ ਕਹਿੰਦੇ ਹਨ ਗੁਰਬਾਣੀ ਦਾ ਸਿਧਾਂਤ ਹੈ, ਉਹਨਾਂ ਨੂੰ ਅਕਲੇ ਥੋੜ੍ਹੀ ਹੈ, ਵਿਦਵਾਨ ਨੇ ਉਹ। ਗੁਰਬਾਣੀ 'ਚ ਸੱਚ ਹੈ, ਕੋਈ ਸਿਧਾਂਤ ਨਹੀਂ ਗੁਰਬਾਣੀ 'ਚ, ਸਿਧਾਂਤ ਅੱਜ ਬਦਲ ਜੂ, ਅੱਜ ਹੋਰ ਹੈ, ਕੱਲ੍ਹ ਨੂੰ ਬਦਲ ਸਕਦੇ ਹੋ ਤੁਸੀਂ ਸਿਧਾਂਤ ਨੂੰ। ਸਿਧਾਂਤ ਪਰਿਵਰਤਨਸ਼ੀਲ ਹੈ, ਸਿਧਾਂਤ ਲਫ਼ਜ਼ ਘੜਿਆ ਕੀ ਨੇ, ਕਿੱਥੋਂ ਆਇਆ ਸਿਧਾਂਤ? ਸਿਧਾਂਤ ਲਫ਼ਜ਼ ਜਿਹੜਾ ਹੈਗਾ ਗੁਰਬਾਣੀ 'ਚ ਕਿਉਂ ਨਹੀਂ ਆਇਆ? ਸਿਧਾਂਤ ਦਾ ਲਿਮਿਟਡ ਅਰਥ ਹੈਗਾ, ਸੱਚ ਨਾਲ ਮੇਲ ਨਹੀਂ ਖਾਂਦਾ ਇਹਦਾ ਅਰਥ। ਜਿੱਥੇ ਤੱਕ ਕਿਸੇ ਨੂੰ ਦੀਨ ਹੈ ਉੱਥੇ ਨਿਗਾਹ ਜਾਂਦੀ ਹੈ, ਜਿੰਨੀ ਤੇਜ਼ ਨਿਗਾਹ ਉਦੋਂ ਦੂਰ ਚਲੀ ਜਾਊ, ਉਦੋਂ ਦੂਰ ਚਲੀ ਜਾਊ, ਉਦੋਂ ਦੂਰ ਚਲੀ ਜਾਊ। ਜਿੱਥੇ ਤੱਕ ਕਿਸੇ ਦੀ ਬੁੱਧੀ ਕੰਮ ਕਰਦੀ ਹੈ ਉੱਥੇ ਤੱਕ ਉਹਦਾ ਸਿਧਾਂਤ ਕੰਮ ਕਰਦਾ। ਸਿੱਧੀ ਸਿੱਧੀ ਜਿਹੜਾ ਲਫ਼ਜ਼ ਹੈ ਨਾ, ਸਿੱਧ, ਸੱਸੇ ਨੂੰ ਸਿਹਾਰੀ, ਧੱਦੇ ਨੂੰ ਸਿਹਾਰੀ, ਇਹਦਾ ਅਰਥ ਸਮਝ ਹੈ। ਇਹ ਅਰਥ ਗੁਰਬਾਣੀ 'ਚ ਸਮਝ ਹੈ, ਦਸਮ ਗ੍ਰੰਥ 'ਚ ਵੀ ਇਹਦਾ ਅਰਥ ਸਮਝ ਹੈ। ਅਸੀਂ ਹਿੰਦੂ ਮਤ ਦੇ ਗ੍ਰੰਥ ਵਾਲਿਆਂ ਦਾ ਅਰਥ ਲੈ ਲਿਆ,
ਇਹ ਗਲਤੀ ਕੀਤੀ ਹੈ, ਇੱਥੇ ਵੀ ਕੀਤੀ ਹੈ, ਉੱਥੇ ਵੀ ਕੀਤੀ ਹੈ। ਗੁਰਬਾਣੀ 'ਚ ਕਿਤੇ ਵੀ ਇਹਦਾ ਅਰਥ ਨਾ ਦਸਮ ਗ੍ਰੰਥ 'ਚ ਨਾ ਇਹ 'ਚ, ਸਿੱਧੀ ਦਾ ਅਰਥ ਸਮਝ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਬੁੱਧ ਬਦਲੀ ਸਿੱਧ ਪਾਈ, ਜਾਂ ਬਦਲ ਗਈ ਬੁੱਧ ਸਮਝ 'ਚ ਆ ਗਈ ਗੱਲ, ਜਿਹੜੀ ਗੱਲ ਨਹੀਂ ਸੀ ਸਮਝ 'ਚ ਆਈ ਗ੍ਰੰਥਾਂ ਦੇ ਸਾਰਿਆਂ ਦੇ, ਕਬੀਰ ਕਹਿੰਦਾ ਮੈਨੂੰ ਸਮਝ 'ਚ ਆ ਗਈ, ਪਰ ਉਹ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਉਹਦੇ ਨਾਲ ਹੀ ਸਮਝ 'ਚ ਆਈ ਸੀ। ਹੁਣ ਬਦਲੀ ਹੈ, ਹੋਰ ਕੁਛ ਪੜ੍ਹਿਆ, ਅਲੱਗ ਕਿਸਮ ਦੀ ਗ੍ਰੰਥ ਪੜ੍ਹੇ ਨੇ, ਉਹਦੇ ਨਾਲ ਬੁੱਧ ਬਦਲੀ, ਉਹ ਪਹਿਲੀ ਸੋਚ ਚਲੀ ਗਈ। ਪਹਿਲੀ ਤਾਂ ਸੋਚ ਕਹਿੰਦੀ ਮੂਰਤੀ 'ਚ ਹੈ, ਕਣ ਕਣ 'ਚ ਹੈ, ਕਣ ਕਣ 'ਚ ਹੁੰਦਾ ਨਹੀਂ, ਮੂਰਤੀ 'ਚ ਹੁੰਦਾ ਨਹੀਂ, ਕਣ ਕਣ 'ਚ ਨਹੀਂ ਹੈ, ਘੱਟ ਘੱਟ ਮੈਂ ਹਰਜੂ ਵਸੇ ਹਾਂ, ਹਰਜੂ ਫਿਰ ਤਾਂ ਲਿਪਤ ਹੋ ਗਿਆ, ਜੇ ਕਣ ਕਣ 'ਚ ਫਿਰ ਤਾਂ ਲਿਪਤ ਹੈ, ਫਿਰ ਤਾਂ ਮਾਇਆ 'ਚ ਲਿਪਤ ਹੋ ਗਿਆ। ਨਾਲੇ ਕਹਿੰਦੇ ਮਾਇਆ 'ਚ ਲਿਪਤ ਨਹੀਂ ਹੈ, ਨਾਲੇ ਕਹਿੰਦੇ ਕਣ ਕਣ 'ਚ, ਇੱਥੇ ਫਸੇ ਨੇ ਸਾਰੇ ਲੋਕ, ਧਰਮ ਜਿਹੜੇ ਕਹਿੰਦੇ ਨੇ ਕਣ ਕਣ 'ਚ ਹੈ ਉਹ ਧਰਮ ਠੀਕ ਨਹੀਂ ਹਨ, ਗੁਰਬਾਣੀ ਨਹੀਂ ਇਸ ਗੱਲ ਨੂੰ ਮੰਨਦੀ, ਸਾਡੇ ਵਿਦਵਾਨ ਫਿਰ ਕਹੀ ਜਾਂਦੇ ਨੇ ਕਣ ਕਣ 'ਚ, ਅਸਲ 'ਚ ਉਹਨਾਂ ਨੂੰ ਗੁਰਬਾਣੀ ਦਾ ਨਹੀਂ ਪਤਾ। ਗੁਰਬਾਣੀ ਨੇ ਡਿਫਰੈਂਟ ਕਿਸਮ ਦੀ ਉਲਟ ਕਿਸਮ ਦੀ ਗੱਲ ਕਹੀ ਹੈ, ਗੁਰਬਾਣੀ ਵਾਲੀ ਲਈ ਨਹੀਂ, ਕਣ ਕਣ ਵਾਲੀ ਲੈ ਲਈ ਉਹਨਾਂ ਨੇ। ਹੋਰ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹ ਬਹੁਤ ਛੋਟੀ ਉਹਨਾਂ ਦੀ ਸੋਚ ਹੈ, ਵਿਦਵਾਨ ਦੀ ਵੀ ਸੋਚ ਛੋਟੀ ਹੁੰਦੀ ਹੈ, ਉਹ ਛੋਟੀ ਸੋਚ ਵਾਲਿਆਂ ਨੇ ਛੋਟੀ ਸੋਚ ਨੂੰ ਅਪਣਾ ਲਿਆ, ਇਹ ਉਹਨਾਂ ਦੀ ਬੁੱਧੀ ਅਤੇ ਪਰੇ ਦੀ ਗੱਲ ਸੀ। ਵਿਦਵਾਨਾਂ ਨੇ ਇਹ ਸਮਝ ਆਉਣੀ ਸੀ ਬੁੱਧ ਬਦਲੀ ਅਤੇ ਡਿਵੈਲਪਮੈਂਟ ਹੋਈ, ਅਤੇ ਬੁੱਧ ਡਿਵੈਲਪ ਕੀਤੀ ਨਹੀਂ, ਇਹਦੇ ਨਾਲ ਸਮਝ ਆਈ ਨਹੀਂ ਗੱਲ। ਸਿੱਧੀ ਦਾ ਅਰਥ ਸਮਝ ਹੈ, ਸਿਧਾਂਤ ਲਫ਼ਜ਼ ਕਿੱਥੋਂ ਬਣੇ, ਜਿੱਥੇ ਜਾ ਕੇ ਮਨੁੱਖੀ ਬੁੱਧੀ ਖਤਮ ਹੋ ਜਾਂਦੀ ਹੈ, ਸਿੱਧੀ ਦਾ ਅੰਤ ਹੋ ਜਾਂਦਾ, ਸਮਝ ਦਾ ਅੰਤ ਹੋ ਜਾਂਦਾ, ਉੱਥੋਂ ਗਾਹਾਂ ਨੂੰ ਦੀਂਦਾ ਹੀ ਨਹੀਂ, ਦੀਂਦਾ ਨਹੀਂ, ਉਹ ਸਿਧਾਂਤ ਬਣ ਗਏ ਇਹਨਾਂ ਦੇ। ਜਿੱਥੇ ਜਾ ਕੇ ਆਦਮੀ ਦੀ ਅਕਲ ਖਤਮ ਹੋ ਗਈ, ਉੱਥੇ ਤੱਕ ਦਾ ਉਹਨਾਂ ਨੇ ਪ੍ਰਮਾਣ ਦੇ ਦਿੱਤਾ, ਉਹ ਸਿਧਾਂਤ ਬਣ ਗਏ। ਗੁਰਮਤਿ ਦੀ ਬੁੱਧੀ ਉਦੋਂ ਦੇ ਲੰਮੀ ਨਜ਼ਰ ਕਾਹਦੇ ਲਿਖਿਆ ਸੀ, ਲੰਮੀ ਨਜ਼ਰ ਨਹੀਂ ਸੀ ਬਾਕੀ ਮਤਾਂ ਦੀ, ਕਹਿੰਦੇ ਜਿੱਥੇ ਖੜ ਗਏ ਤੋਂ ਗਾਹਾਂ ਦੇਖੋ, ਹੁਣ ਗੁਰਬਾਣੀ ਉਦੋਂ ਗਾਹਾਂ ਦਿਖਾੜਦੀ ਹੈ। ਦੇ ਲੰਮੀ ਨਜ਼ਰ ਨਿਹਾਲੀ ਹੈ, ਸਾਰੀਆਂ ਮਤਾਂ ਨੂੰ ਕਹੀ ਹੋਈ ਹੈ ਗੱਲ, ਇਹਦੀ ਕੀ ਲੋੜ ਸੀ ਕਹਿਣ ਦੀ। ਇੱਥੇ ਇੱਕ ਤਾਂ ਸਿਖਾਲਾ ਹੀ ਹੈ ਖੜਨਾ, ਜਿੱਥੇ ਸਿੱਖ ਖੜੇ ਨੇ ਇੱਥੇ ਪੰਡਿਤ ਵੀ ਖੜਾ ਹੀ ਸੀ, ਸੰਸਾਰੀ ਬੁੱਧੀ ਵਾਲੇ ਇੱਥੇ ਅੱਗੇ ਖੜਦੇ ਹੁੰਦੇ ਨੇ ਤਾਂ ਗਾਹਾਂ ਨਹੀਂ ਜਾ ਸਕਦੇ ਹੁੰਦੇ। ਤਾਂ ਬੁੱਧ ਬਦਲਦੀ ਹੈ, ਜੇ ਬੁੱਧ ਬਦਲੀ ਹੋ ਨਹੀਂ ਹੈ ਤਾਂ ਮੋਹ ਛੁੱਟ ਕਿਵੇਂ ਜਾਊ, ਜੇ ਬੁੱਧ ਬਦਲੀ ਹੋ ਨਹੀਂ ਤਾਂ ਲੋਭ ਛੁੱਟ ਕਿਵੇਂ ਜਾਊ, ਜੇ ਬੁੱਧ ਬਦਲੀ ਹੋਈ ਨਹੀਂ ਹੈ ਤਾਂ ਕ੍ਰੋਧ ਛੁੱਟ ਕਿਵੇਂ ਜਾਊ। ਇਹ ਸਭ ਕੁਝ ਛੁੱਟਣਾ ਬੁੱਧ ਬਦਲੀ ਤੋਂ ਬਾਅਦ। ਈਰਖਾ, ਦੁਵੇਖ, ਦੁਵੇਸ਼, ਆਪਣਾ, ਪਰਾਇਆ, ਇਹ ਸਭ ਕੁਝ ਕਿਵੇਂ ਤਿਆਗ ਹੋ ਜੂਗਾ। ਇਹ ਸਭ ਕੁਝ ਛੁੱਟੂ ਤਾਂ ਜੇ ਬੁੱਧ ਬਦਲੂਗੀ, ਜਿੰਨਾ ਚਿਰ ਬੁੱਧ ਬਦਲਦੀ ਨਹੀਂ ਕੁਛ ਨਹੀਂ ਛੁੱਟਣਾ, ਸਿੱਖਾਂ ਦਾ ਕੁਛ ਨਹੀਂ ਛੁੱਟਿਆ ਹੋਇਆ, ਜਦ ਬਦਲੂ ਸਭ ਕੁਛ ਪੱਕੇ 'ਤੇ ਬਦਲਦਾ, ਕੱਚੇ ਦਾ ਨਹੀਂ ਬਦਲਦਾ। ਪੱਕਾ ਫਲ ਆਪੇ ਛੱਡ ਦਿੰਦਾ ਦਰਖਤ ਨੂੰ, ਜੀ ਜੋ ਪੈਦਾ ਹੁੰਦਾ ਉਹਨੂੰ ਛੱਡ ਦਿੰਦਾ। ਮਾਇਆ ਤੋਂ ਵਿੱਚ ਮਨ ਪੈਦਾ ਹੋਇਆ, ਸਰੀਰ 'ਚ ਮਨ ਪੈਦਾ ਹੋਇਆ, ਸਰੀਰ ਮਾਇਆ ਨਾ, ਇਹਨੂੰ ਸਰੀਰ ਨੂੰ ਛੱਡੂਗਾ ਜਾਂ ਪੱਕ ਗਿਆ। ਪੱਕਣ ਦੀ ਨਿਸ਼ਾਨੀ ਕੀ ਹੈ, ਜਦ ਇਹ ਸੱਚ ਕਬੂਲ ਕਰ ਲੈਂਦਾ ਨਾ, ਸੱਚ ਇਹਨੂੰ ਮਿੱਠਾ ਲੱਗਦਾ, ਪੱਕ ਜਾਂਦਾ, ਹੋਰ ਕੋਈ ਇਹਦੀ ਨਿਸ਼ਾਨੀ ਨਹੀਂ। ਜਿੰਨਾ ਚਿਰ ਇਹਨੂੰ ਸੱਚ ਕੌੜਾ ਲੱਗਦਾ ਉਨਾ ਚਿਰ ਮਾਇਆ ਮਿੱਠੀ ਲੱਗਦੀ ਹੈ, ਝੂਠ ਮਾਇਆ, ਦੋ ਚੀਜ਼ਾਂ ਨੇ ਸੰਸਾਰ 'ਚ, ਇੱਕ ਝੂਠ ਕੂੜ, ਇੱਕ ਸੱਚ। ਜਿੰਨਾ ਚਿਰ ਮਨ ਨੂੰ ਸੱਚ ਮਿੱਠਾ ਨਹੀਂ ਲੱਗਦਾ, ਉਹਨਾਂ 'ਚ ਇਹ ਸਰੀਰ ਨੂੰ ਮਾਇਆ ਦਾ ਮੋਹ ਛੱਡ ਨਹੀਂ ਸਕਦਾ। ਪੱਕੀ ਨਿਸ਼ਾਨੀ ਹੈ ਇਹ, ਸੱਚ ਹੈ, ਸਿਧਾਂਤ ਕੋਈ ਨਹੀਂ ਹੈ, ਸਿਧਾਂਤ ਕੋਈ ਨਹੀਂ।
सिद्धांत का अंत होंगे, सिद्धांत का तो पिछे अंत लगे होया, यह अनंत की गल है। बनना ने अनंत, तुसी करता वह अंत, सिद्धांत का तो अंत है, बाद अंत लग्या सिद्धांत अंत। यह अंत विहीन गल है, अंत विहीन अनाथ, अंत मनता अंत कित्थे, अंत कित्थे। सिद्धांत सारे माया के अंदर ने, माया तो परे सच है, माया के अंदर सिद्धांत ने सारे। इस करके जिनी साड़ी अज गलबात है ठीक है, सिखी सब माया के अंदर अंदर है, बाहर नहीं है। माया तो बाहर का दर्शन किसी ने नहीं कराया, आत्मा का दर्शन किसी ने नहीं कराया, किसी को नहीं होया, किसी ने नहीं समझाया। माया के अंदर अंदर की गल है, इस करके सिद्धांत कबूले हुए उन्होंने, और उस मत का भी अज अंत हो गया जिहड़ी साढ़े कोल है। असी समझ लिया भी गुरमत नहीं है, अंत हो गया। जिहड़ी चीज अज रिजल्ट नहीं दे रही, जिहड़े चाहिए ने सानू, जिहड़ी दवाई वो इलाज नहीं कर रही, इसका मतलब वह अंत हो गया, वो औद आ गई। सियाने बंदे कह रहे सिखी नहीं है, सिखी है तो कुछ होर है। मन जितया जाना सी, मन ने बदलना सी, नाम मिलना सी, नाम दे रिजल्ट आने सी, जो पिछे तत्तियां तबियां ते बैठे ने, पिछे जो कुछ होए ने, वो जा हुण क्यों नहीं हो सकता। नाम नहीं ना है, चीज नहीं ना है, उहदे नाले होना सी, फिर हो जू, फिर हो गया, फिर हो जू। वो सच नहीं साढ़े को रहा। सिद्धांत सिर्फ माया के अंदर अंदर होंगे ने, लिमिटेड बुद्धि वालों की कार्ड होंगी है सिद्धांत, लिमिटेड बुद्धि, जिहड़ी बुद्धि का अंत होना है। वो कबीर की बुद्धि सी जी का अंत हो गया, जिहड़ा बीच रचिया होया ना, अंत आई ना पक्की बाणी, पहला कच्ची बाणी है। कच्ची माया तो प्रभावित है, सारी कच्ची माया के अंदर है। जो अज प्रचार हो रहा है सिखा का, सब कच्चा है, पक्का कुछ नहीं है। पक्का होंगे जोत नाल, डायरेक्ट जोत की गल, गुरबाणी पक्की बाणी है। गुरदेव माता गुरदेव पिता कह के निरी जोत की गल की है, माया की गल ही नहीं है, पक्की बाणी जो है। जे माया की गल होंगी, माता पिता दो होंगे, दो होंगे ना, तू मेरा पिता, तू है मेरा माता, मेरा मेरी माता नहीं है, क्यों एक है। साड़ी बोली तो मेरा माता होंदा नहीं, मेरी माता होंदा, इतने मेरा माता आ गया। विद्वान तो कहणगे भी गुरु अनपढ़ सीगे, या तो गलती ना लिखा गया, यह एवं उट पटांग लिखा है, छोड़ो पर की पढ़ना है, कदा ग्रंथ है, इन्हों तो पता ही नहीं है बोली की होंगी, क्योंकि वह अपनी बोली जानते हैं, माया धारियां वाली बोली जानते हैं, गुरमुखा वाली निराकारियां वाली बोली नहीं जानते। गुरमुख का निराकार है, गुरमुख माया बिच उदासी, गुरमुख देह च हुंदा होया भी देह नाल जुड़िया होया नहीं हुंदा, सतगुर देह दे विच हुंदा होया भी देह नाल जुड़िया होया नहीं हुंदा, सप्प खट च बिरमी च हुंदा होया भी बिरमी नाल जुड़िया होया नहीं हुंदा, एवें लगता है सानू सप्प बिरमी नाल जुड़िया होया हुंदा है, अड हुंदा है। वो जोत हमेशा ही शरीर तो अड हुंदी है, हमेशा ही, चाहे वह ज्ञानी है चाहे अज्ञानी है। ताही तां निकल जाती है, पता भी नहीं लगता, शरीर का वजन घट जाता, की घटता शरीर का जो जोत निकल जाती है, कोई जोर लगता है। ये तो सिर्फ यदा मनिया होया, मनिया होया उन्हें, मन ने जोत ने मनिया होया भी शरीर मेरा है, मनिया होया और फसया फसया होया कुछ नहीं है। यदा जो मनिया होया उ बस गल हैगी, उन्हें मनिया होया, उन्हें मनिया नहीं होया,
ਉਹਨੇ ਤਾਂ ਮੰਨ ਲਿਆ ਵੀ ਮੇਰਾ, ਉਹਨੇ ਮੰਨਿਆ ਨਹੀਂ ਹੋਇਆ ਮੇਰਾ। ਜਦੋਂ ਮੰਨ ਲਵੇ ਨਾ ਕੋਈ ਮੇਰਾ ਔਰ ਨਾ ਮੰਨੇ ਮੇਰਾ, ਜੀਵਨ ਬਦਲ ਜਾਂਦਾ ਇਹਦੇ 'ਚ। ਇੱਕ ਮੁੰਡਾ ਇੱਕ ਕੁੜੀ ਆ, ਉਹਨਾਂ ਦਾ ਵਿਆਹ ਕਰਤਾ ਆਪਾਂ ਨੇ, ਉਹਨਾਂ ਨੇ ਮੰਨ ਲਿਆ, ਜੀਵਨ ਬਦਲ ਗਿਆ ਨਾ। ਜਿੱਦਣ ਉਹਨਾਂ ਨੇ ਮੰਨ ਲੈਣਾ ਵੀ ਇਹ ਮੇਰਾ ਨਹੀਂ, ਉਹ ਮੇਰਾ ਨਹੀਂ, ਜੀਵਨ ਫਿਰ ਉਹੋ ਜਿਹੇ ਹੋ ਜਾਣਾ। ਕਿੰਨਾ ਫਰਕ ਪੈ ਗਿਆ ਨਾ ਮੰਨਣ ਚਰ ਮੰਨਣ 'ਚ, ਦੁਨੀਆ ਬਦਲ ਗਈ। ਬਸ ਮੇਰਾ ਨਾ ਮੇਰਾ ਮੰਨਣ ਦਾ ਫਰਕ ਹੈ। ਜੇ ਸਰੀਰ ਮੇਰਾ ਤਾਂ ਗੱਲ ਹੋਰ ਹੈ, ਜੇ ਸਰੀਰ ਮੇਰਾ ਨਹੀਂ ਤਾਂ ਗੱਲ ਹੋਰ ਦੁਨੀਆ, ਉਹ ਹੋਰ ਦੁਨੀਆ। ਦੁਨੀਆ ਬਦਲਦੀ ਹੈ, ਸੰਸਾਰ ਬਦਲਦਾ ਹੈ, ਸਿਰਫ ਸਰੀਰ ਨੂੰ ਮੇਰਾ ਮੰਨਣ 'ਚ ਔਰ ਸਰੀਰ ਨੂੰ ਨਾ ਮੇਰਾ ਮੰਨਣ 'ਚ, ਆਪਣੇ ਸਰੀਰ ਨੂੰ। ਦੂਏ ਦੀ ਬਾਅਦ ਦੀ ਗੱਲ ਹੈ, ਜੇ ਆਪਣਾ ਹੀ ਮੇਰਾ ਨਹੀਂ ਤਾਂ ਦੂਏ ਦਾ ਮੇਰਾ ਕਿੱਥੋਂ ਹੋ ਗਿਆ? ਦੂਏ ਦਾ ਤਾਂ ਮੇਰਾ ਪਹਿਲਾਂ ਹੀ ਨਹੀਂ ਹੈ, ਦੂਏ ਦਾ ਤਾਂ ਦੂਏ ਦਾ ਹੀ ਹੈ, ਮੇਰਾ ਪਹਿਲਾਂ ਹੀ ਨਹੀਂ ਹੈ। ਗੱਲ ਤਾਂ ਆਪਣੇ ਦੀ। ਇਸ ਕਰਕੇ ਮੰਨੇ ਕੀ ਗਤੀ ਕਹੀ ਨਾ ਜਾਏ, ਗੱਲ ਮੰਨਣ 'ਤੇ ਖੜੀ ਹੈ, ਸੁਣਨ 'ਤੇ ਨਹੀਂ ਖੜੀ ਹੈ, ਸਮਝਣ 'ਤੇ ਨਹੀਂ ਖੜੀ ਹੈ। ਸੁਣ ਕੇ ਸਮਝ ਵੀ ਲਵੇ ਤਾਂ ਵੀ ਕੁਛ ਨਹੀਂ ਫਰਕ ਪੈਂਦਾ, ਮੁੱਖ ਗਿਆਨੀ ਕਹਿੰਦੇ ਨੇ ਉਹਨੂੰ। ਸਮਝ ਲਈ ਗਿਆਨ ਤਾਂ ਹੋ ਗਿਆ ਨਾ, ਮੰਨਿਆ ਨਹੀਂ ਉਹ ਮੁੱਖ ਗਿਆਨੀ ਹੈ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਹੈ ਫਿਰ ਵੀ ਸਰੀਰ ਮੰਨਿਆ ਹੋਇਆ ਮੇਰਾ, ਸਰੀਰ ਕਰਕੇ ਮ੍ਰਿਤਕ ਹੈ, ਮ੍ਰਿਤਕ ਪਿੰਡ ਨਾਲੇ ਜੁੜਿਆ ਹੋਇਆ, ਮ੍ਰਿਤਕ ਹੈ ਉਹ। ਜੇ ਪ੍ਰੀਤ ਨਹੀਂ ਭਗਵੰਤ, ਜੇ ਭਗਵੰਤ ਨਾਲ ਪ੍ਰੀਤ ਹੈ ਫਿਰ ਸਰੀਰ ਮੇਰਾ ਨਹੀਂ ਹੈ, ਜੇ ਸਰੀਰ ਨਾਲ ਪ੍ਰੀਤ ਹੈ ਫਿਰ ਭਗਵੰਤ ਨਾਲ ਨਹੀਂ ਹੈ। ਜੇ ਸਰੀਰ ਨਾਲ ਪ੍ਰੀਤ ਹੈ, ਪ੍ਰੀਤ ਇੱਕ ਨਾਲ ਹੋਊਗੀ ਦੋ ਨਾਲ ਨਹੀਂ ਹੋਣੀ। ਕਬੀਰ ਪ੍ਰੀਤ ਇੱਕ ਸੋਂ ਕੀ ਹੈ, ਆਣ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰੜ ਮੁੰਡਾਏ, ਪ੍ਰੀਤ ਇੱਕ ਨਾਲ ਹੋਊ ਦੋ ਨਾਲ ਹੋ ਨਹੀਂ ਸਕਦੀ। ਜਿਹੜੀ ਸੱਚੀ ਪ੍ਰੀਤ ਹੈ ਇੱਕ ਨਾਲ ਹੁੰਦੀ ਹੈ, ਝੂਠੀ ਜਿੰਨਾ ਨਾਲ ਮਰਜ਼ੀ ਕਰ ਲਓ, ਝੂਠੀ ਦਾ ਕੀ ਹੈ ਜਿੰਨਾ ਨਾਲ ਮਰਜ਼ੀ ਕਰ ਲਓ, ਉਹਦੀ ਕਿਸੇ ਨਾਲ ਵੀ ਨਹੀਂ ਹੁੰਦੀ। ਜਿਹਦੀ ਬਹੁਤਿਆਂ ਨਾਲ ਪ੍ਰੀਤ ਹੈ ਉਹਦੀ ਕਿਸੇ ਨਾਲ ਵੀ ਨਹੀਂ। ਗੱਲ ਮੰਨਣ 'ਤੇ ਖੜੀ ਹੈ, ਮੰਨੇ 'ਤੇ ਜੀਵਨ ਬਦਲਣਾ, ਵਰਨਾ ਬਦਲਣਾ ਕੋਈ ਨਹੀਂ। ਸੁਣਦੇ ਹਾਂ ਅਸੀਂ, ਸਮਝਦੇ ਹਾਂ, ਜਦੋਂ ਅਸੀਂ ਇਹਨੂੰ ਮੰਨ ਕੇ ਚੱਲਾਂਗੇ ਫਿਰ ਖੋਜ ਸ਼ੁਰੂ ਹੋਊਗੀ। ਕਿਉਂਕਿ ਮੰਨੂ ਮਨ ਤਾਂ ਜੇ ਖੋਜਿਆ ਜਾਊਗਾ। ਸੁਣ ਲੈਂਦੇ ਹਾਂ, ਸਮਝ ਵੀ ਮਾੜਾ ਮੋਟਾ ਲੈਂਦੇ ਹਾਂ, ਗਾਂਹ ਚਲੇ ਜਾਂਦੇ ਹਾਂ। ਖੋਜੇ ਦੇ ਬਿਨਾਂ ਜਿੰਨਾ ਚਿਰ ਅੱਖੀ ਨਹੀਂ ਦੇਖਦਾ ਉਨਾ ਚਿਰ ਮੰਨਦਾ ਹੈ ਨਹੀਂ, ਜਿੰਨਾ ਚਿਰ ਖੋਜ ਪਰਖ ਨਹੀਂ ਲੈਂਦਾ ਉਨਾ ਚਿਰ ਮਨ ਮੰਨਦਾ ਹੈ ਨਹੀਂ। ਪਰਖ ਕੇ ਮੰਨਦਾ, ਪਰਖ ਕੇ ਮੰਨਦਾ। ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਮਾਤਾ ਗੁਰਦੇਵ ਪਿਤਾ। ਗੁਰਦੇਵ ਕਹਿੰਦੇ ਨੇ ਗੁਰ ਕਹਿੰਦੇ ਨੇ ਗਿਆਨ ਨੂੰ, ਦੇਵ ਕਹਿੰਦੇ ਨੇ ਦੇਣ ਵਾਲੇ ਨੂੰ। ਗੁਰਦੇਵ ਦਾ ਲਫ਼ਜ਼ੀ ਮਤਲਬ ਹੈ ਗਿਆਨ ਦੇਣ ਵਾਲਾ, ਗਿਆਨ ਕਾ ਦਾਤਾ ਗੁਰਦੇਵ ਹੁੰਦਾ। ਅੱਧਾ ਗੁਰਦੇਵ ਹੈ ਇਹ, ਜਿਹੜਾ ਸ਼ੁੱਧ ਮਨ ਹੈ ਨਾ ਸ਼ੁੱਧ, ਉਹ ਸ਼ੁੱਧ ਕਾਤੇ ਰਹਿ ਗਿਆ, ਉਹ ਵਿਗੜਿਆ ਨਹੀਂ, ਅੱਧਾ ਵਿਗੜ ਗਿਆ। ਹੁਣ ਉਹ ਜਿਹੜਾ ਅੱਧਾ ਹੈ ਇਹਨੂੰ ਸਮਾਰਨ ਵਾਸਤੇ ਇਹਨੂੰ ਅਕਲ ਦਿੰਦਾ, ਤੂੰ ਹੋਰ ਨਾ ਵਿਗੜ, ਜਿੰਨਾ ਵਿਗੜਿਆ ਉਹ ਵੀ ਠੀਕ ਹੋ ਜਾ। ਉਹ ਆਪਣੇ ਵਰਗਾ ਕਰਨਾ ਚਾਹੁੰਦਾ ਇਹਨੂੰ, ਕਦੋਂ ਤਾਂ ਵਿਗੜ ਗਿਆ ਇੱਕ ਵਿਗੜਿਆ ਨਹੀਂ। ਉਹ ਜਿਹੜਾ ਨਹੀਂ ਵਿਗੜਿਆ ਉਹ ਵਿਗੜਿਆ ਇਹਨੂੰ ਠੀਕ ਕਰਨਾ ਚਾਹੁੰਦਾ, ਸਿੱਖਿਆ ਦੇ ਕੇ ਕਿ ਇਹ ਕਾਰਨ ਕਰਕੇ ਤੂੰ ਹੋਰ ਵਿਗੜ ਜਾਏਗਾ, ਆਹ ਕੰਮ ਨਾ ਕਰ। ਦੋਹਾਂ ਦੀ ਰਾਏ ਤਾਂ ਨਹੀਂ ਰਲਦੀ, ਇੱਕ ਹੁੰਦੀ, ਇੱਕ ਵਿਗੜਿਆ ਹੋਇਆ, ਇੱਕ ਵਿਗੜਿਆ ਹੋਇਆ ਹੈ ਨਹੀਂ। ਇੱਕ ਦੀ ਸਿਹਤ ਵਿਗੜ ਗਈ ਐਂ ਕਹਿ ਲਓ, ਚਲੋ
एक दी सेहत खराब होगी एक दी सेहत ठीक है जिहदी सेहत खराब होई उह की खांदा रहा की सोचदा रहा की करदा रहा जिहदे करके सेहत खराब होई है दूआ उहनूं दस रहा है ਵੀ ਤੂੰ ਆਹ ਕੁਛ ਕਰ ਲਿਆ ਆਹ ਕੁਛ ਸੋਚ ਲਿਆ ਆਹ ਕੁਛ ਖਾ ਲਿਆ ਤਾਂ ਸਿਹਤ ਖਰਾਬ ਹੋਈ ਹੈ ਦੇਖ ਮੈਂ ਇਹ ਕੁਛ ਕੀਤਾ ਨਹੀਂ ਮੈਂ ਠੀਕ ਠਾਕ ਹਾਂ ਤੂੰ ਠੀਕ ਠਾਕ ਨਹੀਂ ਜੇ ਕੁਛ ਮਾਇਆ ਦੇ ਵਿੱਚ ਆ ਕੇ ਕਰਨ ਆਇਆ ਸਿਹਤ ਠੀਕ ਕਰਨ ਆਇਆ ਹੈ ਸਿਹਤ ਜਿਹਦੀ ਖਰਾਬ ਹੈ ਉਹ ਠੀਕ ਕਰਨ ਆਇਆ ਹੁਣ ਅੱਧੇ ਦੀ ਖਰਾਬ ਹੈ ਨਾ ਅਤੇ ਸਰੀਰ 'ਚ ਅੱਧਾ ਹੀ ਹੈ ਨਾ ਉਸੇ ਦੀ ਸਿਹਤ ਖਰਾਬ ਹੈ ਉਸਨੇ ਠੀਕ ਕਰਨੀ ਆਪਣੀ ਦੂਆ ਤਾਂ ਉਹਨੂੰ ਨਾਲ ਖੜਾ ਹੈ ਉਹਦੇ ਸਰੀਰ ਦਾ ਸਾਹ ਉਹ ਲੈਂਦਾ ਨਹੀਂ ਸਾਹ ਨਹੀਂ ਆਉਂਦਾ ਸਰੀਰ ਨੂੰ ਇਹ ਸੌ ਜਾਂਦਾ ਸਾਹ ਕੌਣ ਲਵੇ ਉਹ ਤਾਂ ਇਹਦੀ ਮਦਦ ਵਾਸਤੇ ਨਾਲ ਦਾ ਅੱਧਾ ਤਾਂ ਇਹਦੀ ਮਦਦ ਵਾਸਤੇ ਹੈ ਮਦਦ ਵੀ ਕਰਦਾ ਹੈ ਮਦਦ ਕਾਹਦੀ ਕਰਦਾ ਸਾਹ ਉਹ ਲੈਂਦਾ ਸਰੀਰ ਨੂੰ ਇਹ ਸੁਣਦਾ ਇਹ ਸਰੀਰ ਦਾ ਕੰਮ ਇਹ ਲੈਂਦਾ ਸਰੀਰ ਤੋਂ ਬਿਨਾਂ ਇਹਨੇ ਠੀਕ ਨਹੀਂ ਹੋਣਾ ਸਾਹ ਤੋਂ ਬਿਨਾਂ ਸਰੀਰ ਨਹੀਂ ਰਹਿਣਾ ਦੋ ਕੰਮ ਇਹ ਨਹੀਂ ਕਰ ਸਕਦਾ ਸਾਹ ਵੀ ਆਪ ਲਵੇ ਸੋਚੇ ਵੀ ਆਪ ਸਾਹ ਲੈਣ ਦੇ ਉਹਦੀ ਡਿਊਟੀ ਸਰੀਰ ਨੂੰ ਜਿਉਂਦਾ ਰੱਖਣ ਦੀ ਡਿਊਟੀ ਉਹਦੀ ਇਸ ਕਰਕੇ ਕਿਹਾ ਉਹਨੂੰ ਜਦੋਂ ਇਹਨੂੰ ਸਮਝ ਆਉਂਦੀ ਹੈ ਨਾ ਫਿਰ ਇਹ ਕਹਿੰਦਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਜਿਹੜਾ ਮੇਰਾ ਪ੍ਰਾਣ ਸਰੀਰ ਚੱਲਦੇ ਨੇ ਸਰੀਰ ਦੇ ਵਿੱਚ ਇਹਦਾ ਆਧਾਰ ਤੂੰ ਤੂੰ ਨਾ ਆਵੇਂ ਤਾਂ ਸਾਹ ਨਾ ਆਵੇ ਸਮਝ ਆਈ ਤੇ ਬਾਅਦ ਕਹਿੰਦਾ ਪਹਿਲਾਂ ਨਹੀਂ ਕਹਿੰਦਾ ਜਦ ਦੇਖ ਲੈਂਦਾ ਸਾਹ ਲੈਂਦੇ ਨੂੰ ਫਿਰ ਕਹਿੰਦਾ ਪਹਿਲਾਂ ਤਾਂ ਪਤਾ ਹੀ ਨਹੀਂ ਹਾਂ ਪਹਿਲਾਂ ਇਹ ਕਹਿੰਦਾ ਵੀ ਸਾਹ ਆਉਂਦਾ ਜ਼ਰੂਰ ਹੈ ਕੁਦਰਤੀ ਆਉਂਦਾ ਬਈ ਪਰਮਾਤਮਾ ਦੀ ਕਿਰਪਾ ਨਾਲ ਆਉਂਦਾ ਪਤਾ ਨਹੀਂ ਪਰ ਜਦ ਪਤਾ ਲੱਗ ਜਾਂਦਾ ਫਿਰ ਸਿੱਧਾ ਉਹਨੂੰ ਕਹਿੰਦਾ ਉਂਗਲ ਕਰਦਾ ਪ੍ਰਭ ਜੀ ਤੂੰ ਦੇਖ ਕੇ ਕਹਿੰਦਾ ਤੂੰ ਕਹਿੰਦਾ ਤਾਂ ਦੇਖ ਲਿਆ ਇਹਦਾ ਮਤਲਬ ਤੂੰ ਮੇਰੇ ਪ੍ਰਾਣ ਆਧਾਰ ਜਿਹਨੂੰ ਤੂੰ ਕਹਿੰਦਾ ਇਹਦਾ ਮਤਲਬ ਹੋਰ ਵੀ ਕੋਈ ਹੈਗਾ ਉੱਥੇ ਬਹੁਤ ਸਾਰਿਆਂ ਦੇ ਵਿੱਚ ਕਾਹਨੂੰ ਨੂੰ ਕਿਹਾ ਤੂੰ ਤੂੰ ਮੇਰੇ ਪ੍ਰਾਣ ਆਧਾਰ ਉਹ ਪ੍ਰਾਣ ਆਧਾਰ ਆ ਜਿਹੜਾ ਹੈ ਉਹ ਇਹਦੀ ਮਦਦ ਵਾਸਤੇ ਸੱਚਖੰਡ ਤੋਂ ਇੱਥੇ ਆ ਗਏ ਕਾਟਾ ਦੋਹਾਂ ਨੂੰ ਪਿਆ ਜੇ ਸਰੀਰ ਦਾ ਇੱਕ ਪਾਸਾ ਮਾਰਿਆ ਜਾਵੇ ਇੱਕ ਪਾਸਾ ਖੜ ਜਾਵੇ ਸਰੀਰ ਦਾ ਇੱਕ ਲੱਤ ਇੱਕ ਬਾਂਹ ਦੂਆ ਵੀ ਬੇਕਾਰ ਹੈ ਦੂਆ ਬੇਕਾਰ ਹੈ ਫਿਰ ਇੱਕ ਪਾਸਾ ਠੀਕ ਹੈ ਇੱਕ ਪਾਸਾ ਨਹੀਂ ਚੱਲਦਾ ਦੂਆ ਵੀ ਬੇਕਾਰ ਹੈ ਮੰਨੋ ਉਹਦਾ ਕੀ ਉਹਦਾ ਇੰਨਾ ਹੀ ਇੰਟਰਸਟ ਹੈ ਇੱਕੋ ਜਿਹੇ ਹੋ ਜਾਈਏ ਦੋਏ ਤੰਦਰੁਸਤ ਹੋ ਜਾਈਏ ਫਿਰ ਦੋਹਾਂ ਦੀ ਤਾਕਤ ਕਿੱਥੋਂ ਕੰਮ ਕਰਨ ਲੱਗ ਜਾਂਦੀ ਹੈ ਦੋਹਾਂ ਦੀ ਤਾਕਤ ਕਿੱਥੋਂ ਕੰਮ ਕਰੂਗਾ ਆਹ ਲੱਤ ਧਰੂਗਾ ਆਹ ਚੱਕਰੂ ਪੈਰ ਚੱਕ ਸਕਦਾ ਆਹ ਬੋਝ ਸਹੂਗਾ ਖੱਬਾ ਬੋਝ ਸਹੂਗਾ ਬਦਨ ਸਹੂ ਸਾਰਾ ਬਰਦਾਸ਼ਤ ਕਰੂ ਸਰੀਰ ਦਾ ਤਾਂ ਸੱਜਾ ਪੈਰ ਚੱਕ ਕੇ ਗਾਹੂ ਸੱਜਾ ਪੂਰਾ ਬਹੁਤ ਚੱਕੂ ਸਰੀਰ ਦਾ ਤਾਂ ਖੱਬਾ ਚੱਕ ਕੇ ਗਾਹ ਹੂੰ ਹੁਣ ਜਿਹੜਾ ਸਫ਼ਰ ਕਰਨਾ ਇਹਨਾਂ ਨੇ ਰਹਿੰਦਾ ਦੋਹਾਂ ਨੇ ਸਫ਼ਰ ਦੋਹਾਂ ਦਾ ਹੀ ਰਹਿੰਦਾ ਉਹ ਤਾਂ ਸ਼ੁਰੂ ਹੋ ਸਕਦਾ ਹੈ ਜੇ ਪਹਿਲਾਂ ਮਨ ਤੰਦਰੁਸਤ ਹੋਵੇ ਸੰਸਾਰ ਰੋਗੀ ਇਸ ਤਰੀਕੇ ਨਾਲ ਸਾਰਾ ਸੰਸਾਰ ਰੋਗੀ ਹੈ ਨਾਮ ਦਾਰੂ ਹੈ ਸੰਸਾਰ 'ਚ ਇਹਨੇ ਸਿੱਖਾਂ ਦੀ ਗੱਲ ਹੈ ਸਿੱਖ ਰੋਗੀ ਨਾਮਦਾਰੂ ਬਾਕੀ ਤਾਂ ਰੋਗੀ ਮੰਨਦੇ ਨਹੀਂ ਬਾਕੀ ਤਾਂ ਮੰਨਦੇ ਨਹੀਂ ਹਨ ਅਸੀਂ ਸੰਸਾਰ 'ਚੋਂ ਆਪਣੇ ਆਪ ਨੂੰ ਬਾਹਰ ਕਰ ਲੈਂਦੇ ਕੋਈ ਗੁਰਬਾਣੀ ਸਾਡੇ ਕੋਲ ਦੂਏ ਤਾਂ ਇਹਨੂੰ ਮੰਨਦੇ ਨਹੀਂ ਬਾਣੀ ਨੂੰ ਸਿੱਖ ਤਾਂ ਮੰਨਦੇ ਨੇ ਜਿਹੜੇ ਸਿੱਖ ਨੇ ਸਾਰੇ ਰੋਗੀ ਨੇ ਸਿੱਖ ਜੀ ਨੇ ਮੰਨਣਾ ਸਾਰੇ ਸਿੱਖ ਨੇ ਚਾਹੇ ਵਰਲਡ ਬਾਜ ਸਿੱਖ ਕਹਿਤਾ ਜਾ ਅਸੀਂ ਪਲੈਨ ਸਾਰੇ ਵਿੱਚ ਆ ਗਏ ਸਿੱਖ ਜਿੰਨੇ ਨੇ ਮੰਨਣ ਵਾਲੇ ਬਾਣੀ ਨੂੰ ਉਹ ਸਾਰੇ ਰੋਗੀ ਮੰਨਣ ਆਪਣੇ ਆਪ ਨੂੰ ਰੋਗੀ ਮੰਨਣ ਮੰਨ ਕੇ ਚੱਲਣਾ ਅਸੀਂ ਰੋਗੀ ਹਾਂ
ਜੇ ਅਸੀਂ ਮੰਨਦੇ ਨਹੀਂ ਰੋਗੀ ਹਾਂ ਤਾਂ ਗੁਰਬਾਣੀ ਪੜ੍ਹਨ, ਫਿਰ ਅਸੀਂ ਸਿੱਖੇ ਨਹੀਂ ਹੈਗੇ, ਫਿਰ ਸਿੱਖੀ ਕਾਹਦੀ ਰਹਿ ਗਈ, ਪੜ੍ਹਨ ਦੀ ਰਹਿ ਗਈ ਸਿੱਖੀ, ਬਾਣੀ ਪੜ੍ਹਨ ਦੀ ਸਿੱਖੀ, ਪੜ੍ਹਦੀ ਤਾਂ ਹੈ ਨਹੀਂ। ਸੀਰੀਅਸ ਗੱਲ ਇਹ ਹੈ, ਸੱਚ ਨੂੰ ਅਸੀਂ ਲਾਈਟਲੀ ਲੈ ਲਿਆ, ਬਾਣੀ ਸੱਚੀ ਕਹਿੰਦੇ ਹਾਂ ਲਿਆ ਹੋਇਆ ਲਾਈਟਲੀ ਹੈ। ਜਿਹੜਾ ਆਦਮੀ ਰੋਗੀ ਉਹਨੂੰ ਚੈਨ ਕਿਵੇਂ ਹੁੰਦਾ, ਉਹ ਕੀਰਤਨ ਦਰਬਾਰ ਚ ਉਹਦਾ ਕਿਵੇਂ ਜੀ ਲੱਗਿਆ ਹੋਇਆ। ਜਿਹਦਾ ਰੋਗ ਹਟ ਰਿਹਾ, ਕੁਛ ਆਰਾਮ ਆ ਰਿਹਾ, ਫਿਰ ਤਾਂ ਉਹਦਾ ਜੀ ਲੱਗਿਆ ਠੀਕ ਹੈ। ਰੋਗ ਨਹੀਂ ਜੇ ਹਟ ਰਿਹਾ, ਰੋਗ ਵੱਧ ਰਿਹਾ ਦਿਨ ਪਰ ਦਿਨ, ਫਿਰ ਉਹ ਕਾਹਦੇ ਆਸਰੇ ਜੀ ਲੱਗਿਆ ਹੋਇਆ ਉਹਦਾ, ਫਿਰ ਤਾਂ ਉਹੀ ਕੁਛ ਕਰ ਰਿਹਾ ਜਿਹੜਾ ਪਿੱਛੇ ਹੋ ਰਿਹਾ ਸੀ, ਜਿਹੜੇ ਦੂਜੀਆਂ ਮੱਤਾਂ ਵਾਲੇ ਕਰ ਰਹੇ ਸੀ ਭਗਤਾਂ ਦੇ ਪਹਿਲਾਂ, ਸੰਤ ਵਗੈਰਾ ਹੋਰ ਜੋ ਵੀ ਕੁਛ ਸੀ, ਫਿਰ ਉਹੀ ਕੰਮ ਅਸੀਂ ਲੱਗੇ ਹੋਇਆ। ਫਿਰ ਕੀ ਫਾਇਦਾ ਹੋਇਆ ਸਾਨੂੰ ਜਗਾਉਣ ਦਾ, ਕੀ ਫਾਇਦਾ ਹੋਇਆ? ਜਿਸੇ ਜਗਾਏ ਪਿਆਏ ਇਹ ਰਸ, ਕੀ ਫਾਇਦਾ ਹੋਇਆ ਸਾਨੂੰ ਇਹ ਗੱਲ ਕਹਿਣ? ਸਾਡੇ ਕੋਲ ਬਾਣੀ ਦਾ ਲਾਭ ਕੀ ਹੋਇਆ ਸਾਨੂੰ? ਇਹ ਮੈਸੇਜ ਦਰਗਾਹ ਤੋਂ ਆਇਆ ਹੋਇਆ, ਮਜ਼ਾਕ ਗੱਲ ਨਹੀਂ ਹੈ। ਜੇ ਤਾਂ ਦਰਗਾਹ ਤੋਂ ਮੰਨ ਲਿਆ ਜੀ ਨਹੀਂ ਆਇਆ ਹੋਇਆ, ਉਹ ਤਾਂ ਕਰੂਗਾ ਇਹਦੀ ਕਦਰ, ਜਿਹੜਾ ਇਹ ਗੱਲ ਮੰਨਦਾ ਨਹੀਂ ਉਹ ਕਦਰ ਕਦੇ ਨਹੀਂ ਕਰਦਾ। ਅਸੀਂ ਇਹ ਮੰਨਿਆ ਨਹੀਂ ਹੋਇਆ ਅੰਦਰੋਂ ਵੀ ਦਰਗਾਹ ਤੋਂ ਆਇਆ ਹੋਇਆ, ਸੁਣਦੇ ਹੀ ਹਾਂ, ਕਹਿੰਦੇ ਹਾਂ, ਜ਼ਬਾਨੀ ਕਹਿੰਦੇ ਹਾਂ। ਜਿੱਦਣ ਮੰਨ ਲਿਆ, ਸੁਪਰੀਮ ਕੋਰਟ ਇੱਕ ਰੂਲਿੰਗ ਦੇ ਦੇਵੇ, ਸਾਰੇ ਮੰਨ ਲੈਂਦੇ ਨੇ, ਕੰਨ ਖੁੱਲ ਜਾਂਦੇ ਨੇ, ਵੀ ਆਹ ਕਹਿ ਤਾ ਸੁਪਰੀਮ ਕੋਰਟ ਨੇ, ਇਹਦਾ ਕੋਈ ਕੰਨੇ ਨਹੀਂ ਖੁੱਲਿਆ ਕਿਸੇ ਦਾ, ਸਮਾਂ ਬੰਦ ਹੋ ਗਏ। ਇਹ ਕਹਿੰਦੇ ਨਹੀਂ ਹੋਇਆ, ਇਹ ਸੁਪਰੀਮ ਕੋਰਟ 'ਤੇ ਘੱਟ ਹੈ, ਕਿੰਨੀਆਂ ਕਰੋੜਾਂ ਹੀ ਸੁਪਰੀਮ ਕੋਰਟਾਂ 'ਤੇ ਉੱਪਰ ਹੈ ਇਹ ਸਾਰੀਆਂ 'ਤੇ ਬਾਣੀ। ਜਿਹੜੀ ਬਾਣੀ ਨੂੰ ਕਦਰ ਦੇਣੀ ਚਾਹੀਦੀ ਸੀ ਸਿੱਖਾਂ ਨੇ ਨਹੀਂ ਦਿੱਤੀ, ਬਿਲਕੁਲ ਨਹੀਂ ਦਿੱਤੀ। ਫਿਰ ਰਿਜ਼ਲਟ ਕੀ ਆਉਣਾ ਸੀ? ਰਿਜ਼ਲਟ ਕਾਹਦੇ ਆਉਂਦੇ? ਸੰਸਾਰ ਰੋਗੀ, ਨਾਮ ਦਾਰੂ। ਹੁਣ ਜਿਹੜਾ ਨਾਮ ਹੈ ਦਾਰੂ ਹੈ, ਰੋਗ ਦੂਰ ਹੋ ਸਕਦਾ ਸੀ ਜੇ ਸਾਨੂੰ ਨਾਮ ਮਿਲ ਜਾਂਦਾ। ਬਸ ਜਿਹਨੂੰ ਨਾਮ ਮਿਲ ਗਿਆ ਉਹਦਾ ਰੋਗ ਦੂਰ ਹੋ ਗਿਆ, ਜਾਂ ਥੋੜ੍ਹਾ ਜਿੰਨਾ ਕੁ ਮਿਲਿਆ ਉਨਾ ਕੁ ਹੋ ਗਿਆ, ਉਹਦਾ ਰੋਗ ਦੂਰ ਹੋ ਰਿਹਾ ਹੈ ਜੇ ਪ੍ਰਾਪਤ ਕਰ ਰਿਹਾ ਨਾਮ। ਹੁਣ ਨਾਮ ਦਾ ਬਹੁਤ ਲੋਕ ਜਪ ਰਹੇ ਨੇ, ਰੋਗ ਕਿਸੇ ਦਾ ਦੂਰ ਨਹੀਂ ਹੋ ਰਿਹਾ, ਇਸ ਗੱਲ ਨੂੰ ਕਿਉਂ ਨਹੀਂ ਵਿਚਾਰਿਆ? ਇਸ ਗੱਲ 'ਤੇ ਨਜ਼ਰਸਾਨੀ ਕਿਉਂ ਨਹੀਂ ਕੀਤੀ ਵੀ ਭਾਈ ਜੋ ਅਸੀਂ ਨਾਮ ਜਪ ਰਹੇ ਹਾਂ, 20-20 ਸਾਲ ਦੇ, 10-10 ਸਾਲ ਦੇ, 5-5 ਸਾਲ ਦੇ, 50-50 ਸਾਲ ਦੇ, ਰੋਗ ਦਾ ਭੋਰਾ ਨਹੀਂ ਹਟਿਆ, ਰੋਗ ਸਗੋਂ ਵੱਧ ਗਿਆ, ਕ੍ਰੋਧ ਸਾਡੇ 'ਚ ਵੱਧ ਗਿਆ। ਕਿਤੇ ਅਸੀਂ ਗਲਤ ਕੁਛ ਤਾਂ ਨਹੀਂ ਕਰ ਰਹੇ? ਗੁਰਬਾਣੀ ਦੇ ਖਿਲਾਫ ਤਾਂ ਨਹੀਂ ਜਾ ਰਹੇ? ਆਪਣੀ ਮਰਜ਼ੀ ਨਾਲ ਤਾਂ ਨਹੀਂ ਕੁਛ ਕਰ ਰਹੇ? ਗੁਰਬਾਣੀ ਨੂੰ ਖੋਜਣਾ ਸੀ, ਇਹ 'ਚੋਂ ਖੋਜਣਾ ਸੀ ਨਾਮ। ਖੋਜ ਸ਼ਬਦ ਮੈਂ ਫਿਰ ਖੋਜਿਆ ਕੀ ਨੇ? ਜੇ ਕਿਸੇ ਨੇ ਖੋਜਿਆ ਦੱਸਣ, ਜਿਹੜੇ ਬਿਨਾਂ ਖੋਜੇ ਤੇ ਜਪਦੇ ਨੇ ਉਹ ਆਪਣੀ ਕੀਤੀ ਦਾ ਫਲ ਆਪੇ ਪਾਉਣਗੇ। ਗੁਰੂ ਦੇ ਤਾਂ ਕਹੇ ਤੇ ਉਹਨਾਂ ਨੇ ਜਪਿਆ ਨਹੀਂ। ਹੁਣ ਉਹ ਦੇਖਣ ਵੀ ਤੁਹਾਨੂੰ ਉਹ ਰਿਜ਼ਲਟ ਕਿਉਂ ਨਹੀਂ ਮਿਲੇ? ਦੇਖਣਾ ਤਾਂ ਇਹ ਚਾਹੀਦਾ ਸੀ, ਤੁਹਾਡਾ ਜੀਵਨ ਕਿਉਂ ਨਹੀਂ ਬਦਲਿਆ? ਇਹ ਤਾਂ ਜੀਵਨ ਬਦਲਿਆ, ਜੀਵਨ ਬਦਲਿਆ। ਗੁਰਬਾਣੀ ਦੀ ਵਿਆਖਿਆ ਤੁਹਾਨੂੰ, ਤੁਸੀਂ ਤਾਂ ਜੋ ਵਿਆਖਿਆ ਕਰਨ ਦੇ ਕਾਬਲ ਵੀ ਨਹੀਂ ਹੋਏ, ਤੁਹਾਨੂੰ ਤਾਂ ਜੋ ਗੁਰਬਾਣੀ ਦੀ ਭਾਸ਼ਾ ਦਾ ਹੀ ਪਤਾ ਨਹੀਂ ਲੱਗਿਆ, ਕਿਉਂ ਨਹੀਂ ਲੱਗਿਆ? ਤੁਹਾਨੂੰ ਤਾਂ ਜੋ ਖੋਜਣ ਦਾ ਹੀ ਨਹੀਂ ਪਤਾ, ਖੋਜਣਾ ਕਿਵੇਂ ਹੈ? ਖੋਜਣ ਦੀ ਵਿਧੀ ਦੱਸੀ ਹੋਈ ਹੈ, ਇਹ 'ਚ ਸਭ ਕੁਝ ਦੱਸਿਆ ਹੋਇਆ, ਤੁਸੀਂ ਤਾਂ ਉਹ ਵੀ ਨਹੀਂ ਦੇਖਿਆ। ਜੋ ਕਿਹੜੇ ਕੰਮ ਲੱਗੇ ਹੋਏ, ਕੋਈ ਫੱਕੜੇ ਲੱਗੇ ਹੋਏ ਰਾਤ? ਜੇ ਅਸਲੀ ਕੰਮ ਨਹੀਂ ਲੱਗੇ ਹੋਏ, ਲਾਹਾ ਲੈਣ ਨਹੀਂ ਲੱਗੇ ਹੋਏ, ਤਾਂ ਕੋਈ ਫੱਕੜੇ ਜ਼ਰੂਰ ਲੱਗੇ ਹੋਏ ਫਿਰ, ਦੋਈ ਗੱਲ ਨੇ। ਆਏ ਸੀ ਲਾਹਾ ਲੈਣ, ਜੇ ਲਾਹਾ ਨਹੀਂ ਲੈ ਰਹੇ, ਨਹੀਂ ਠੀਕ ਕਰ ਹੋ ਰਿਹਾ ਰੋਗ, ਤਾਂ ਜ਼ਰੂਰ ਕੋ ਫੱਕੜੇ ਲੱਗ ਰਹੇ ਹਾਂ, ਭਾਵੇਂ ਅਸੀਂ ਨਾਵੇਂ ਜਪਦੇ ਹਾਂ, ਆਪਣੇ ਵੱਲੋਂ ਭਾਵੇਂ ਨਾਵੇਂ ਜਪਦੇ ਹਾਂ। ਜੋਗੀ ਕੀ ਕਰਦੇ ਸੀ?
समाधि लाते भगती करते की रिजल्ट आए कुछ आए पंडित रोज तिलक ला के माला फेरद की रिजल्ट आए आए सन्यासी उदासी सारे मुसलमान सब कुछ कर्म धर्म करते की रिजल्ट आए कुछ आए नहीं आए सारे उपदेश किया बाणी ने भी थोड़ा कोई रिजल्ट नहीं आ रहा साडा भी नहीं अज आ रहा उन्होंने को ज्ञान की घाट सी चलो उन्होंने मत भी तो ज्ञान की घाट सी साढ़े को घाट है नहीं साढ़े को कमी है नहीं सानू तो पता है उन्होंने को फंसन की विधियां थी छुट्ट वाली विधि है नहीं सी साढ़े को छुट्ट वाली विधि असं फसे कहते हैं फिर विधि साढ़े को छुट्ट वाली है माया चो मोह चो निकलने वाली विधि है पर जाने असी फसी गुरबाणी का सच सानू कौड़ा लगता असल च गल यह है असल च गल यह है गुरबाणी का सच कौड़ा लगता सानू माफ के नहीं है बाणी जो गल्लां गुरबाणी लिखिया सिखां नू माफ नहीं बिल्कुल भी जे माफ नहीं हैं फिर सिख केड़े बेस ते कहंदे ने होर किनू माफ कौणगियां जे सिख नू नहीं आउणगियां ये बाणी किसे सिख नू माफ कौनी है और किसे नू माफ नहीं आनी ये दिमाग चो कढ देना चाहिए बगैर सिख ते किसे नू माफ कहू है जद आऊगी सिख नू माफ कहूगी और उस सिख नू जिन्हू माफ कर गई ओदे बंधन कट्टे जाने ने सतगुर सिख के बंधन कट्टे जिन्हू माफ कर गई ओदे बंधन कट्टे जाने ने जिन्हू नहीं माफ कर गई ओदे बंधन कट्टे ही नहीं जाने होर मजबूत भावें हो जाण जे पखंड कर लिया उन्हें भेख दिखाए जगत को लोगों को बस की फिर तो होर भी फस जूगा बुरी तरह ना फस सकता होर ज्यादा अर्ज सकता हो नरक घोर दे द्वारे वल नू जा सकता है नरक च नवाद थले दियां जूनियां च जा सकता है हो जे ज्यादा धार्मिक है नहीं मनदा पता हैगा नहीं मनदा वो ज्यादा नरक दे विच चला जाऊगा ये दो बहुत थले दियां जूनियां च ये ना कहे मैं सेवा करदा गुरुद्वारे मैं करदा मेरी रहत हो जू रहत बिल्कुल नहीं होनी ये सब दरगाह दे ही फरमान ने भेख दिखायो जगत को लोगन को बसकीन अंतकाल काती कटियो बस नरक मोलीन ये कोई अपनी बनाई हुई गल्लां नहीं ये उस कानून की किताब च लिखा होया है जिहड़ा दरगाह तो आया जिहड़ा छुट्टो छुट्टण वाली विधि है उहदे विच ये गल लिखी गई है नाल जे ऐ करेंगा तो इहदा आ भी हो जूगा जे खन्ने बाड़ो निकी है तो खन्ने तिखी भी है नुकसान जे विधि का पता लग जाए विधि ना कमावे नुकसान भी ज़्यादा दफा भी उल्टी लग जाती है रैत कोई नहीं है फिर उहदे नाल जिन्हों माफ नहीं बाणी आँदी उस सिख अपने आप नूं जे मनदा बहुत बड़े भरम च बहुत बड़ी गलती च जिहड़ा मुसलमान कहांदा सी अपने आप नूं मुसलमान नहीं सी मुसलमान कहावण मुश्किल कहिंदे मुसलमान किहनूं कहिंदे ने जिहदा ईमान कायम होवे जे वाकई ईमान कायम होवे ਉਹੀ ਤਾਂ ਸਿੱਖ ਹੈ ਉਹੀ ਤਾਂ ਸਿੱਖ ਹੈ ਇਮਾਨ ਕਾਇਮ ਹੋਇਆ ਜਿਹਦਾ ਸਿੱਖ ਔਰ ਮੁਸਲਮਾਨ ਫਿਰ ਇੱਕ ਹੋ ਜਾਂਦੇ ਨੇ ਸਿੱਖਿਆ ਲੈ ਕੇ ਇਮਾਨ 'ਤੇ ਖੜਦਾ ਹੈ ਕਾਇਮ ਹੁੰਦਾ ਹੈ ਫਿਰ ਸਿੱਖ ਔਰ ਮੁਸਲਮਾਨ ਦੋ ਇੱਕ ਹੋ ਜਾਂਦੇ ਨੇ ਇਮਾਨ ਵਾਲੇ ਹੀ ਮੁਸਲਮਾਨ ਬਣਾਏ ਤੇ ਵੀ ਤੁਸੀਂ ਇਮਾਨ ਵਾਲੇ ਬਣੋ ਸਿੱਖ ਸਿੱਖਿਆ ਦੀ ਗੱਲ ਤੁਸੀਂ ਇਮਾਨ ਵਾਲੇ ਕਹੇ ਜਾਓ ਤੁਸੀਂ ਮੁਸਲਮਾਨ ਕਹਾ ਲਓ ਹੈ ਗੱਲ ਇੱਕੋ ਹੀ ਦਰਗਾਹ 'ਚ ਨਹੀਂ ਦੋਹਾਂ 'ਚ ਫਰਕ ਹੈਗਾ ਦਰਗਾਹ 'ਚ ਕਿਹੜਾ ਸਰੀਰ ਜਾਣਾ ਆਤਮਾ ਜਾਣੀ ਆਤਮਾ ਦੋਹਾਂ ਦੀ ਇੱਕੋ ਜਿਹੀ ਹੋ ਜਾਣੀ ਹੈ ਉੱਥੇ ਜਾ ਕੇ ਮੁਸਲਮਾਨ ਕਹਾਵਣ ਮੁਸ਼ਕਲ ਹੋਵੇ ਤਾਂ ਮੁਸਲਮਾਨ ਕਹਾਏ ਜੇ ਭਾਈ ਕੋਈ ਮੁਸਲਮਾਨ ਹੋਵੇ ਤਾਂ ਮੁਸਲਮਾਨ ਕਹਾਵੇ ਭਰਮ ਨਾ ਪਾਲੇ ਮੁਸਲਮਾਨ ਕਹਾਉਣ ਦਾ
अज सिख असि की करते उही अपराध असि करी जाने सिख नहीं है सिख कौन अपराध है सिख जड़ा नहीं है सिख ना कहावे तो अपराध है जड़ा पुलिस के इंस्पैक्टर नहीं है इंस्पैक्टर कहावे अपने आप को बाहर अपराध है सिख वो है जिसे बंधन कटे गए या थोड़े थोड़े कट हो रहे ने या सिख के बंधन सदगुर कट रहा है जी सुधार आ रहा है कुछ राम आ रहा है वो सिख सिख्या लै रहा है वो सिख है कम से कम उन्होंने गुरबाणी की कोई गल कौड़ी नहीं लगती कौड़ी नहीं लगती कौड़ी वो गल लगती होंगी जी ना मननी हो कौड़ी कड़ी लगती है जिहड़ी गल मनन नूं तैयार ना होवे कौड़ी लगती असल च कौड़ा मिठा कड़ा हुंदा है और कौड़ा की है मन दे जिहड़ी अनुकूल गल नहीं कौड़ी है जिहड़ी मन दे अनुकूल है मिठी है मिठे नूं न्याणा खुशी नाल मूंह च पा लैंदा सियाणा न्याणा कौड़ी चीज़ नूं पौनी तां उह भी पैंदी है कई बार इह गलती नाल पै जांदी है उहदे नाल खुश नहीं हुंदा कौड़ी नाल मन सिख जिहड़ा हैगा उही हो सकदा है जिहनूं गुरबाणी का सच कौड़ा ना लगे हूँ जिहड़ा गुरदेव है गुर ज्ञान है गुरदेव कौन है जिहड़ा ज्ञान दे रहा है सानू अंदरों अंतरात्मा भी गुरदेव है साडी हरेक नूं सोझी अंदरों ही आउंदी है आदमी दे जन्म तो पहला पहला जिहड़ी सोझी आई है आदमी दी जून तो पहला आदमी दी जून च आ गए साढ़े कोल धर्म ग्रंथ हो गए एक दूए नूं असीं सिख्या दिंदे आ लैंदे आ सुणदे आ समझे संगत हुंदी है प्रवचन ने किताबां ने पढ़दे आ ज्ञान लैंदे आ ज्ञान दे सोर्सेस होर ने मंदर ने बने हुए बड़े संत बने हुए ने धर्म प्रचारक बने हुए ने धर्म ज्ञान कराउण वाले लोग बने हुए ने पर होर यूनिया च तो यह कम है नहीं होर यूनिया च तो यह कम है नहीं उन्होंने यूनिया च ज्ञान किने कराया बंदर का ज्ञान सपनों का जल है उन्होंने गर्दन से फड़ लेंदा उन्होंने पता है जब डंग मारता मैं मर भी जाऊंगा उसकी बुद्धि उधर तेज है ज्यादा बुद्धि वाला आदमी घट बुद्धि वाले ते काबू पा लैंदा अपने आप नूं बचाउंदा उहनूं मार लैंदा आदमी बुद्धवान करके हाथियां ते काबू पा लैंदा आप तो तकड़े जानवर ते आप नूं देही विच तकड़े दिमागी तौर ते इहनूं कमजोर ने हो अकल नाल राज करदा ताकत नाल राज नहीं करदा ताकत वास्ते इन्हें अपने होर चीज़ां बना लिया हथियार बना लिया बंदूकां बना लिया तोपां बना लिया हाथी नाल लड़न वास्ते वो जो हथियार मौके मौके से आजाद करता रहा है अकल नाल टोआ पट के हाथी नूं उत्थे सिड़ के फड़ लैण काबू कर लैण शेर नूं पिंजरे च पा के फड़ लैण अकल सी ना अकल डिवेलप किवें हुई बाकी जानवरां च आदमी तक किवें आया थले दियां जूनां तो आदमी तक किवें आया ये गल हुण मन ली साइंस ने भी खोज ने कि आदमी सब तो बाद च बणिया आदमी दे पूर्वज जानवर यह पहला जानवरां च होया है जानवरां दे बीज नाम क्या है सब जूनियां च नाम क्या है यही गुरबाणी कहती है गुरबाणी भी यही कहती है पशु पंछी बिरख अस्थावर मैं पशु भी बनता आया सारे पंछी ने फंगाले उड़न वाले आकाश च पशु जड़े होंदे ने ना मच्छी पशुओं च होंदी पानी जड़े चलन वाले जानवर ने भी पशु ने सारे
ਉਹਨਾਂ ਦੀ ਪਾਣੀ ਧਰਤੀ ਹੈ। ਪਸ਼ੂ ਪੰਛੀ ਬਿਰਖਾ ਸਥਾਵਰ ਬਹੁਵਿਧ ਜੋਨ ਪਰਮੇਤ ਭਾਰੀ। ਮੈਂ ਬਹੁਤ ਵਿਧੀਆਂ ਦੇ ਨਾਲ ਅਲੱਗ ਅਲੱਗ ਵਿਧੀਆਂ ਨਾਲ ਜਨਮ ਹੁੰਦਾ ਨਾ। ਬਿਰਛ ਦਾ ਜਨਮ ਹੁੰਦਾ ਬੀਜ ਦੇ ਰੂਪ ਦੇ ਵਿੱਚ, ਜ਼ਮੀਨ 'ਚ ਦੱਬ ਕੇ। ਕਈਆਂ ਦਾ ਜਨਮ ਆਂਡਿਆਂ 'ਚੋਂ ਹੁੰਦਾ, ਕਈ ਵਾਰ ਜੇਰ 'ਚੋਂ ਹੁੰਦਾ, ਕਈ ਵਾਰ ਧਰਤੀ ਦੇ ਪਸੀਨੇ 'ਚੋਂ ਹੀ ਹੁੰਦਾ ਜਨਮ। ਬਹੁਤ ਅਨੇਕਾਂ ਵਿਧੀਆਂ ਨਾਲ ਜਨਮ ਲੈਂਦਾ ਹੈ, ਬਹੁਤ ਵਿਧੀਆਂ ਨਾਲ ਜਨਮ ਮੇਰਾ ਹੁੰਦਾ ਹੈ। ਬਹੁਵਿਧੀ ਜੋਨ ਬਹੁਤ ਜੂਨਾਂ, ਸਾਰੀਆਂ ਜੂਨਾਂ ਧਾਰਨ ਕੀਤੀਆਂ ਨੇ ਮੈਂ। ਪਰਮੇਤ ਭਾਰੀ, ਬਹੁਤ ਭਾਰੀ ਜੂਨਾਂ ਦੇ ਵਿੱਚ, ਬਹੁਤ ਸਾਰੀਆਂ ਜੂਨਾਂ 'ਚ ਮੈਂ ਘੁੰਮਦਾ ਹਾਂ, ਭ੍ਰਮਣ ਕਰਦਾ ਹਾਂ। ਫਿਰ ਆਦਮੀ ਦੀ ਜੂਨ ਗੁਰਬਾਣੀ ਕਹਿੰਦੀ ਹੈ ਬਾਅਦ 'ਚ, ਸਭ ਤੋਂ ਉਹ ਵੀ ਸਾਇੰਸ ਵੀ ਕਹਿੰਦੀ ਹੈ ਬਾਅਦ 'ਚ। ਅਤੇ ਇੱਥੇ ਤੱਕ ਦਾ ਗਿਆਨ ਕਿਵੇਂ ਹੋਇਆ, ਇਹਨੂੰ ਸਵਾਲ ਇਹ ਹੈ। ਉਦੋਂ ਤਾਂ ਕੋਈ ਗ੍ਰੰਥ ਹੈ ਨਹੀਂ ਸੀ, ਉਦੋਂ ਤਾਂ ਕੋਈ ਗਿਆਨ ਕਰਾਉਣ ਵਾਲਾ ਹੈ ਨਹੀਂ ਸੀ। ਉਹਨਾਂ ਜੂਨਾਂ 'ਚ ਗਿਆਨ ਕਿਵੇਂ ਹੋਇਆ, ਸਵਾਲ ਇਹ ਹੈ। ਉੱਥੇ ਆ ਕੇ ਗੁਰਦੇਵ ਦੀ ਗੱਲ ਖੁੱਲ੍ਹਣੀ ਹੈ। ਇਹ ਇੱਥੇ ਤੱਕ ਆ ਗੁਰਦੇਵ ਜੀ ਦੀ ਗੱਲ ਇਹੀ ਲੈ ਕੇ ਆਏ, ਅੰਦਰ ਹੈ ਅੰਤਰ ਆਤਮਾ। ਬੱਚਾ ਇੱਕ ਪੈਦਾ ਹੁੰਦਾ ਜੰਗਲ ਵਿੱਚ, ਕੋਈ ਜੰਗਲ ਦੇ ਵਿੱਚ ਮਿਰਗੀ ਵੀ ਨੇ, ਬੱਕਰੇ ਵੀ ਨੇ, ਦੁੱਧ ਚੁੰਘਣ ਵਾਲੇ ਜਾਨਵਰ ਵੀ ਨੇ। ਉਹਨੂੰ ਕੌਣ ਦੱਸਦਾ ਵੀ ਦੁੱਧ ਕਿੱਥੇ ਹੈ? ਆਪੇ ਦੁੱਧ ਚੁੰਘਣ ਲੱਗ ਜਾਂਦਾ। ਇਸ ਕਰਕੇ ਗੁਰਬਾਣੀ ਕਹਿੰਦੀ ਬੀਜ ਮੰਤਰ ਸਰਬ ਕੋ ਗਿਆਨ। ਬੀਜ ਮੰਤਰ ਜਿਹੜਾ ਹੈਗਾ ਉਹ ਸਾਰਿਆਂ ਨੂੰ ਗਿਆਨ ਬੀਜ ਮੰਤਰ ਕਰਾਉਂਦਾ। ਬੀਜ ਮੰਤਰ ਕੀ ਹੁੰਦਾ? ਬੀਜ ਮੰਤਰ ਬਿਨਾਂ ਕੰਨਾਂ ਨੂੰ ਸੁਣਨ ਵਾਲੀ ਬਾਣੀ ਹੈ। ਉਹਦੀ ਬੀਜ ਮੰਤਰ ਹੈ ਨਾ, ਉਹ ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਣੀ ਹੈ ਬੀਜ ਮੰਤਰ। ਇਹ ਸਾਰੇ ਮੰਤਰ ਦਾ ਬੀਜ ਉਹ ਹੈ, ਉਹ ਤੋਂ ਗੁਰਬਾਣੀ ਬਣਦੀ ਹੈ, ਉਹ ਤੋਂ ਹੀ ਸਾਰੀਆਂ ਭਾਸ਼ਾਵਾਂ ਬਣਦੀਆਂ ਨੇ। ਉਹ ਬੀਜ ਮੰਤਰ ਬੀਜ 'ਚ ਗਿਆਨ ਹੁੰਦਾ। ਉਹ ਬੀਜ ਮੰਤਰ ਬਾਣੀ ਨਹੀਂ ਹੈ, ਉਹ ਬਾਣੀ ਨਹੀਂ, ਬੀਜ ਮੰਤਰ ਹੈ। ਉਹ ਹਰ ਇੱਕ ਦੀ ਭਾਸ਼ਾ ਵਿੱਚ, ਜਿਵੇਂ ਅੱਗ ਹੈ ਉਹਦੇ 'ਚ ਇੱਕ ਗਰਮੀ ਹੈ, ਤਪਸ਼ ਹੈ, ਹੀਟ ਹੈ। ਹਰ ਜਾਨਵਰ ਉਹਦੀ ਭਾਸ਼ਾ ਸਮਝਦਾ, ਹੀਟ ਦੀ ਸਮਝਦਾ ਨਾ, ਗਰਮੀ ਦੀ। ਗਰਮੀ ਦੀ ਇੱਕ ਭਾਸ਼ਾ, ਨੇੜੇ ਨੂੰ ਹੱਥ ਕਰਾਂਗੇ ਸੇਕ ਆਊਗਾ, ਉਹਦਾ ਸੇਕ ਅਸੀਂ ਮਹਿਸੂਸ ਕਰਦੇ ਹਾਂ ਉਹਦੀ ਬੋਲੀ ਹੈ। ਕੀੜੀ ਜਾਊਗੀ ਨੇੜੇ ਨੂੰ, ਉਹਨੂੰ ਸੇਕ ਆਊ, ਪਿੱਛੇ ਮੁੜਿਓ। ਜਿਹੜਾ ਵੀ ਨੇੜੇ ਨੂੰ ਜਾਨਵਰ ਜਾਊ ਉਹਦੀ ਉਹ ਸੇਕ ਵਾਲੀ ਬੋਲੀ ਸਾਰੀ ਸਮਝਦੇ ਨੇ। ਜੇ ਤੂੰ ਉੱਥੋਂ ਰੌਲਾ ਪਾਈ ਜਾਵੇਂ ਕੀੜੀ ਨੂੰ ਵੀ ਜਗਾਹਾਂ ਨੇ ਜਾਈ ਸੇਕ ਆਉਂਦਾ, ਕਦੇ ਨਹੀਂ ਸਮਝੀ ਤੇਰੀ ਗੱਲ। ਜਦ ਉਹਨੂੰ ਸੇਕ ਆਉਣਾ ਪਿੱਛੇ ਮੁੜੇ ਆਉਣਾ, ਫਿਰ ਕਦੇ ਮੁੜੇ ਆਉਂਦੀ ਹੈ। ਉਹ ਬੋਲੀ ਜਿਹੜੀ ਹੈ ਉਹੀ ਬੋਲੀ ਜਾਣਦੀ ਹੈ, ਉਹ ਬੀਜ ਮੰਤਰ ਹੈ। ਜੇ ਬੀਜ ਮੰਤਰ ਨੂੰ ਸਮਝਣਾ ਹੋਵੇ ਤਾਂ ਹੋਰ ਕੋਈ ਤਰੀਕਾ ਨਹੀਂ ਸਾਡੇ ਕੋਲ ਸਮਝਣ ਦਾ, ਮਿਸਾਲ ਦੇਣ ਦਾ ਹੋਰ ਕੋਈ ਤਰੀਕਾ ਨਹੀਂ। ਬੀਜ ਮੰਤਰ ਹੈ, ਸੇਕ ਹਰੇਕ ਨੂੰ ਆਉਣਾ, ਹਰੇਕ ਜਾਨਵਰ ਨੂੰ ਲੱਗਣਾ ਨਾ। ਉਹ ਤਾਂ ਬਚਾਵੇ ਆਪਣੇ, ਹੁਣ ਦਰਖਤ ਨੂੰ ਵੀ ਸੇਕ ਤਾਂ ਆਉਂਦਾ, ਪਰ ਦਰਖਤ ਵਿਚਾਰਾ ਭੱਜ ਨਹੀਂ ਸਕਦਾ ਕਰੇਗੀ। ਜੇ ਤੂੰ ਕੋਈ ਨਿਕਲ ਨਹੀਂ ਸਕਦਾ ਕਿਤੋਂ, ਜਾ ਨਹੀਂ ਸਕਦਾ ਸੇਕ ਤੋਂ, ਬਚਾ ਨਹੀਂ ਸਕਦਾ, ਫਿਰ ਮਰ ਜਾਂਦਾ, ਉੱਥੇ ਜਲ ਜਾਂਦਾ। ਬਚਾਉਂਦਾ ਜ਼ਿਆਦਾ ਜਾਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ। ਬੀਜ ਮੰਤਰ ਸਰਬ ਕੋ ਗਿਆਨ, ਜਿਹੜਾ ਗੁਰਦੇਵ ਹੈ ਬੀਜ ਮੰਤਰ ਦਿੰਦਾ। ਬੀਜ ਮੰਤਰ ਇਹਦੇ ਥਰੂ ਮਿਲਦਾ ਸਾਨੂੰ, ਗੁਰਦੇਵ ਦੇ ਥਰੂ, ਡਾਇਰੈਕਟ ਨਹੀਂ ਮਿਲ ਸਕਦਾ। ਜਿੰਨੀ ਖੋਜ ਸੰਸਾਰ ਚੱਲ ਰਹੀ ਹੈ ਦੂਜੇ ਤਰੀਕੇ ਨਾਲ ਸਮਝਦੇ ਹਾਂ, ਸੰਸਾਰ 'ਚ ਡਿਵੈਲਪਮੈਂਟ ਕਿਉਂ ਹੋ ਰਹੀ ਹੈ, ਚਾਹੇ ਸਾਇੰਸ ਦੀ ਹੋ ਰਹੀ ਹੈ, ਤਰੱਕੀ ਹੋ ਰਹੀ, ਹਰ ਇੱਕ ਕੰਮ 'ਚ ਤਰੱਕੀ ਹੋ ਰਹੀ ਹੈ। ਜਿਹੜਾ ਵੀ ਕੋਈ ਕੰਮ ਕਰਦਾ ਤਰੱਕੀ ਹੋ ਰਹੀ ਹੈ।
आदमी जिन्ना चिर काम कर रहा वो सियाणा हुंदा चला जांदा काम है उन्हें सियाणा करता चला जांदा क्यों करता कितों आती है अंदरों ही आती है सोझी सोझी हमेशा अंदरों आती है सब ये गुरदेव अंदर होंगे सह लेंदा ये तो ही मिलती है असल च हुण असीं कहने आपे मैं समझ आ गई कोई काम कर दे किवें करिए हाँ भाई ऐ कर लो और ऐ कर लो अंदरले ने दस ऐ कर ला वो बीज मंत्र है और दीदा है नहीं वो जिन्हों दीदा है उन्हें दसिया ये गुरदेव है माता ये चो तेरी होंद है जो जीव आत्मा ये चो ही तू पैदा होया है यदि अणस है गुरदेव कौन है गुरदेव राम है सब घट राम बोल बोल के की करता है? बोल के ज्ञान दिता सू ये अणस है जीव जो शरीर च है जो सोचता है जो देखता है या ऐ कह लो वह मन है फिर भी कोई गल हूँ मन कई बार साडा ऐ करता पर यो करिए आप समझा लें भी नहीं है नहीं छोड़ो यार ये गल ये तेन कहू जाना सलाह बनी हुई ढा दें कौन ढाई है अकल ढाई है सलाह अकल और मन दो वक्रे वक्रे फंक्शन ने मन संसार च है अकल उन्होंने गाइड करने वाली है गुरदेव अकल का नाम है अकल गाइड करती है जे अकल की रोशनी च मन चले धोखा नहीं खाता धोखा जद खाता है जद अकल की रोशनी भुला के चलता है बिना विचारे जो करे सो पछे अकल तो कहे भी ना है काम नहीं करना चाहिए पर मन कर लवे उत्ते कई बार धोखा खा जाने कई बार ठीक भी हो जाता अकल गाइड करने वाली चीज है कहने का मतलब ये अकल है माता है यदि अकल जो होंद मन की जे पिता कहिए फिर यह ज्ञान है चित्त है जो अकल दे विच की है अकल ज्ञान का स्वरूप है ज्ञान कम जद करती है तो अकल है जद रोशनी है तो ज्ञान जी जोत है ना ज्ञान कहते हैं ज्ञान प्रगासा जो प्रगास है ना अंतर जोत अंतर जोत ज्ञान प्रगासा जब ज्ञान प्रगासा कहने प्रगासा कहने जो प्रगासा प्रगासा पुलिंग लफ्ज है जोत स्त्रीलिंग लफ्ज है हम चाहे उन्होंने मां कह लो चाहे बाप कह लो है एको वो साड़ी बोली करके माँ बाप कहा है वैसे माँ बाप की लोड़ नहीं कह दी असं कह रहे जी तो हो दो माँ बाप कहने ना समझाया हो समझने वास्ते बोली घड़ी हुई है असं गुरदेव माता गुरदेव पिता ज्ञान देन वाला सोर्स है जड़ा शुरू तो ही साढ़े नाल गुरदेव है उतो ज्ञान मिलता है सब उ माता उ पिता ਉਹੀ ਸਵਾਮੀ ਪਰਮੇਸ਼ਰ ਹੈ ਸਵਾਮੀ ਪਰਮੇਸ਼ਰਾ ਬਣ ਜਾਣਾ ਇਹ ਨਹੀਂ ਜਾ ਕੇ ਜਦੋਂ ਪਰਮੇਸ਼ਰ 'ਚ ਲੀਨ ਹੋ ਜੂਗਾ ਸਵਾਮੀ ਪਰਮੇਸ਼ਰਾ ਵੀ ਇਸੇ ਨੇ ਬਣਨਾ ਜਾ ਕੇ ਇਸੇ ਨੇ ਬਦਲਣਾ ਇਸ ਬੀਜ ਨੇ ਹੀ ਬਿਰਸ਼ ਬਣਨਾ ਬਿਰਸ਼ ਦਾ ਨਾਂ ਸਵਾਮੀ ਪਰਮੇਸ਼ਰ ਹੈ ਬਿਰਸ਼ ਦਾ ਨਾਂ ਇਸੇ ਨੇ ਬਿਰਸ਼ ਬਣਨਾ ਨਾ ਇਹ ਗੁਰਦੇਵ ਨੇ ਹੀ ਪਲਟ ਕੇ ਪਹਿਲਾਂ पूरा सतगुर बनना पूर्ण ब्रह्म बनना एक बनना फिर एक दे बाद उगवे जद उगवे फिर परमेश्वर का रूप धारण कर जाना परमेश्वर हुक्म का नाम है जब हुक्म दे विच लीन हो गए हुक्म का रूप हो जाना फिर परमेश्वर गुरुदेव स्वामी परमेश्वर परमेश्वर गुरुदेव सखा
क्योंकि गुरदेव को भी पूरा ज्ञान नहीं है। गुरदेव क्योंकि पिछे परमेश्वर नाल लिंक रखता सच्चा है, उन्हों लोड़ अनुसार जो मांग है ठाकुर अपने से सोई सोई देव है। उन्हों जो ज्ञान की लोड़ पैंदी है फालतू की, मन नू फालतू ज्ञान चाहिए हो, पहला तो मन वोदे वाला ज्ञान ही नहीं लेता जिन्ना वो को ही नहीं लेता। जब मन की ज्ञान की भुख बजे वे को गुरदेव को हो ज्ञान थोड़ा, मन अंदर तो भुख बजे ज्ञान की ज्यादा वो को हो थोड़ा, फिर उन्होंने ठाकर तो मंगना पैदा, फिर उन्होंने परमेश्वर पिछे अपने जोड़ना पैदा। इधर बी हूँ खपत बढ़ गई, हूँ तो इतना मेरे जो मेरे को जो ज्ञान से वह भी नहीं लेता है, हूँ इन भुख है नहीं लगे इनाम की, सच्चे नाम की लग गया भूख जाते भुख लगे आती है, फिर वो को थोड़ा ही होंगे, फिर उन्होंने आराधना करनी पैंती है नाम की, ती भुख पूरी होंगी, फिर गुरदेव आराधना करता है। हाँ मन तो उत्थे चलिया जाता भी हूँ मेरी भुख मिटा तू, कहता कोई नहीं हूँ फिर उतो खजाने चले आ, फिर वो आराधना करता है। आराधना आराधन नहीं का हर हर नाम आराधना, आराधना गुरदेव करता जो मांगे ठाकुर अपने तो गुरदेव मांगते, ये नहीं मांगता सोई सोई देव, फिर वो इन ज्ञान तो रो मिलता है ती मन की भुख पूरी होती हूँ, तो गुरदेव को भी ये योगा ही है, हूँ वो फालतू की करे उन्ना भी नहीं लगा है। स्वामी परमेश्वर इस तरीके खजाने तो उस होने, खजाने तो उस होने सारा ज्ञान। हाँ जी गुरदेव सखा अज्ञान भंजन, गुरदेव सखा, सखा वह होंगे जिदा बिल्कुल ही खून का रिश्ता हो गया, सखा ही आओ एक चो ही दो हो सखा उदो नेड़े नू कोई नहीं, गुरदेव नू इतों नेड़े कोई नहीं, इन गुरदेव तो एक चीज़ दे दो है ने, एक दाने दे दो फाड़ हो दाल है, यही सखा है साडा। अज्ञान भंजन, अज्ञानता का नाश करने वाला है सखा, कई दे विच सखे दे अर्थ होंदे ने, सखा होंदा है सुख देण वाला, शुभ चिंतक, गुणवाचक ना होने सखे दे सारे, आप तकलीफ कट्टू दूजे नूं तकलीफ नहीं दिंदा, उहदे सुख वास्ते आप कुछ भी कोई भी तकलीफ कट लवे सखा कहिंदा, उहदा अपना नुकसान कर लवे उहदा नहीं होण देणा, इह सखे दीआं निशानियां ने सखा। अज्ञान भंजन, अज्ञानता दा नाश करन वाला सखा है, अज्ञानता दा नाश कर, अज्ञानता का नाश करने वाला असल साढ़े अंदर बैठा सब दे, जे अंदर ना होंगे तो इतने तक नहीं सी आता, हूँ जी कमी है कल च सखे च, वो कमी को दूर करने खातर गुरबाणी भेजती बना के, जी गल का उन्होंने भी नहीं पता संसार को पता नहीं, जिहड़ी उन्हें डायरैक्ट लियानी सी उत्थों आराधना करके, वो आराधना किसी ने कर ली पहला फर्जी तो कबीर ने कर ली, उन्हें तो डायरैक्ट आराधना की, जो कुछ उन्होंने मिले उन्हें लिख दिता भी तुम ए कर लियो, साढ़े को रेडीमेड मिल गई, किसी ने चीज़ खोजी है उन्हें लिख दी खोज के, जिन्हों खोजी खजाई चीज मिल गई, किसी ने रेल बनाई सी असी सानू तो बड़ी बनाई मिल गई, हवाई जहाज किसी ने बनाया हो सानू तो बने बनाए मिले है, हम इदो कह असी इदो कह बनावे पिछले वो तो वधिया मिल जाना, इस तरीके ना डिवेलपमेंट होंदी जांदी है, सानू एक ऐसी चीज बनी बनाई मिली हुई है, जे असी इन खोज लीए कि साडा काम सौखा होया पे, जिहड़े दूए ग्रंथ ने जिन्हां नूं नहीं सी समझ आई या नहीं उन्होंने लई होर जे
ਸਾਡੇ ਅਸੀਂ ਵੀ ਉਲਝੇ ਹੋਏ ਹਾਂ, ਆਹ ਬਾਵਜੂਦ ਹੁੰਦੇ ਹੋਏ ਵੀ ਉਲਝੇ ਹੋਏ ਹਾਂ ਅਸੀਂ। ਕਾਹਦੇ ਉਲਝੇ ਹੋਏ ਹਾਂ? ਕਿਉਂਕਿ ਉਲਝੀਆਂ ਹੋਈਆਂ ਮੱਤਾਂ ਬਹੁਤ ਨੇ ਇੱਥੇ, ਉਹਨਾਂ ਦਾ ਪ੍ਰਚਾਰ ਬਹੁਤ ਹੈ। ਉਹ ਘਟੀਆ ਦਰਜੇ ਦੇ ਬੰਦਿਆਂ ਦੀਆਂ ਮੱਤਾਂ ਬਣਾਈਆਂ ਹੋਈਆਂ ਨੇ, ਘਟੀਆ ਦਰਜੇ ਦਾ ਹੀ ਸਾਡਾ ਦਿਮਾਗ ਹੈ, ਸਾਨੂੰ ਉਹ ਸਮਝ 'ਚ ਆਉਂਦੀਆਂ ਨੇ, ਸਮਝ 'ਚ ਨਹੀਂ ਆਉਂਦੀ। ਇਹਦੀ ਬੋਲੀ ਹੋਰ ਹੈ, ਉਹ ਸਾਡੀ ਬੋਲੀ 'ਚ ਨੇ। ਕਿਉਂਕਿ ਜੇ ਨਿਰਾਕਾਰ ਦੀ ਗੱਲ ਕਰਾਂਗੇ ਬੋਲੀ ਬਦਲ ਜਾਣੀ। ਸਾਡੀ ਭਾਸ਼ਾ ਨਿਰਾਕਾਰ ਦੀ ਭਾਸ਼ਾ ਹੁੰਦੀ ਨਹੀਂ, ਸੰਸਾਰ ਦੀ ਭਾਸ਼ਾ ਜਿਹੜੀ ਹੈ ਨਾ, ਜੋ ਕੱਖਾਂ ਨੂੰ ਦੀਂਦਾ ਸਾਡੇ ਸਾਹਮਣੇ, ਉਹਦੇ ਵਾਸਤੇ ਅਸੀਂ ਬੋਲੀ ਬਣਾਈ ਹੋਈ ਹੈ। ਇਹ ਉਹ ਚੀਜ਼ ਦੀ ਬੋਲੀ ਹੈ ਜਿਹੜੀ ਸਾਨੂੰ ਦੀਂਦੀ ਹੋਈ ਨਹੀਂ। ਸਮਝਣੀ ਹੋਰ ਚੀਜ਼ ਹੈ, ਬੋਲੀ ਹੋਰ ਚੀਜ਼ ਵਾਸਤੇ ਬਣਾਈ ਹੋਈ ਹੈ। ਉਹ ਬੋਲੀ 'ਚ ਕਾਂਡ ਛਾਂਡ ਕੀਤੀ ਫਿਰ ਕਰਨੀ ਪਈ ਸਾਨੂੰ। ਹੁਣ ਗੁਰਦੇਵ ਤਾਂ ਸੰਸਾਰ 'ਚ ਤਾਂ ਹੁੰਦਾ ਨਹੀਂ, ਅੰਦਰ ਹੁੰਦਾ ਸਭ ਦੇ, ਅੰਤਰਾਤਮਾ ਦੀ ਆਵਾਜ਼ ਸਾਰੇ ਜਾਣਦੇ ਨੇ। ਅੰਤਰਾਤਮਾ ਦੀ ਆਵਾਜ਼ ਨੂੰ ਗੁਰਦੇਵ ਕਹਿੰਦੇ ਨੇ, ਮੋਟੇ ਤੌਰ 'ਤੇ ਜੇ ਅਸੀਂ ਸਮਝਣਾ, ਮੋਟੇ ਤੌਰ 'ਤੇ ਉਸ ਅੰਤਰਾਤਮਾ ਦੀ ਆਵਾਜ਼ ਨੂੰ ਕਹਿੰਦੇ। ਸਭ ਘੱਟ ਰਾਮ ਬੋਲੇ, ਉਹ ਰਾਮ ਦੀ ਆਵਾਜ਼ ਹੈ। ਮੋਟੇ ਤੌਰ 'ਤੇ ਪਹਿਲਾਂ ਹੀ ਮੰਨ ਕੇ ਚੱਲੋ ਰਾਮ ਦੀ ਆਵਾਜ਼ ਹੈ, ਠੀਕ ਹੈ ਨਹੀਂ? ਸਾਬਤ ਤਾਂ ਫਿਰ ਹੋਜੂ ਬਾਅਦ ਦੇ ਵਿੱਚ, ਪਹਿਲਾਂ ਤੁਸੀਂ ਮੰਨਤਾ ਲਓ ਨਾ, ਪਹਿਲਾਂ ਮੰਨਣਾ ਹੀ ਪਊਗਾ ਵੀ ਉਹੀ ਰਾਮ ਦੀ ਆਵਾਜ਼ ਹੈ ਭਾਈ, ਸਭ ਘੱਟ ਰਾਮ ਬੋਲੇ। ਇਹ ਉਸ ਰਾਮ ਦੀ ਆਵਾਜ਼ ਜਿਵੇਂ ਉਹਨਾਂ ਨੇ ਸੁਣੀ, ਜਿਵੇਂ ਕਰੀ, ਜਿਵੇਂ ਉਹਨਾਂ ਨੇ ਪ੍ਰੋਸੀਜਰ ਅਡੋਪਟ ਕੀਤਾ, ਆਪਣੀ ਹੱਡਬੀਤੀ ਲਿਖੀ ਹੋਈ ਹੈ ਇੱਥੇ। ਜਿਵੇਂ ਕੋਈ ਪਹਾੜ 'ਤੇ ਚੜ੍ਹਿਆ ਹੋਵੇ, ਜਿਹਨੇ ਚੜ੍ਹਨਾ ਹੋਵੇ ਉਹਦੇ ਵਾਸਤੇ ਉਹ ਲਿਖ ਲਵੇ, ਇੱਥੇ ਸਾਈਡ 'ਤੇ ਆਹ, ਜੇ ਤੁਹਾਨੂੰ ਲੋੜ ਪਈ ਤਾਂ ਆਹ ਮਿਲਦਾ, ਇੱਥੇ ਉਹ ਮਿਲਦਾ, ਇੱਥੋਂ ਆਹ ਚੀਜ਼ ਮਦਦ ਮਿਲੂ ਤੁਹਾਨੂੰ, ਇਹਨੂੰ ਨਾ ਚਲੇ ਜਾਇਓ, ਇਹਨੂੰ ਜਾਇਓ, ਜੇ ਇਹਨੂੰ ਚਲੇ ਗਏ ਅਸੀਂ ਵੀ ਖਰਾਬ ਹੋਏ, ਫਿਰ ਸਾਨੂੰ ਮੁੜ ਕੇ ਆਉਣਾ ਪਿਆ। ਉਹ ਡਿਟੇਲ ਲਿਖੀ ਹੋਈ ਹੈ ਇਹਦੇ 'ਚ। ਜੇ ਤਾਂ ਕਿਸੇ ਨੂੰ ਲੋੜ ਹੈ, ਜੇ ਤਾਂ ਕਿਸੇ ਨੂੰ ਲੋੜ ਹੈ ਉਹ ਕੰਮ ਕਰਨ ਦੀ ਜਿਹੜਾ ਗੁਰੂਆਂ ਨੇ ਕੀਤਾ, ਉਹਦੇ ਖਾਤਰ ਤਾਂ ਗੁਰਬਾਣੀ ਦੀ ਖੋਜ ਦੀ ਲੋੜ ਹੈ। ਜੇ ਇਹ ਲੋੜ ਨਹੀਂ, ਅਸੀਂ ਮੱਥਾ ਹੀ ਟੇਕਣਾ, ਉਹਨਾਂ ਖਾਤਰ ਇਹੋ ਜਿਹੀ ਹੈ ਜਿਹੜਾ ਗੁਰਦੁਆਰੇ 'ਚ ਹੁੰਦਾ। ਅਸੀਂ ਤਾਂ ਮੰਨ ਲਿਆ ਵੀ ਗੁਰੂ ਨਾਨਕ ਵਰਗਾ ਤਾਂ ਕੋਈ ਹੋ ਹੀ ਨਹੀਂ ਸਕਦਾ, ਭੱਟ ਕੌਣ ਸੀ, ਭੱਟ ਕੌਣ ਸੀ, ਬਰਾਬਰੇ ਬਾਣੀ ਭੱਟਾਂ ਦੀ ਪਈ ਹੈ। ਭੱਟਾਂ ਦਾ ਗੁਰੂ ਨਾਨਕ ਦਾ ਕੋਈ ਫਰਕ ਨਹੀਂ, ਜਿਹੜਾ ਫਰਕ ਸਮਝਦਾ ਉਹ ਮੂਰਖ। ਕੋਈ ਫਰਕ ਨਹੀਂ, ਬਰਾਬਰ ਬਾਣੀ ਪਈ ਹੈ, ਸੱਤਾਵਲ ਬਾਣੀ ਦੀ ਬਰਾਬਰ ਬਾਣੀ ਪਈ ਹੈ। ਇਹ ਤਾਂ ਭਗਤ ਯੁੱਗ ਯੁੱਗ ਹੁੰਦੇ ਹੀ ਰਹਿਣੇ ਨੇ। ਜਿਹਨਾਂ ਨੇ ਇਹ ਮੰਨ ਲਿਆ ਨਾ ਵੀ ਹੁਣ ਹੋਊ ਨਹੀਂ, ਉਹ ਮੁਸਲਮਾਨ ਵਾਲੀ ਗੱਲ ਹੈ ਫਿਰ, ਵੀ ਹੁਣ ਨਵੀਂ ਹੋਣਾ ਹੀ ਨਹੀਂ ਹੋਰ, ਸੰਸਾਰ ਚੱਲਦਾ ਰਹੂਗਾ, ਸਿੱਖਿਆ ਚੱਲਦੀ ਰਹਿਣੀ ਹੈ ਸਮੇਂ ਸਮੇਂ ਸਿਰ, ਹਰ ਯੁੱਗ ਯੁੱਗ ਭਗਤ ਮਾਇਆ ਪੈਜ ਰੱਖਦਾ ਆਇਆ ਰਾਮ ਰਾਮ, ਇਹ ਹੁੰਦਾ ਰਹਿਣਾ, ਸੱਚ ਹੈ ਗੁਰਬਾਣੀ ਦਾ। ਜਿਹੜਾ ਇਹਨੂੰ ਨਹੀਂ ਮੰਨਦਾ ਉਹ ਸਿੱਖ ਕਾਹਦਾ ਫਿਰ, ਜਿਹੜਾ ਇਸ ਗੱਲ ਨੂੰ ਨਹੀਂ ਮੰਨਦਾ ਉਹ ਸਿੱਖ ਕਾਹਦਾ ਰਹਿ ਗਿਆ। ਸਿੱਖਾਂ ਨੇ ਅਸਲ 'ਚ ਜਿਹੜੇ ਬੰਦੇ ਨੇ ਨਾ ਅੱਜ ਪ੍ਰਚਾਰਕ, ਸਿੱਖਾਂ ਦੇ ਲੀਡਰ, ਛੇ ਛੇ ਦੀ ਮੁੰਡੇ ਆ ਲਿਖਣ ਵਾਲੇ, ਉਹਨਾਂ ਨੂੰ ਗੁਰਬਾਣੀ ਬਾਰੇ ਪਤਾ ਹੀ ਨਹੀਂ ਵਿੱਚ ਲਿਖਿਆ ਹੋਇਆ ਕੀ ਹੈ। ਗੁਰਬਾਣੀ ਤਾਂ ਉਹਨਾਂ ਨੇ ਪੜ੍ਹੀ ਹੋਈ, ਐਵੇਂ ਕਦੀ ਕਿਤਾਬ ਪੜ੍ਹ ਲਈ ਆ ਥੋੜ੍ਹਾ ਬਹੁਤ, ਕਾਲਜ ਕੁਲਜ 'ਚ ਪੜ੍ਹ ਲਿਆ, ਉਹ ਸਮਝਦੇ ਨੇ ਪਤਾ ਨਹੀਂ ਅਸੀਂ ਕੀ, ਉਹਨਾਂ ਨੂੰ ਕੀ ਪਤਾ ਗੁਰਬਾਣੀ 'ਚ ਕੀ ਕੀ ਲਿਖਿਆ ਹੈ। ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਕੌਣ ਹੈ? ਬੰਦਪ ਹੈ, ਬੰਦਪ ਹੁੰਦਾ ਹੈ ਕੋਈ ਰਿਸ਼ਤੇਦਾਰ ਜਿਵੇਂ ਹੁੰਦਾ ਬੰਧੂ, ਰਿਸ਼ਤੇਦਾਰ ਸਾਰੇ ਸਹੋਦਰੇ ਨਹੀਂ ਹੁੰਦੇ, ਸੁਹਿਰਦ। ਸੁਹਿਰਦ ਹੁੰਦਾ ਹੈ ਜਿਹੜਾ ਹਰ ਵਕਤ, ਐਸਾ ਬੰਧਪ ਹੈ ਇਹ, ਜੇ ਬੰਧਪ ਵੀ ਮੰਨੀਏ ਆਪਾਂ, ਜਿਹੜਾ ਹਿਰਦੇ 'ਚ ਹਮੇਸ਼ਾ ਸਾਡੇ ਵਾਸਤੇ ਚੰਗਾ ਸੋਚਦਾ, ਸੁਹਿਰਦ ਹੈ ਸਾਡੇ ਵਾਸਤੇ, ਉਹਦਾ ਹਿਰਦਾ ਹਮੇਸ਼ਾ ਸ਼ੁੱਧ ਰਹਿੰਦਾ ਸਾਡੇ ਵਾਸਤੇ, ਸਾਡੇ ਹਮੇਸ਼ਾ ਭਲੇ ਦੀ ਉਹ ਸੋਚਦਾ, ਬੁਰੇ ਦੀ ਸੋਚ ਹੀ ਨਹੀਂ ਸਕਦਾ, ਕਰਨਾ ਤਾਂ ਇੱਕ ਪਾਸੇ ਰਿਹਾ, ਸਾਡਾ ਬੁਰਾ ਸੋਚ ਵੀ ਸੋਚਦਾ ਵੀ ਨਹੀਂ ਹੈ, ਉਸਦੇ ਹੋਏ ਨਾ ਹੀ ਕੁਛ ਬੁਰਾ, ਉਸ 'ਤੇ ਕੁਛ ਵੀ ਬੁਰਾ ਨਹੀਂ ਹੋ ਸਕਦਾ, ਉਹਦੇ ਹਿਰਦੇ ਸ਼ੁੱਧ, ਹਿਰਦੇ 'ਚ ਸ਼ੁੱਧ ਗੱਲ ਆਊ, ਜੇ ਉਹਦਾ ਹਿਰਦੇ ਹੀ ਸ਼ੁੱਧ ਹੈ, ਉਹ
ਉੱਤੇ ਕੋਈ ਬੁਰਾ ਖਿਆਲ ਕਿਸੇ ਦੀ ਬੁਰਾਈ ਦਾ ਆ ਹੀ ਨਹੀਂ ਸਕਦਾ। ਸੋਹੋਦਰਾ ਸ਼ੁਭ ਚਿੰਤਕ ਸ਼ੁੱਧ ਹਿਰਦੇ ਵਾਲਾ, ਸ਼ੁੱਧ ਹਿਰਦੇ ਵਾਲਾ, ਸ਼ੁੱਧ ਹਿਰਦੇ ਸਭ ਦਾ ਭਲਾਈ ਭਲਾ ਨਿਕਲੂ, ਉੱਥੋਂ ਹੋਰ ਕੀ ਨਿਕਲੂ। ਸ਼ੁੱਧ ਹਿਰਦੇ ਵਿੱਚੋਂ ਸ਼ੁੱਧ ਹੀ ਚੀਜ਼ ਨਿਕਲੂਗੀ, ਬੁਰਾਈ ਨਿਕਲਦੀ ਹੋਈ ਨਹੀਂ, ਉੱਥੋਂ ਕੋਈ ਬੁਰੀ ਸੋਚ ਉੱਥੇ ਹੁੰਦੀ ਹੋਈ ਨਹੀਂ, ਪੈਦਾ ਹੀ ਨਹੀਂ ਹੋ ਸਕਦੀ। ਕਿਸੇ ਦਾ ਬੁਰਾ ਉੱਥੇ ਸੋਚਿਆ ਹੀ ਨਹੀਂ ਜਾ ਸਕਦਾ, ਸਭ ਵਾਸਤੇ ਭਲਾ ਹੀ ਭਲਾ ਨਿਕਲੂ। ਗੁਰਬਾਣੀ ਸਭ ਦਾ ਭਲਾ ਹੀ ਕਰਦੀ, ਭਾਵੇਂ ਇਹਨੂੰ ਲੋਕ ਮਾੜਾ ਸਮਝਣ, ਭਾਵੇਂ ਕਿਸੇ ਨੂੰ ਕੌੜੀ ਲੱਗੇ, ਸਮਝੇ। ਇਹ ਤਾਂ ਉਹ ਹਸਪਤਾਲ ਹੈ ਜਿੱਥੇ ਮਰੀਜ਼ ਠੀਕ ਕੀਤੇ ਜਾਂਦੇ ਨੇ, ਮੌਤ ਤੋਂ ਬਚਾਏ ਜਾਂਦੇ ਨੇ। ਜੇ ਉਹਨੂੰ ਹਸਪਤਾਲ ਦੀ ਨਿੰਦਿਆ ਕਰੀਏ, ਉਹਦੀ ਫੀਸ ਜ਼ਿਆਦਾ, ਫੀਸ ਜ਼ਰੂਰ ਜ਼ਿਆਦਾ, ਫੀਸ ਜ਼ਿਆਦਾ ਹੈ, ਤਨ ਮਨ ਧਨ ਸਭ ਸੌ ਵਰਕੋ, ਜੰਮਣ ਮਨ 'ਤੇ ਛੁੜਾ ਦਿੰਦੀ ਹੈ। ਜਾਇਜ਼ ਆ ਕੋਈ ਕੰਮ ਹੋਊ ਉਹੀ ਜਿਹੀ ਫੀਸ ਹੋਊਗੀ। ਗੁਰਦੇਵ ਦਾਤਾ ਹਰਨਾਮ ਉਪਦੇਸ਼ਾ, ਗੁਰਦੇਵ ਦਾਤਾ ਹੈ, ਉਹ ਦਿੰਦਾ ਹੀ ਦਿੰਦਾ। ਦਾਤਾ ਉਹਨੂੰ ਕਹਿੰਦੇ ਨੇ ਜਿਹੜਾ ਜੋ ਦਿੰਦਾ ਫਰੀ ਦਿੰਦਾ, ਕੁਛ ਵੀ ਉਹਦੇ ਵਾਸਤੇ ਇੱਛਾ ਨਹੀਂ ਰੱਖਦਾ ਵੀ ਮੈਨੂੰ ਇਹਦਾ ਇਹ ਕੰਮ ਲਵਾਂ, ਇਹ ਤੋਂ ਇਹ ਅੱਜ ਤਾਂ ਮੇਰਾ ਅਹਿਸਾਨ ਹੈ। ਦਾਤਾ ਕਹਿੰਦਾ ਜੇ ਅਹਿਸਾਨ ਹੋਇਆ, ਉਹ ਦਾਤਾ ਹੈ, ਦਾਤ ਦੇ ਕੇ ਉਹਨੂੰ ਖੁਸ਼ੀ ਪ੍ਰਾਪਤ ਹੁੰਦੀ। ਦੇਖੋ ਆਪਣੀ ਖੁਸ਼ੀ ਵਾਸਤੇ ਦਾਤ ਦਿੰਦਾ, ਕਈ ਆਦਮੀਆਂ ਨੂੰ ਹੁੰਦਾ ਦਾਨ ਕਰਕੇ ਖੁਸ਼ੀ ਮਿਲਦੀ ਉਹ 'ਚ, ਉਹ ਆਪਣੀ ਖੁਸ਼ੀ ਵਾਸਤੇ ਦਾਨ ਕਰਦੇ ਨੇ, ਉਹ 'ਚ ਉਹਨਾਂ ਨੂੰ ਖੁਸ਼ੀ ਮਿਲਦੀ ਹੈ। ਇਸ ਕਰਕੇ ਉਹਦਾ ਜਿਹੜਾ ਖੁਸ਼ੀ ਹੈ ਦਾਤ ਕਰਨ 'ਚ, ਉਹਦੀ ਖੁਸ਼ੀ ਹੈ, ਖੁਸ਼ ਰਹਿੰਦਾ ਹੈ। ਗੁਰਦੇਵ ਦਾਤਾ ਹਰਨਾਮ ਉਪਦੇਸ਼ ਹੈ, ਹਰਨਾਮ ਦਾ ਉਪਦੇਸ਼ ਕਰਦਾ। ਹਰ ਕੌਣ ਹੈ, ਨਾਮ ਕੀ ਹੈ, ਨਾਮ ਗਿਆਨ ਹੈ, ਹਰ ਕੌਣ ਹੈ ਇਸ ਗਿਆਨ ਦਾ ਉਪਦੇਸ਼ ਕਰਦਾ, ਹਰ ਬਾਰੇ ਗਿਆਨ ਕਰਾਉਂਦਾ, ਉਹ ਹਰ ਨੂੰ ਸਾਕਸ਼ਾਤ ਸਮਝਾ ਦਿੰਦਾ ਵੀ ਤੇਰੇ ਅੰਦਰ ਹੈ, ਹਰ ਨਾਲ ਤੁਹਾਡਾ ਆਪਣਾ ਸਾਹਮਣਾ ਕਰਾ ਦਿੰਦਾ। ਗੁਰੂ ਅਰਜਨ ਪ੍ਰਤੱਖ, ਗੁਰੂ ਅਰਜਨ ਪ੍ਰਤੱਖ ਹਰ, ਅਰਜਨ ਨੂੰ ਪ੍ਰਤੱਖ ਹੋ ਗਿਆ, ਹਰ ਹੋ ਗਿਆ ਨਾ, ਜੇ ਉਹਨੂੰ ਹੋ ਗਿਆ, ਅਰਜਨ ਨੂੰ ਪ੍ਰਤੱਖ ਹੋ ਗਿਆ ਤਾਂ ਹਰੇਕ ਨੂੰ ਹੋ ਜੂਗਾ, ਕਿਉਂਕਿ ਬਾਣੀ 'ਤੇ ਵਿਸ਼ਵਾਸ ਕੀਤਾ, ਗੁਰਬਾਣੀ ਦੀ ਕਮਾਈ ਕੀਤੀ, ਗੁਰਬਾਣੀ ਦੀ ਖੋਜ ਕੀਤੀ। ਗੁਰਬਾਣੀ ਲਿਖਦੇ ਨੇ ਖੋਜਤ ਖੋਜਤ ਅੰਮ੍ਰਿਤ ਪੀਆ, ਪੰਜ ਪਾਤਸ਼ਾਹ ਨੇ ਆਪ ਲਿਖਿਆ, ਖੋਜਤ ਖੋਜਤ ਅੰਮ੍ਰਿਤ ਪੀਆ, ਮੈਂ ਖੋਜ ਖੋਜ ਕੇ ਪੀਤਾ ਅੰਮ੍ਰਿਤ ਬਾਣੀ ਨੂੰ, ਖਿਮਾ ਗਈ ਮਨ ਸਤਿਗੁਰ ਦੀ ਆ। ਹੁਣ ਤੁਸੀਂ ਕਰ ਲਓ, ਜਿਹੜਾ ਕਰ ਲੂਗਾ ਉਹੀ ਅਵਸਥਾ ਪ੍ਰਾਪਤ ਹੋ ਜੂਗੀ। ਪਰ ਜਿਹਨਾਂ ਨੇ ਕਰਨਾ ਨਹੀਂ ਉਹ ਕਹਿੰਦਾ ਨਾ ਜੀ ਇਹ ਤਾਂ ਹੋ ਹੀ ਨਹੀਂ ਸਕਦਾ, ਚਲੋ ਛੁੱਟੀ ਹੋ ਗਈ। ਅਸਲ 'ਚ ਉਹਨਾਂ ਨੇ ਕਰਨਾ ਨਹੀਂ, ਇਹਨੂੰ ਕਹਿੰਦੇ ਢਹਿੰਦੀ ਕਲਾ। ਜਿਹੜੇ ਇਹ ਸਿੱਖ ਨੇ ਨਾ ਵੀ ਹੁਣ ਐਂ ਨਹੀਂ ਹੋ ਸਕਦਾ, ਉਹ ਢਹਿੰਦੀ ਕਲਾ ਵਾਲੇ ਨੇ। ਢਹਿੰਦੀ ਕਲਾ ਵਾਲੇ ਦੀ ਗੱਲ ਨਹੀਂ ਕੀਤੀ, ਚੜ੍ਹਦੀ ਕਲਾ ਦੀ ਗੱਲ ਕੀਤੀ ਹੈ। ਖਾਲਸਾ ਉਹ ਜਿਹੜਾ ਚੜ੍ਹਦੀ ਕਲਾ 'ਚ ਰਹੇ ਵੀ ਕਿਉਂ ਨਹੀਂ ਹੋ ਸਕਦਾ ਕੰਮ, ਉਹ ਚੜ੍ਹਦੀ ਕਲਾ। ਜਿਹੜਾ ਕਹਿੰਦਾ ਹੋ ਨਹੀਂ ਸਕਦਾ ਹਥਿਆਰ ਸਿੱਧੇ, ਉਹ ਢਹਿੰਦੀ ਕਲਾ। ਢਹਿੰਦੀ ਕਲਾ ਵਾਲੇ ਜ਼ਿਆਦਾ ਨੇ, ਚੜ੍ਹਦੀ ਕਲਾ ਵਾਲਾ ਕੋਈ ਮਿਲਦਾ। ਨਾਨਕ ਨਾਮ ਚੜ੍ਹਦੀ ਕਲਾ, ਚੜ੍ਹਦੀ ਕਲਾ ਕਹਤੇ ਗਏ, ਨਾਮ ਨਾਲ ਕਲਾ ਚੜ੍ਹਦੀ ਹੋ ਰਹੂਗੀ। ਹੌਸਲਾ ਢਹਿੰਦਾ ਹੀ ਨਹੀਂ ਕਦੇ, ਮੈਂ ਇਹ ਕੰਮ ਨਹੀਂ ਕਰ ਸਕਦਾ। ਮਨ ਜਿੱਤਣਾ, ਮਨ ਨਾਲ ਲੜਾਈ ਹੈ, ਐਂ ਜਿੱਤ ਹੋ ਜੂਗਾ ਢਹਿੰਦੀ ਕਲਾ। ਮਨ ਜਿੱਤੇ ਜਗ ਜੀਤ ਹੈ, ਬੁੱਧੀ ਨੇ ਨਾ ਮਨ ਜਿੱਤਣਾ, ਨਹੀਂ ਜੇ ਤਾਂ ਜਿੱਤਿਆ ਨਹੀਂ ਜਾਣਾ। ਚੱਲ ਜਿੱਤ ਲਿਆ, ਫਿਰ ਜਦ ਤੱਕ ਕਹਿ ਮੰਨੇ ਲਿਆ ਵੀ ਮੇਰੇ 'ਤੇ ਕੰਮ ਹੋਣਾ ਹੀ ਨਹੀਂ,
ਸਿਆਣੇ ਕਹਿੰਦੇ ਨੇ ਕਹਿੰਦੇ ਰੋਂਦੇ ਜਾਣ ਮਰਿਆਂ ਦੀਆਂ ਖਬਰਾਂ ਲਿਆਉਣ। ਉਹ ਫਲਾਨਾ ਮਾਰਿਆ ਗਿਆ ਜੰਗ 'ਚ, ਫਲਾਨਾ ਮਾਰਿਆ ਗਿਆ, ਆਈ ਖਬਰਾਂ ਲਿਆਉਣਗੇ, ਜੰਗ ਜਿੱਤ ਕੇ ਨਹੀਂ ਆਉਂਦੇ। ਜਿਹੜੇ ਰੋਂਦੇ ਜਾਂਦੇ ਹੀ ਰੋਂਦੇ ਨੇ ਪਹਿਲਾਂ, ਉਹਨਾਂ ਨੇ ਮਰਿਆਂ ਦੀਆਂ ਖਬਰਾਂ ਦੇਣੀਆਂ ਨੇ ਆ ਕੇ, ਜਿਉਂਦਿਆਂ ਦੀਆਂ ਖਬਰਾਂ ਨਹੀਂ ਦੇਣੀਆਂ, ਜਿੱਤ ਦੀ ਕੋਈ ਖਬਰ ਨਹੀਂ ਦੇਣੀ, ਹਾਰਨ ਦੀ ਖਬਰਾਂ ਦੇਣੀਆਂ ਨੇ, ਸਭ ਨੈਗੇਟਿਵ। ਇਹ ਤਾਂ ਉਹ ਨੇ ਸਾਰੇ ਜਿਨ੍ਹਾਂ ਦੀ ਸੋਚ ਇਹ ਹੈ, ਇਹ ਨਹੀਂ ਹੋ ਸਕਦਾ, ਉਹ ਟਹਿੰਦੀਆਂ ਕਲਾ ਵਾਲੇ ਨੇ ਸਾਰੇ, ਚੜ੍ਹਦੀ ਕਲਾ ਵਾਲਾ ਕੋਈ ਨਹੀਂ ਉਹਨਾਂ 'ਚ ਹੈ। ਕਬੀਰ ਕਹਿੰਦਾ ਨਾ ਹੀ ਨੂੰ ਦੇਖ ਨਾ ਭਾਜੀ ਹੈ ਪਰਮ ਸਿਆਣ ਪੇ, ਜੇ ਮਨ ਜਿੱਤ ਨਹੀਂ ਹੁੰਦਾ ਤਾਂ ਭੱਜ ਜਾਣਾ ਆਪਾਂ ਨੇ, ਲੱਗੇ ਰਹੋ। ਪਰਮ ਸਿਆਣਪ ਦੀ ਗੱਲ ਹੈ ਇਹ, ਕਦੇ ਮਨ ਤੋਂ ਹਾਰ ਨਹੀਂ ਮੰਨਣੀ ਚਾਹੀਦੀ। ਜਿਹੜਾ ਮਨ ਤੋਂ ਹਾਰ ਮੰਨ ਗਿਆ ਢਹਿੰਦੀ ਕਲਾ ਵਾਲਾ। ਗੁਰਦੇਵ ਮੰਤਰ ਨਿਰੋਧਰ, ਗੁਰਦੇਵ ਦਾ ਜਿਹੜਾ ਮੰਤਰ ਹੈ ਨਿਰੋਧਰਾ, ਗੁਰਦੇਵ ਦੇ ਮੰਤਰ ਦੀ ਕਾਟ ਕੋਈ ਨਹੀਂ ਹੈ। ਗੁਰਦੇਵ ਦਾ ਮੰਤਰ ਹੈ ਨਾ ਅੰਦਰ, ਉਹਦੀ ਕਾਟ ਨਹੀਂ ਹੈ ਕੋਈ, ਨਿਰੋਧਰਾ ਕਾਟ। ਜੋ ਅੰਦਰੋਂ ਤੈਨੂੰ ਗੱਲ ਦੀ ਸਮਝ ਆਈ ਹੈ ਨਾ ਗਿਆਨ, ਉਹਦੀ ਕਾਟ ਨਹੀਂ ਹੈ ਬਾਹਰ, ਉਹਨੂੰ ਝੁਠਲਾਇਆ ਨਹੀਂ ਜਾ ਸਕਦਾ। ਜੋ ਗਿਆਨ ਅੰਦਰੋਂ ਆਉਂਦਾ ਨਾ ਉਹਦੀ ਕਾਟ ਨਹੀਂ ਹੈ, ਗੁਰਬਾਣੀ ਦੀ ਕੋਈ ਕਾਟ ਨਹੀਂ, ਗੁਰਦੇਵ ਦਾ ਮੰਤਰ ਹੈ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ, ਇਹਦੇ 'ਚ ਕਮੀ ਨਹੀਂ ਹੁੰਦੀ। ਕਿ ਦਿਮਾਗ 'ਚੋਂ ਨਹੀਂ ਪੈਦਾ ਹੋਇਆ ਹੈ ਮੰਤਰ। ਗੁਰਦੇਵ ਸ਼ਾਂਤ ਸਤਿਬੁੱਧ ਮੂਰਤ, ਗੁਰਦੇਵ ਹੁੰਦਾ ਕੌਣ ਹੈ? ਸ਼ਾਂਤ ਸੱਤ ਬੁੱਧ ਮੂਰਤ, ਮੂਰਤ ਹੁੰਦੀ ਹੈ, ਮੂਰਤ ਹੁੰਦੀ ਹੈ ਸੱਤ ਬੁੱਧ, ਸਦਬੁੱਧੀ, ਸਦਬੁੱਧੀ ਇਸ ਨੂੰ ਕਹਿੰਦੇ ਨੇ ਹਿੰਦੀ 'ਚ। ਵਿਵੇਕ ਬੁੱਧੀ ਦੀ ਮੂਰਤੀ ਹੁੰਦੀ ਹੈ, ਦੇਹ ਹੁੰਦੀ ਉਹ ਨਹੀਂ ਹੁੰਦੀ। ਗੁਰਦੇਵ ਦੀ ਮੂਰਤ ਕੀ ਹੁੰਦੀ ਹੈ? ਉਹ ਬੁੱਧੀ ਜਿਹੜੀ ਹਮੇਸ਼ਾ ਰਹਿੰਦੀ ਹੈ, ਉਹ ਬੁੱਧੀ ਜਿਹਨੇ ਸੰਸਾਰ ਪੈਦਾ ਕੀਤਾ, ਉਹ ਬੁੱਧੀ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ, ਕੀ ਹੈ? ਪਰਮੇਸ਼ਰ ਦੀ ਬੁੱਧੀ ਹੈ, ਵਿਵੇਕ ਬੁੱਧੀ ਹੈ, ਉਹਦੀ ਉਹ ਮੂਰਤ ਹੁੰਦਾ। ਉਹ ਜੇ ਮੂਰਤ ਹੈ ਤਾਂ ਉਹਦੀ ਹੈ, ਮੂਰਤ ਕੀ ਹੈ? ਮੂਰਤ ਸ਼ਬਦ ਹੁੰਦਾ, ਜਿਹੜਾ ਹੁਕਮ ਹੈ ਨਾ ਉਹ ਮੂਰਤ ਹੈ, ਹਾਂ ਗੁਰਮੂਰਤ ਗੁਰ ਸ਼ਬਦ ਹੈ। ਗੁਰਦੇਵ ਅਸਲ 'ਚ ਅੰਤਰਾਤਮਾ ਦੀ ਆਵਾਜ਼, ਉਹ ਅੰਤਰਾਤਮਾ ਦੀ ਆਵਾਜ਼ ਹੋ ਕੇ ਉੱਥੇ ਤੱਕ ਚਲੀ ਜਾਂਦੀ ਹੈ। ਜਿਵੇਂ ਪੇੜ ਜੰਮਦਾ, ਜਦ ਉਹਦੀ ਸ਼ਕਲ ਕੀ ਹੁੰਦੀ ਹੈ? ਬੜਾ ਹੁੰਦਾ ਸ਼ਕਲ ਬਲਦੇ, ਉਸੇ ਨੂੰ ਫੁੱਲ ਫੜ ਲੱਗਦੇ ਨੇ ਨਾ, ਇਸ ਅੰਤਰਾਤਮਾ ਨੂੰ ਫੁੱਲ ਫੜ ਲੱਗਣੇ ਨੇ ਗਾਹਾਂ ਜਾ ਕੇ, ਇਸੇ ਨੇ ਡਿਵੈਲਪ ਹੋਣਾ ਅੰਤਰਾਤਮਾ ਨੇ। ਕਿੱਥੇ ਤਾਂ ਉਹਨੂੰ ਪੱਤਾ ਨਿਕਲਦਾ, ਕਿੱਥੇ ਉਸੇ 'ਚ ਉਹ ਬੀਜ ਪੈਦਾ ਹੁੰਦੇ ਨੇ, ਜਿਹੜੇ ਇੱਕ ਬੀਜ ਬੀਜਿਆ ਸੀ ਹਜ਼ਾਰਾਂ ਬੀਜ, ਇੱਕ ਅੰਬ ਦੀ ਗੁਰਲੀ ਦੱਬੀ ਤੀ ਸੈਂਕੜੇ ਅੰਬ, ਹਜ਼ਾਰਾਂ ਅੰਬ ਲੱਗ ਜਾਂਦੇ ਨੇ ਹਰ ਸਾਲ, ਉਹੀ ਡਿਵੈਲਪ ਹੋਈ ਜਾਂਦੇ। ਉਹੀ ਅੰਤਰਾਤਮਾ ਜਿਹੜੀ ਸਾਡੇ ਕੋਲ ਅੱਜ ਬੀਜ ਰੂਪ ਦੇ ਵਿੱਚ ਹੈ, ਇਸੇ ਨੇ ਵਿਰਸ਼ ਰੂਪ ਦੇ ਵਿੱਚ ਜਾ ਕੇ ਡਿਵੈਲਪ ਹੋਣਾ, ਜੰਮ ਕੇ ਬਦਲਦੇ ਜਾਣਾ, ਬਦਲਦੇ ਜਾਣਾ, ਚੇਂਜ ਇਸੇ 'ਚ ਆਉਣੀ ਹੈ। ਇਸ ਅੰਤਰਾਤਮਾ ਨੇ ਹੀ ਤਰੱਕੀ ਕਰ ਕਰਕੇ ਕਰ ਕਰਕੇ ਇਸੇ ਨੇ ਹੀ ਉਹ ਸ਼ਬਦ ਰੂਪ ਧਾਰਨ ਕਰਨਾ, ਇਸੇ ਨੇ ਹੁਕਮ ਦੇ ਵਿੱਚ ਬਦਲ ਜਾਣਾ, ਹੁਕਮ ਰੂਪ ਧਾਰਨ ਕਰ ਜਾਣਾ। ਸ਼ਾਂਤ ਸਤ ਬੁੱਧ ਮੂਰਤ, ਉਹ ਬੁੱਧ ਦੀ ਮੂਰਤ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ, ਉਹ 'ਚ ਕੋਈ ਚੇਂਜ ਨਹੀਂ ਆਉਂਦੀ। ਮਰੇ ਤੋਂ ਬਾਅਦ, ਸਰੀਰ ਛੱਡੇ ਤੋਂ ਬਾਅਦ ਬੁੱਧ ਜਿਉਂਦੀ ਤੇ ਉਹ ਰਹਿੰਦੀ ਹੈ। ਖਾਲਸਾ ਮੇਰੋ ਬੁੱਧ ਔਰ ਗਿਆਨ, ਉਸ ਬੁੱਧੀ ਦੀ ਗੱਲ ਹੈ। ਦਸਮ ਪਾਤਸ਼ਾਹ ਕਹਿੰਦੇ ਖਾਲਸਾ ਕੌਣ ਹੈ? ਮੇਰੋ ਬੁੱਧ ਔਰ ਗਿਆਨ, ਗਿਆਨ ਕਹਿਤਾ ਪੁਲਿੰਗ, ਬੁੱਧ ਕਹਿਤਾ ਇਸਤਰੀ ਲਿੰਗ, ਮਾਤਾ ਔਰ ਪਿਤਾ ਦੋ ਆ ਗਏ ਨਾ। ਖਾਲਸਾ ਮੇਰੋ ਬੁੱਧ ਔਰ ਗਿਆਨ, ਖਾਲਸੇ ਕਾ ਹੋ ਧਰੋ, ਜੋ ਬੁੱਧ ਔਰ ਗਿਆਨ ਖਾਲਸਾ ਉਹਦਾ ਧਿਆਨ ਹੈ।
ਅਜੀ ਦੇ 5000 ਨੇ ਇਹਦਾ ਨਹੀਂ ਧਿਆਨ ਹੈ, ਸਰੀਰ ਦਾ ਨਹੀਂ ਗਾ ਉੱਥੇ। ਜੇ ਪੜ੍ਹ ਲੈਂਦੇ ਉਹਨੂੰ ਖਾਲਸਾ ਨੂੰ ਜਿਹੜਾ ਲਿਖਿਆ ਸਮਝ ਲੈਂਦੇ, ਫਿਰ ਇਹ ਸਰੀਰ ਨੂੰ ਖਾਲਸਾ ਨਾ ਮੰਨਦੇ, ਉਹ ਤਾਂ ਬੁੱਧ ਔਰ ਗਿਆਨ ਕਹਿੰਦੇ ਨੇ। ਖਾਲਸਾ ਮੇਰੋ ਬੁੱਧ ਔਰ ਗਿਆਨ, ਉਹਨੇ ਕਦੋਂ ਕਿਹਾ ਵੀ ਕਿਰਪਾਨ ਪਾਈ ਹੋਵੇ, ਚੋਲਾ ਕਿਹਾ ਜਾ ਹੋਵੇ, ਦੁਬੱਲਾ ਕਿਹਾ ਜਾ ਹੋਵੇ, ਉਹਨੇ ਕਿੱਥੇ ਲਿਖਿਆ? ਇਹ ਤਾਂ ਭੇਖ ਹੈ, ਇਹ ਵਰਦੀ ਹੈ, ਇਹ ਤਾਂ ਸਰੀਰ ਦੀ ਵਰਦੀ ਹੈ। ਫਿਰ ਵੀ ਸਰੀਰ ਇਹ ਕੱਪੜਾ ਸੀ, ਇਹ ਖਾਲਸਾ ਜਦੋਂ ਹੁੰਦਾ ਉਦੋਂ ਸਰੀਰ ਨਹੀਂ ਹੁੰਦਾ, ਦੇਹਧਾਰੀ ਨਹੀਂ ਹੁੰਦਾ। ਜੇ ਖਾਲਸਾ ਦਾ ਵੀ ਸਰੀਰ ਰਹਿ ਗਿਆ ਫਿਰ ਖਾਲਸਾ ਕਹਿੰਦਾ ਉਹ, ਖਾਲਸਾ ਮੇਰੋ ਬੁੱਧ ਔਰ ਗਿਆਨ, ਉਹਦਾ ਧਿਆਨ ਕਰ। ਖਾਲਸੇ ਕੌਣ ਤੁਹਾਨੂੰ ਧਿਆਨ, ਖਾਲਸਾ ਮੇਰੋ ਮਿੱਤਰ ਸੁਹਿਰਦ, ਸੁਹਿਰਦ ਸੁਹਿਰਦ ਸਾਰੀਆਂ ਇਹਨਾਂ ਨਾਲ ਮਿਲਦੀਆਂ ਨੇ ਗੱਲਾਂ। ਇਹਨਾਂ ਨੂੰ ਕੀ ਪਤਾ ਦਸ ਗ੍ਰੰਥ ਕੀ ਹੈ, ਸਾਰੀ ਗੱਲ ਇਹਦੇ ਨਾਲ ਮਿਲੂਗੀ ਲਿਆ ਕੇ। ਨਾ ਇਹਨਾਂ ਨੂੰ ਇਹਦਾ ਪਤਾ, ਨਾ ਉਹਦਾ ਪਤਾ, ਆਪਣਾ ਹੀ ਨਹੀਂ ਪਤਾ ਵੀ ਅਸੀਂ ਕੀ ਹਾਂ। ਜਿਹਨੂੰ ਆਪਣਾ ਨਹੀਂ ਪਤਾ ਮੈਂ ਕੀ ਹਾਂ, ਉਹ ਦੂਏ ਨੂੰ ਕੀ ਦੱਸ ਦੂ ਵੀ ਦੂਆ ਕੀ ਹੈ। ਕਹਿੰਦਾ ਆਖਿਆ ਤੂੰ ਕੌਣ, ਕਹਿੰਦਾ ਅਸੀਂ ਤਾਂ ਮੈਂ ਤੈਨੂੰ ਪੁੱਛਣਾ। ਇਹੀ ਤਾਂ ਕਹਿੰਦਾ ਮੈਂ ਪੁੱਛਣਾ ਮੈਂ ਕੌਣ। ਫਿਰ ਮੈਂ ਕਿਹਾ ਤੁਸੀਂ ਉਹਨੂੰ ਮੰਨਦੇ ਬਹੁਤ ਹੋ, ਉਹਨੇ ਲਿਖਿਆ ਫਿਰ ਮੈਂ ਕੌਣ ਹਾਂ, ਦੱਸਿਆ ਉਹਨੇ ਤੂੰ ਕੌਣ ਹੈ। ਨਹੀਂ ਉਹਨੇ ਲਿਖਿਆ ਮੈਂ ਕੌਣ, ਨਹੀਂ ਤੁਸੀਂ ਉਹਨੂੰ ਕਿਹੜੀ ਗੱਲ ਤੋਂ ਮੰਨਦੇ ਹੋ, ਜਿੱਦਾਂ ਉਹਨੇ ਜਵਾਬ ਹੀ ਨਹੀਂ ਮਿਲਿਆ ਉਸ ਗੱਲ ਦਾ। ਜਿਹੜਾ ਸੀਗਾ ਇਹਨਾਂ ਦਾ ਸਵਾਮੀ ਦਯਾਨੰਦ ਨਾ, ਜਿਹਦੇ ਹੈ ਨਾ ਹਸਤਾਲ ਨੀ, ਕੀ ਨਾਂ ਉਹਦਾ, ਦਯਾਨੰਦ ਹਸਤਾਲ, ਦਯਾਨੰਦ ਉਹ ਗਿਆ ਨਾ ਕਿਸੇ ਗੁਰੂ ਕੋਲ, ਕਹਿੰਦਾ ਅਗਰ ਕੌਣ, ਕਹਿੰਦਾ ਅਸੀਂ ਤਾਂ ਮੈਂ ਤੁਹਾਨੂੰ ਪੁੱਛਣਾ ਮੈਂ ਕੌਣ। ਬੁੱਲਾ ਵੀ ਇਹੀ ਕਹਿੰਦਾ, ਬੁੱਲਾ ਕੀ ਜਾਣੇ ਮੈਂ ਕੌਣ, ਬਾਣੀ ਦੱਸਦੀ ਹੈ ਮੈਂ ਕੌਣ ਔਰ ਤੂੰ ਕੌਣ, ਦੋਵੇਂ ਦੱਸਦੀ ਹੈ। ਗੁਰਬਾਣੀ ਜਵਾਬ ਹੈ ਸਰ ਮੈਂ ਕੌਣ ਔਰ ਤੂੰ ਕੌਣ। ਇਸ ਕਰਕੇ ਕ੍ਰਿਸ਼ਨ ਔਰ ਰਾਮ ਦੀ ਦੋਹਾਂ ਦੀ ਭਗਤੀ ਹੈ, ਮੈਂ ਕ੍ਰਿਸ਼ਨ ਤੂੰ ਰਾਮ, ਦੋਹਾਂ ਦੀਆਂ। ਬਸ ਤੂੰ ਤੂੰ ਕਰਦਾ ਤੂੰ ਪਿਆ, ਕੌਣ ਪਿਆ ਮੈਂ, ਤੂੰ ਤੂੰ ਕਰਦਾ ਤੂੰ ਕੌਣ ਪਿਆ ਮੈਂ, ਜਿਹੜਾ ਮੈਂ ਸੀ ਤੂੰ ਕਰਦਾ ਤੂੰ ਪਿਆ, ਦੋਹਾਂ ਦੀ ਹੋ ਗਈ ਨਾ, ਮੈਂ ਦੀ ਵੀ ਹੋ ਗਈ ਤੂੰ ਦੀ ਵੀ ਹੋ ਗਈ। ਅਤੇ ਉਹਨਾਂ ਨੇ ਜਵਾਬ ਤਾਂ ਦਿੱਤਾ ਨਹੀਂ ਤੂੰ ਕੌਣ ਹੈ ਮੈਂ ਕੌਣ ਹੈ, ਦੋਹਾਂ ਦਾ ਜਵਾਬ ਸਿਰਫ ਗੁਰਬਾਣੀ ਜਾਂ ਕਿਤੇ ਨਹੀਂ ਹੈ। ਹੋਰ ਇਹ ਦੱਸਣ ਕਿੱਥੇ, ਇਸਲਾਮ ਵਾਲਿਆਂ ਨੂੰ ਮੈਂ ਇਹੀ ਕਿਹਾ ਸੀ ਤੁਸੀਂ ਦੱਸ ਦਿਓ ਇੱਕ ਕੀ ਹੈ, ਫਿਰ ਦੱਸ ਦਿਓ ਮੈਨੂੰ ਫੋਨ ਕਰ ਦਿਓ ਇੱਕ ਕੀ ਹੈ, ਕੁਰਾਨ 'ਚੋਂ ਪੜ੍ਹ ਕੇ ਇੱਕ ਕੀ ਹੈ, ਕਿਤੇ ਜਵਾਬ ਨਹੀਂ ਹੈ ਕਿਸੇ ਗ੍ਰੰਥ 'ਚ ਸਵਾ ਗੁਰਬਾਣੀ ਤਾਂ ਕਿਤੇ ਨਹੀਂ ਪਤਾ। ਹਾਂ ਵੇਦ ਵਿੱਚ ਹੈਗਾ, ਹੋਰ ਜਿੱਥੋਂ ਕਬੀਰ ਨੇ ਪੜ੍ਹਿਆ ਉੱਥੇ ਹੈਗਾ, ਉਹ ਗ੍ਰੰਥ ਸਾਡੀ ਭਾਸ਼ਾ 'ਚ ਨਹੀਂ ਹੈ। ਹੈਗਾ ਪਰ ਇਹਨਾਂ ਇਹਦੇ ਵਿੱਚ ਹੀ ਹੈ, ਇਹ ਗੁਰਬਾਣੀ ਹੋਈ ਹੈ ਸਾਰੀ, ਉਹ ਗੁਰਬਾਣੀ ਹੋ ਨਾ ਇਹਦਾ ਇਹੀ ਗੁਰਬਾਣੀ ਹੋ ਰਹੂਗਾ, ਬੋਲੀ ਕੋਈ ਹੋਵੇ ਚਾਹੇ ਅੱਖਰ ਕਹੇ ਜਿਹੇ ਹੋਣ। ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਕੀ ਹੈ, ਪਾਰਸ ਹੈ। ਪਾਰਸ ਕੀ ਹੁੰਦਾ, ਜਿਹਦੇ ਨਾਲ ਸਪਰਸ਼ ਕਰਕੇ ਜਿਹੜਾ ਕੱਚਾ ਹੁੰਦਾ ਨਾ, ਕੱਚਾ ਝੂਠ ਹੁੰਦਾ ਸੱਚ ਬਣ ਜਾਂਦਾ। ਜਿਵੇਂ ਲੋਹਾ ਕੱਚਾ ਹੁੰਦਾ, ਲੋਹਾ ਕਾਹਤੇ ਕੱਚਾ ਹੁੰਦਾ, ਲੋਹਾ ਗਲ ਜਾਂਦਾ, ਜੰਗ ਖਾ ਜਾਂਦੀ ਹੈ ਲੋਹੇ ਨੂੰ, ਪਾਣੀ ਖਾ ਜਾਂਦਾ, ਸਲਾਬ ਹੋ ਕੇ ਜੰਗ ਲੱਗ ਜਾਂਦੀ ਹੈ ਸੋਨੇ ਨੂੰ, ਸਾਰਾ ਗਲ ਜਾਂਦਾ, ਮਿੱਟੀ ਬਣ ਜਾਂਦਾ ਲੋਹਾ, ਸੋਨਾ ਨਹੀਂ ਬਣਦਾ। ਇਸ ਕਰਕੇ ਮਨ ਨੂੰ ਲੋਹਾ ਮੰਨਿਆ ਹੋਇਆ, ਮਸਾਲ ਦਿੱਤੀ ਹੋਈ ਹੈ, ਮਨ ਲੋਹਾ ਨਹੀਂ ਹੈ, ਮਨ ਜਗ੍ਹਾ ਲਿਆ ਜਾਂਦਾ ਮਾਇਆ ਦੇ ਨਾਲ ਲੱਗ ਕੇ, ਨਾ ਇਹ ਜਗ੍ਹਾ ਲਿਆ ਜਾਂਦਾ, ਸਿਹਤ ਖਰਾਬ ਹੋ ਜਾਂਦੀ ਹੈ,
ਇਹਦੀ ਸਿਹਤ 'ਤੇ ਅਸਰ ਪੈਂਦਾ, ਜਿਵੇਂ ਲੋਹੇ ਦੀ ਸਿਹਤ 'ਤੇ ਅਸਰ ਪੈਂਦਾ। ਨਵਾਂ ਜੇ ਲੋਹਾ ਉਹਦੀ ਸਿਹਤ ਖਰਾਬ ਹੋ ਜਾਣੀ, ਮੀਂਹ ਪੈ ਜਾਏ, ਪਾਣੀ ਲੱਗ ਜਾਏ, ਜੰਗਾਲਿਆ ਜਾਣਾ। ਚਿੱਤ ਦੀ ਸਿਹਤ 'ਤੇ ਫਰਕ ਪੈਂਦਾ ਮਾਇਆ ਦਾ। ਜਦੋਂ ਕਹਿੰਦੇ ਨੇ ਪਾਰਸ ਕਿਸੇ ਲੋਹੇ ਨੂੰ ਸਪਰਸ਼ ਕਰਦਾ ਤਾਂ ਉਹਦਾ ਸੋਨਾ ਬਣਾ ਦਿੰਦਾ, ਮਤਲਬ ਫਿਰ ਉਹਨੂੰ ਮਿੱਟੀ 'ਚ 100 ਸਾਲ ਦੱਬ ਰੱਖ, ਮਿੱਟੀ ਉਹਨੂੰ ਖਾਂਦੀ ਨਹੀਂ, ਕੋਈ ਚੀਜ਼ ਉਹਨੂੰ ਖਾਂਦੀ ਨਹੀਂ, ਘਟਦਾ ਨਹੀਂ ਲੋਕ ਸੋਨਾ, ਅੱਗ ਜਾਲੀ ਜਾਓ ਤਾਂ ਨਹੀਂ ਘਟਦਾ, ਉਹਨਾਂ ਹੀ ਰਹਿੰਦਾ। ਸੋਨੇ ਦੀ ਖੂਬੀ ਹੈ, ਖਾਸੀਅਤ ਹੈ, ਸੋਨਾ ਜਿੰਨੀ ਵਾਰ ਲੋਹੇ ਨੂੰ ਜਿੰਨੀ ਵਾਰ ਅੱਗ 'ਚ ਪਾਓਗੇ ਸ਼ੁੱਧ ਹੋਈ ਜਾਊਗਾ, ਘਟੀ ਜਾਊਗਾ। ਕਾਰਬਨ ਜਲਦੀ ਰਹੂਗੀ ਇਹਦੇ 'ਚ, ਘਟੀ ਜਾਊਗਾ, ਥੋੜ੍ਹਾ ਹੁੰਦਾ ਚਲਾ ਜਾਊਗਾ, ਸੋਨਾ ਨਹੀਂ ਹੁੰਦਾ। ਇਸ ਕਰਕੇ ਪਾਰਸ ਪਰਸਪਰਾ। ਫਿਰ ਇੱਕ ਤਾਂ ਇਹ ਕਿਹਾ ਵੀ ਗੁਰੂ ਸੋਨੇ ਤੋਂ, ਜਿਹੜਾ ਸੰਸਾਰੀ ਪਾਰਸ ਹੈ ਲੋਹੇ ਨੂੰ ਸੋਨਾ ਬਣਾਉਂਦਾ, ਪਰ ਗੁਰੂ ਆਪਣੇ ਵਰਗਾ ਬਣਾਉਂਦਾ। ਇਹ ਸੰਸ਼ੋਧਨ ਕਰਤਾ ਥੋੜ੍ਹਾ ਜਿਹਾ ਇਹ 'ਚ, ਕਿ ਪਾਰਸ ਜਿਹੜਾ ਸੋਨਾ ਬਣਾਇਆ ਕੋਈ ਡਿਫਰੈਂਟ ਚੀਜ਼ ਬਣਾਤੀ ਨਾ ਆਪਣੇ ਨੂੰ, ਉਹਨੇ ਆਪਣੇ ਵਰਗਾ ਹੀ ਬਣਾਉਣਾ, ਹੋਰ ਸੰਸ਼ੋਧਨ ਕਰਤਾ ਇਹਦੇ ਵਿੱਚ ਵੀ ਜਿਹੋ ਜਿਹਾ ਉਹ ਆਪ ਹੈ ਉਹੋ ਜਿਹਾ ਹੀ ਬਣਾ ਲੈਂਦਾ, ਤਾਂ ਲੋਹਾਂ ਦੀ ਪਛਾਣ ਮਿਟਦੀ ਹੈ ਨਾ। ਸਖੀ ਜੀਵੇਂ ਪੀਵੇ ਵਸਿਕ ਜੀਓ, ਜੀਓ ਪੀਓ ਸੂਝੇ ਨਾ ਹੀ ਘਟਵੇਂ ਜੀਓ ਪੀਓ ਸੂਝੇ। ਦੋਹਾਂ ਦਾ ਚੇਤਰ ਮਨ ਦਾ ਦੋਹਾਂ ਦਾ ਪਤਾ ਲੱਗਿਆ ਵੱਖਰੇ ਵੱਖਰੇ ਨੇ, ਫਿਰ ਤਾਂ ਕੋਈ ਨਾ ਵੱਖਰੇ ਵੱਖਰੇ ਤਾਂ ਹੁਣ ਪਤਾ ਲੱਗਦਾ, ਇਸ ਵਕਤ ਵੱਖਰੇ ਵੱਖਰੇ ਨੇ। ਗੁਰਦੇਵ ਜਦ ਸਪਰਸ਼ ਕਰਦਾ ਆਪਣੇ ਵਰਗਾ ਹੀ ਬਣਾ ਲੈਂਦਾ। ਪਰਸਪਰਾ ਮਾਇਆ ਤੋਂ ਪਰੇ ਲੈ ਜਾਂਦਾ, ਪਰਸ ਕੇ ਆਪਣੇ ਵਰਗਾ ਬਣਾ ਲੈਂਦਾ, ਸਪਰਸ਼ ਕਰਕੇ ਆਪਣੇ ਦੇਸ਼ 'ਚ ਲੈ ਜਾਂਦਾ, ਉਹ ਨਿਰਾਕਾਰੀ ਦੇਸ਼ 'ਚ, ਇਹ ਦੇਸ਼ ਤੋਂ ਲੈ ਛਡਾ ਕੇ ਮਾਇਆ ਤੋਂ ਪਰੇ ਲੈ ਜਾਂਦਾ। ਪਰਾ ਪਰਾ ਬਾਣੀ ਤਾਂ ਹੀ ਕਹਿੰਦੇ ਜਿਹੜੀ ਮਾਇਆ ਤੋਂ ਪਰੇ ਹੁੰਦੀ ਹੈ। ਅਜੋ ਉਹ ਸ਼ਬਦ ਰੂਪ ਨਹੀਂ ਦਿੱਤਾ ਸੀ ਉਹਨੂੰ, ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ, ਬੋਲਣ ਤੋਂ ਪਹਿਲਾਂ ਜਿਹੜੀ ਮਨ ਦੇ ਵਿੱਚੇ ਗੱਲ ਹੈ ਉਹ ਪਰਾਵਣੀ ਹੈ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਦੇਵ ਹੁੰਦਾ ਤੀਰਥ ਹੁੰਦਾ, ਅੰਮ੍ਰਿਤ ਸਰੋਵਰ ਗੁਰਦੇਵ ਹੈ। ਹੁਣ ਅਸੀਂ ਅੰਮ੍ਰਿਤ ਸਰੋਵਰ ਬਾਹਰ ਬਣਾ ਲਿਆ, ਜਦੋਂ ਅਸੀਂ ਅੰਮ੍ਰਿਤ ਸਰੋਵਰ ਬਾਹਰ ਬਣਾ ਲਿਆ ਤਾਂ ਗੁਰਦੇਵ ਦੀ ਸਾਨੂੰ ਲੋੜ ਨਹੀਂ ਰਹੀ। ਅੰਮ੍ਰਿਤ ਸਰੋਵਰ ਸਾਡੇ ਕੋਲ ਹੈਗਾ, ਉੱਥੇ ਨਾਲੋ ਇਹਦੀ ਤਾਂ ਲੋੜ ਨਹੀਂ ਹੁਣ ਸਾਨੂੰ ਪਾਣੀ ਦੀ ਰਹੀ, ਅਸੀਂ ਡੁਪਲੀਕੇਟ ਬਣਾ ਲਿਆ ਤਾਂ ਛੱਡ ਦਿੱਤਾ। ਜਿਹੜੇ ਸਾਧ ਆਏ ਉਹਨਾਂ ਨੇ ਕੰਮ ਕਰਕੇ ਕਹਿਤਾ ਭਾਈ ਅੰਮ੍ਰਿਤ ਸਰੋਵਰ ਹੈਗਾ, ਇਸ਼ਨਾਨ ਕਰ ਲਓ ਤੁਸੀਂ, ਸੌਖੀ ਜਿਹੀ ਗੱਲ ਦੱਸਤੀ, ਆ ਸਭ ਕੁਛ ਛਡਾਤਾ, ਰਿਜ਼ਲਟ ਤਾਂ ਨਹੀਂ ਆਉਂਦੇ ਸਾਡੇ, ਅਸੀਂ ਕੁਛ ਹੋਰ ਦੀ ਜਗ੍ਹਾ ਹੋਰ ਏ ਦਵਾਈ ਖਾਣ ਲੱਗੇ। ਹੁਣ ਉਸ ਅੰਮ੍ਰਿਤ ਸਰੋਵਰ ਨੂੰ ਜਿਹਨੂੰ ਹੁਣ ਤਾਈਂ ਕਹਿੰਦੇ ਰਹੇ, ਹੁਣ ਉਹ ਉੱਤੇ ਪਲਾਂਟ ਵੀ ਲਾ ਤਾ ਉਹਨੂੰ ਟ੍ਰੀਟਮੈਂਟ ਦਾ, ਹੁਣ ਅੰਮ੍ਰਿਤ ਵੀ ਅਸ਼ੁੱਧ ਹੁੰਦਾ ਜੀ। ਅੰਮ੍ਰਿਤ ਆ ਉਹਦੇ 'ਚ ਅਸ਼ੁੱਧੀ ਕਾਹਦੀ ਹੈ, ਫਿਰ ਟ੍ਰੀਟਮੈਂਟ ਕਾਹਦੇ ਕਰਦੇ ਹੋ? ਬਸ ਉਹ ਵੀ ਠੀਕ ਹੈ, ਉਹ ਵੀ ਠੀਕ ਹੈ, ਝੂਠ ਹਿੰਦੂ ਨੂੰ ਵੀ ਕਹਾਂ ਚੱਲਿਆ ਗਿਆ, ਬ੍ਰਾਹਮਣ ਨੂੰ ਵੀ ਕਹਾਂ ਚੱਲਿਆ ਗਿਆ, ਅੰਮ੍ਰਿਤ ਸਰੋਵਰ ਵੀ ਹੈ ਟ੍ਰੀਟਮੈਂਟ ਦਾ ਪਲਾਂਟ ਵੀ ਹੈ, ਬਿਮਾਰੀਆਂ ਵੀ ਉੱਥੋਂ ਪੈਦਾ ਦਾ ਖਤਰਾ ਹੈ ਹੋ ਜਾਣਦਾ, ਉਹ ਬਿਮਾਰੀਆਂ ਪੈਦਾ ਕਰਦਾ ਹੁੰਦਾ, ਅੰਮ੍ਰਿਤਕ ਬਿਮਾਰੀਆਂ ਹਟਾਉਂਦਾ ਹੁੰਦਾ, ਫਿਰ ਵੀ ਕਹੀ ਜਾਂਦੇ ਇਹ ਕੁਛ ਜਦੋਂ ਆ ਜਾਵੇ ਤਾਂ ਧਰਮ ਦਾ ਇਹ ਹੱਲ ਨਾ ਹੋਵੇ, ਕਿਵੇਂ ਨਾ ਹੋਵੇ, ਕਿਉਂ ਨਾ ਹੋਵੇ ਧਰਮ ਦਾ ਉਹ ਹਾਲ। ਅਸੀਂ ਗੁਰਬਾਣੀ ਦੇ ਪ੍ਰਤੀ ਇਮਾਨਦਾਰ ਹੈ ਹੀ ਨਹੀਂ, ਸੱਚ ਇਹ ਗੁਰਬਾਣੀ ਦੇ ਪ੍ਰਤੀ ਇਮਾਨਦਾਰ ਬਿਲਕੁਲ ਵੀ ਨਹੀਂ। ਗੋਲਕ ਦੇ ਪ੍ਰਤੀ ਤਾਂ ਇਮਾਨਦਾਰ ਹੋਣ ਦੀ ਲੋੜ ਹੀ ਨਹੀਂ, ਮਾਇਆ ਦੇ ਪ੍ਰਤੀ ਇਮਾਨਦਾਰੀ ਦੀ ਲੋੜ ਨਹੀਂ ਹੁੰਦੀ, ਮਾਇਆ ਤਾਂ ਬੇਈਮਾਨ ਬਣਾਉਣ ਵਾਲੀ ਚੀਜ਼ ਹੈ, ਉਹਦੇ ਪ੍ਰਤੀ ਇਮਾਨਦਾਰੀ ਦਾ ਕੀ ਮਤਲਬ?
ईमानदारी सच दे प्रति हुंदी है, झूठ दे प्रति ईमानदारी, झूठ तां तुहानूं बेईमान बनाऊगा। माया दे प्रति ईमानदारी दी लोड़ नहीं है, गोलक होगी बेईमानी होगी, माया होगी बेईमानी होगी, झूठ होगा बेईमानी होगी, झूठ होगा लड़ाई होगी, झूठ होगा झगड़े होणगे, बस झूठ तो बचना सी, सच नाल जुड़ना सी। आद सच लिखिया सी गुरु ग्रंथ साहिब दे, सब तो पहला अखर आद सच, ओ छड़ता, ਉਹ ਜਿਹਦੇ ਨਾਲ ਜੋੜਿਆ ਸੀ ਉਹ ਛੱਡ ਦਿੱਤਾ, ਅਤੇ ਫਿਰ ਬਾਕੀ ਤਾਂ ਅੱਗੇ ਜੁੜੇ ਹੋਏ ਹੈਗੇ ਹੀ ਆ ਮਾਇਆ ਨਾਲ, ਤਾਂ ਫਿਰ ਕੀ ਸੀ ਲੋੜ। ਸੱਚ ਨਾਲ ਜੁੜਨਾ ਸੀਗਾ, ਸੱਚ ਨਾਲ ਜੁੜ ਕੇ ਹੀ ਫਾਇਦਾ ਸੀ, ਉਹ ਅਸੀਂ ਜੁੜਨਾ ਮੰਨਦੇ ਨਹੀਂ। ਹੁਣ ਅੰਮ੍ਰਿਤ ਸਰੋਵਰ ਹੈਗਾ ਇਹ ਤਾਂ ਕੀ ਲੈਣਾ, ਇਹਦੇ ਤਾਂ ਸਾਨੂੰ ਮਤਲਬ ਨਹੀਂ ਹੈ, ਸਾਡੇ ਕੰਮ ਨਹੀਂ ਸਾਰੇ, ਜਿਹੜੇ ਸਾਡੇ ਕੰਮ ਨੇ ਗੁਰਬਾਣੀ ਨਹੀਂ ਸਰਦੀ ਹੈ, ਸਾਡੇ ਕੰਮ ਸਾਰਦਾ ਪੈਸਾ, ਉਹਦੇ ਨਾਲ ਅਸੀਂ ਜੁੜੇ ਹੋਏ ਹਾਂ। ਸੱਚ ਬੋਲਣ ਦੇ ਨਾਲ ਤਾਂ ਅਸੀਂ ਭੁੱਖੇ ਮਰ ਜਾਵਾਂਗੇ, ਅਸੀਂ ਤਾਂ ਝੂਠ ਬੋਲਾਂਗੇ, ਸਰਦਾ ਨਹੀਂ ਝੂਠ ਬੋਲੇ, ਬਿਜਨਸ ਆ ਇਹ ਆ ਉਹ ਸੌ ਵਾਹਨ। ਫਿਰ ਗੁਰਬਾਣੀ ਦੀ ਯਾਰ ਗੁਰੂ ਘਰ ਦੀ ਗੱਲ ਕਿੱਥੇ ਰਹਿ ਗਈ, ਬਹੁਤ ਦੂਰ ਚਲੀ ਗਈ ਗੱਲ, ਤਾਂ ਬਹੁਤ ਦੂਰ ਚਲੀ ਗਈ। ਜੇ ਅਸੀਂ ਕਹਿੰਦੇ ਸਾਡਾ ਸਰਦਾ ਹੀ ਨਹੀਂ, ਫਿਰ ਤਾਂ ਗੱਲੇ ਖਤਮ ਹੋ ਗਈ, ਸੋਚਿਆ ਵੀ ਨਹੀਂ ਜਾ ਸਕਦਾ ਇਹ। ਇਹੋ ਜਿਹੇ ਸਿੱਖ ਗੁਰਬਾਣੀ ਨੂੰ ਮੰਨ ਲੈਣਗੇ ਕਦੇ ਵੀ, ਸੋਚਿਆ ਵੀ ਨਹੀਂ ਜਾ ਸਕਦਾ। ਤਾਂ ਹਾਂ, ਉਹ ਪਤਾ ਨਹੀਂ ਕਿਹੜੇ ਲਾਲਚ ਨੂੰ ਉਹਨਾਂ ਨੂੰ ਵਹਿਮ ਪਿਆ ਹੋਇਆ ਵੀ ਇਹ ਲਾਲਚ ਸਾਡੇ ਪੂਰੇ ਹੋਣਗੇ ਗੁਰਦੁਆਰੇ ਤੋਂ, ਤਾਂ ਸਿੱਖ ਨੇ, ਵਰਨਾ ਉਹ ਗੁਰਦੁਆਰਾ ਵੀ ਛੱਡ ਜਾਣ। ਜਿਹੜੇ ਮੰਨਦੇ ਨੇ ਉੱਥੋਂ ਲਾਲਚ ਨਹੀਂ ਪੂਰੇ ਹੁੰਦੇ, ਗੁਰਦੁਆਰੇ ਜਾਂਦੇ ਵੀ ਨਹੀਂ। ਜਿਨ੍ਹਾਂ ਨੂੰ ਇਹ ਸਮਝ ਆ ਰਿਹਾ ਵੀ ਗੁਰਦੁਆਰਾ ਲਾਲਚ ਨਹੀਂ ਪੂਰੇ ਹੁੰਦੇ, ਉਹ ਨਹੀਂ ਜਾਂਦੇ ਗੁਰਦੁਆਰੇ, ਸਿੱਖ ਵੀ ਨੇ ਉਹ। ਕਮਿਊਨਿਸਟਾਂ ਨੂੰ ਪਤਾ ਵੀ ਇਹ ਹੁੰਦੇ ਨਹੀਂ, ਮੂਰਖ ਨੇ, ਸਿੱਖ ਉਹ ਗੁਰਦੁਆਰੇ ਨਹੀਂ ਜਾਂਦੇ, ਸਿੱਖ ਨੇ ਕਮਿਊਨਿਸਟ, ਉਹਨੂੰ ਪਤਾ ਵੀ ਇਹ ਮੂਰਖ ਨੇ। ਉਹ ਗੁਰਬਾਣੀ 'ਤੇ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਤੁਹਾਡੇ ਨਾਲ, ਤੁਸੀਂ ਝੂਠਾ ਮੰਨੀ ਬੈਠੇ ਹੋ, ਝੂਠਾ ਇਹ ਝੂਠ 'ਤੇ ਵਿਸ਼ਵਾਸ ਕਰੀ ਬੈਠੇ ਹੋ ਵੀ ਇੱਥੋਂ ਮਿਲਦਾ, ਗੁਰਬਾਣੀ ਕਹਿੰਦੀ ਮਿਲਦਾ ਪਰਮੇਸ਼ਰ ਕੋਲੋਂ ਸਭ ਕੁਛ। ਜਿਹੜੇ ਗੁਰਦੁਆਰੇ ਨਹੀਂ ਜਾਂਦੇ, ਅੰਗਰੇਜ਼ ਅਮਰੀਕਾ ਵਾਲੇ ਗੁਰਦੁਆਰੇ ਨੂੰ ਨਹੀਂ ਮੰਨਦੇ, ਉਹਨਾਂ ਕੋਲ ਮਾਇਆ ਕਿੱਥੋਂ ਆ ਗਈ ਤੁਹਾਡੇ ਨੂੰ ਜ਼ਿਆਦਾ? ਅਰਬ ਦੇਸ਼ਾਂ 'ਚ ਮਾਇਆ ਕਿੱਥੋਂ ਆ ਗਈ? ਬੈਠਿਆਂ ਨੂੰ ਤੇਲ ਦੇ ਪੈਸੇ ਆਉਂਦੇ ਨੇ, ਮਾਇਆ ਦਾ ਕੋਈ ਸਿੱਖੀ ਨਾਲ ਸੰਬੰਧ ਹੈ? ਇਹ ਤਾਂ ਮਾਇਆ ਤੋਂ ਦੂਰ ਕਰਦੀ ਹੈ ਸਮਾਂ ਤੁਹਾਨੂੰ, ਤੁਸੀਂ ਇਹਨੂੰ ਮਾਇਆ ਨਾਲ ਜੋੜਤਾ ਲਿਆ ਕੇ। ਇਹ ਹੈ ਸਿੱਖੀ ਸਾਡੀ ਆਪਣੀ ਮਰਜ਼ੀ ਦੀ ਜਿਹੜੀ ਅਸੀਂ ਮੰਨੀ ਬੈਠੇ ਹਾਂ, ਗੁਰੂ ਦੀ ਮਰਜ਼ੀ ਦੀ ਸਿੱਖੀ ਨਹੀਂ ਹੈ ਇਹ, ਠੱਗਾਂ ਦੀ ਪ੍ਰਚਾਰੀ ਹੋਈ ਹੈ ਜਿਹਨਾਂ ਨੂੰ ਗੋਲਕ ਚਾਹੀਦੀ ਸੀ, ਗੋਲਕਧਾਰੀਆਂ ਦੀ ਪ੍ਰਚਾਰੀ ਹੋਈ ਸਿੱਖੀ ਹੈ। ਜੇ ਅਸੀਂ ਇਹ ਕਿਹਾ ਵੀ ਗੁਰਦੁਆਰਿਆਂ 'ਚ ਉਹ ਮਿਲਦਾ ਉਹ ਮਿਲਦਾ, ਉਹ ਖਬਰਾਂ 'ਚੋਂ ਮਿਲਣ ਲੱਗ ਗਿਆ, ਕੋਈ ਆਦਮੀ ਗਿਆ ਗੁਰਦੁਆਰਿਆਂ ਦੀ ਸੁੱਖ ਨਹੀਂ ਪੂਰੀ ਹੋਈ, ਦੂਆ ਕਹਿੰਦਾ ਆ ਜਾ ਉਹ ਕਬਰ ਤੋਂ ਫਲਾਣੇ ਦੀ ਸੁੱਖ ਪੂਰੀ ਹੋਈ ਆ, ਉਹ ਕਬਰ 'ਤੇ ਨੂੰ ਤੁਰ ਪੈਂਦਾ, ਉੱਥੇ ਕੁਦਰਤੀ ਪੂਰੀ ਹੋ ਜਾਵੇ ਫਿਰ ਕੀ ਬਣੂ, ਕੀ ਬਣੂ? ਉਹਦਾ ਨੁਕਸਾਨ ਵੀ ਦੇਖੋ ਕੀ ਹੋਇਆ ਇਹਨਾਂ ਗੱਲਾਂ ਦਾ, ਇਹਨਾਂ ਗੱਲਾਂ ਦਾ ਨੁਕਸਾਨ ਇਹ ਹੋਇਆ ਝੂਠ ਦਾ, ਕਿ ਸਿੱਖ ਵਿਸ਼ਵਾਸ ਹੀ ਚੱਕਿਆ ਗਿਆ, ਕਬਰਾਂ 'ਤੇ ਜਾਣ ਲੱਗ ਗਏ, ਮੁੜੀਓ ਜੋ ਛਡਾਇਆ ਤਾਂ ਉਹ ਸਾਰੇ ਹੀ ਕੰਮ ਕਰਨ ਲੱਗ ਗਏ। ਕੋਈ ਜਿਹੋ ਜਿਹਾ ਉੱਥੇ ਝੂਠ ਬੋਲਿਆ ਜਾਂਦਾ, ਉਹੋ ਜਿਹਾ ਗੁਰਦੁਆਰਿਆਂ 'ਚ ਬੋਲਿਆ ਜਾਂਦਾ ਝੂਠ। ਦੁਕਾਨਾਂ ਸਾਰੀਆਂ ਚੱਲ ਪਈਆਂ, ਉਹਨਾਂ ਦੀਆਂ ਸਗੋਂ ਵਧੀਆ ਚੱਲ ਪਈਆਂ ਦੁਕਾਨਾਂ ਦੂਜਿਆਂ ਦੀਆਂ, ਗੁਰਦੁਆਰੇ ਨਹੀਂ ਹੁੰਦੇ ਆਦਮੀ ਜਿੰਨੇ ਉਹ ਵੀਰਵਾਰ ਨੂੰ ਹੁੰਦੇ ਨੇ, ਇਹਨਾਂ ਦੇ ਪੀਰਾਂ ਦੇ ਗੁਰਦੁਆਰੇ ਨਹੀਂ ਜਾਂਦੇ ਇੰਨੇ, ਉੱਥੇ ਮੇਲਾ ਲੱਗਿਆ ਹੁੰਦਾ ਕਬਰਾਂ 'ਤੇ, ਔਰ ਸਿੱਖ ਹੁੰਦੇ ਨੇ ਸਾਰੇ। ਜੇ ਸੱਚ ਦਾ ਪ੍ਰਚਾਰ ਕਰਦੇ ਵੀ ਕਿਤੋਂ ਨਹੀਂ ਮਿਲਦਾ ਕੁਛ, ਸਿਰਫ ਨਾਨਕ ਕਰ ਕੇਵਲ ਨਾਮ, ਨਾਨਕ ਕਹਿੰਦਾ ਮੇਰੇ ਕੋਲ ਆਇਓ ਜਿਹਨੂੰ ਨਾਮ ਚਾਹੀਦਾ, ਲੋਭੀ ਕਾ ਵਸਾ ਨਾ ਕੀਜੇ, ਜਿਹੜਾ ਹੋਰ ਲੋਭੀ ਹੈ ਨਾ ਉਹਦਾ ਭਰੋਸਾ ਨਾ ਕਰਿਓ, ਉਹਨੂੰ ਵੜ ਲੈਣਾ ਦਿਓ ਇੱਥੇ, ਉਹਦੇ ਨਾਲ ਅਰਦਾਸ ਕਰ ਦਿਓ, ਪਰ ਉੱਥੇ ਲੋਭੀਆਂ ਦਾ ਕਬਜ਼ਾ, ਲੋਭੀਆਂ ਦੀ ਅਰਦਾਸ ਹੁੰਦੀ ਹੈ। ਨਾਮ ਨਾ ਕੋਈ ਮੰਗਦਾ, ਨਾ ਕਿਸੇ ਨੂੰ ਨਾਮ ਦੀ ਭੁੱਖ ਹੈ, ਨਾ ਕੋਈ ਅਰਦਾਸ ਕਰਾਉਂਦਾ ਨਾਮ ਦੀ। ਕਬ ਦੇਖੋ ਗੱਲ ਉਲਟ ਹੋ ਗਈ ਗੁਰਬਾਣੀ ਦੀ ਸਾਰੀ,
लोभी का बसा ना की जे लिखा सी कब्जा लोभियों का हो गया। जाते भी लोभी ने अरदास भी लोभ दी होती है। सारा कुछ गुरबाणी ते उल्ट हो रहा है जानते हुए भी। हटाऊ कौन कौन हटाऊ हटाने की किसी की लड़ है जहाजा कर पालन जो करते ने उ पाते ने। किन्ने साल हो गए गुरुद्वार की अरदास करते बिछड़े पूरी होगी नाले कहने फिर सी ना जाए जन की अरदास थोड़े च कोई जन है ही नहीं या मनो भी साढ़े च कोई जन है ही नहीं ए 50 साल च कोई जन नहीं पैदा होया साढ़े च जन की अरदास वृत्ती जाती नहीं है। तुसी रोज 10 बजे पता नहीं किन्ने बार अरदास हो रही है कितने कितने हो रही है जिन्हें गुरुद्वार से बिछोड़िया है क्यों नहीं पूरी हुई थोड़ी अरदास। सब झूठ है ये अरदास गुरु तो खिलाफ है गुरमत तो ही खिलाफ है अरदास है गुरु कहते पूरी करे ये तो गुरमत तो खिलाफ है अरदास एक अरदास तो गुरमत तो बाकी करने वाली है तो बगावत है गुरु गुरमत के खिलाफ बगावत है अरदास अरदास नहीं है अरदास पूरी होती है जी गुरु के अनुसार हो गए सत संतोख की अरदास होती है जब सत संतोख की अरदास करता ना फिर सुनता है वरना सुनता ही नहीं एक अरदास सुनता सिर्फ बाकी नहीं सुनता गुरबाणी जे लिखी हुई है सत संतोख होवे अरदास तां सुन सद बहाले पास ये करनी सी ये कीती नहीं ना सानू सत चाहिदा ना संतोख चाहिदा इहदा चाहिदा नहीं जे ये नहीं चाहिदा तो फिर वह तो सतगुर ने देना नहीं जहर खाते दे अपने सतगुर जहर नहीं दिता अपने हथ तुसी खाणी खाई जाओ अपने हथना अपने औलाद में कोई जहर नहीं दिता तुसी खाणी खाई जाओ। सत संतोख होवे अरदास तां सुन सद बहाले पास फिर सुनता भी है सद के कोल भी बहालता है ये तो गुरबाणी कहती है। ये अरदास क्यों नहीं करते हो क्यों करते हो वह क्यों करते हो क्यों नहीं करते जे नहीं करते कि तुसी फिर सिखो इतों फैसला कर लो गुरु की कही हुई अरदास करते नहीं जिहड़ी गुरु ने वर्जी अरदास वो करते हो फिर कहने असी सिखा सिख नहीं असी अपराधी हाँ सिखी के भेस च जो बदनाम सिखी नूं अज सिख है इन्हें सिखी दे विरोध दे विच आप ही खड़ा है। हाँ यह ऐ कह सकता दूई अरदास माया दी ना करता चाहे सत संतोख की अरदास ना करता कम से कम विरोधी अरदास तो ना करता चल सत संतोख की अरदास ना करता पर माया दी तो ना करता ना अरदास तो विरोधी धड़े खड़ा हो गया जाके सिक्ख्या उठ देने लग गया जे नहीं गुरु वाली करन जोगा सी तो करता ही ना अरदास ना करता कोई अरदास ही बंद कर दूंगा पर तू माया दी कादे करदा है लोभ दी कादे करदा है लोभी दा कहने बसा लगी जाए लोभी नूं चोर समझते रहे लोभी नूं बेईमान समझते रहे ठग समझते रहे कहने का भरोसा ही ना करो ते असीं उन्हां ते भरोसा करी बैठे। गुरदेव तीर्थ अमृत सरोवर गुर ज्ञान मज्जन अपरंपरा गुरदेव तीर्थ अमृत सरोवर सतगुर नूं यार गुरदेव नूं ही अमृत सरोवर मनिया गुरबाणी ने क्योंकि जे मन दा इशनान करना तो पानी वाला सरोवर तो चाहिए नहीं जो तो मन धोना
फिर तो शब्द नाले धोना पऊगा, उपदेश नाले धोना पऊगा, मन धोवो शब्द लागो। शब्द जिहड़ा उपदेश मिलना वह सतगुर ते मिलना है, यह गुरदेव ते मिलना है। इस करके गुरदेव नू ही तीर्थ अमृत सरोवर कहता। अमृत सरोवर सरोवर असल च किन कहने, सरोवर बारे पहले समझ लेना चाहिए। सरोवर बिच पानी अलग होंगे, सरोवर अलग होंगे। जिन्ना चिर सरोवर नू नहीं समझते उन्ना चिर भुलेखा पैदा। सरोवर असी खुदाई की थी, सरोवर दी गुरु साहब ने कहते भी सरोवर दी खुदाई कर रहे हैं। पानी का नहीं है जो पाया, जो बना रहे हैं वह सरोवर है, जो बिच पा रहे हैं वह जल है। सरोवर पक्का बन गया, सब कुछ तैयार हो गया, पानी नहीं पिया, यदा उन्हें सरोवर उस जगह का नाम है जिदे पानी है। समझ लगी गल, इन सरोवर क्या है? गुरदेव नू गुरदेव का हिरदा सरोवर है, वो जड़ा ज्ञान है वो तो प्राप्त होना वो शर्मता। सरोवर क्या है? ज्ञान नहीं क्या उन्हें, सरोवर के बिच होंगे कुछ जिदा असी जल जो सू चीज़ चाहिए। सरोवर तो स्पेस का नाम है, जगह का नाम है, भांडे का नाम है। जब असी पानी और सरोवर एक मान लें फिर भुलेखा पैदा। पानी और सरोवर अड्ड अड्ड चीजा इवें ज्ञान और गुरदेव दो अड्ड अड्ड चीजा। ज्ञान तो सानू मिलना, सरोवर चो पानी तो सानू मिलना, चाहे असी अड्ड करके इनान कर लिए उतो भर के, चाहे बिच इनान कर लिए, वो गल अलग है। एक खूह है, एक पानी है, खूह असी ला रहे हैं बना रहे हैं, जो पानी आया नहीं खूह कहांगे भी खूह ला रहे हैं। पानी उहदे विच खूह च पानी है आपां कहिंदे, सरोवर च पानी है, पानी वक्री चीज़ होती। इस करके सरोवर कहने नाल भरम नहीं पैदा करना चाहिए, सरोवर कहते कहता। सरोवर तो स्पेस है जिदे बिच चीज है, जिदे बिच अमृत है, उहदा नाम सरोवर। अमृत अड्डा सरोवर अड्डा आया है, अमृत दा सरोवर गुरदेव है, गुरदेव तीर्थ अमृत सरोवर। इत्थों ही थोड़ा जा पर जावा पैंदा, इत्थों जावा पैंदा ना, जो प्राप्त होना है वह नाम अमृत है। गुरदेव जी ने कह सकते हैं जिसे को नाम अमृत का भंडार हो, अमृत सरोवर ता कहे जो बिचे अमृत है, नहीं कला सरोवर है बिना अमृत। जे अमृत जल है नहीं बिच ता फिर कला सरोवर है, फिर अमृत सरोवर नहीं कह सकते। गुरुदेव को नाम अमृत है, इस करके नाम अमृत कहने की उन्होंने जेड़ा ज्ञान नाम ज्ञान होंगे, जेड़ा ज्ञान सुनने वाले नू अमर कर दे उन्हों अमृत नाम कहने, अमृत नाम भी कहने, अमर गुर भी कहने उन्हों। अमर गुर भी है भट्टा ने, अमर गुर वरते है लफ्ज, वो अमर गुर अमरदास वास्ते नहीं वरत्या हो, जोड़ा अमर गुर लफ्ज वरते है ना वो अमरदास वास्ते नहीं वरत्या है लफ्ज। वो ज्ञान जोड़ा अमर कर देने वाला है वो गुरु अमरदास को था, ये गल अलग है, वो किसी को भी हो सकता, भट्टा को भी था, पट बोलता वो भी है। गुरदा मतलब होंगे ज्ञान, अमर गुर अमर ज्ञान। जेड़ा गुर है व्यक्ति अमर,
ਗੁਰ ਕਹਿੰਦੇ ਉਹਨੂੰ ਹੈ ਜਿਹੜਾ ਅਮਰ ਹੋਵੇ। ਗੁਰ ਹਮੇਸ਼ਾ ਹੀ ਅਮਰ ਹੁੰਦਾ, ਸਭ ਦਾ ਹੀ ਗੁਰ ਅਮਰ ਹੈ, ਇਹ ਨਹੀਂ ਮਰਦਾ। ਅੱਗੇ ਹੰਸ ਕੇਲਾ ਸਰੀਰ ਛੱਡੇ ਤੋਂ ਬਾਅਦ ਉਹ ਨਹੀਂ ਮਰਦਾ, ਉਹ ਅਮਰ ਹੀ ਹੈ। ਉਹ ਜੋ ਜੋ ਜੀਵ ਪੈਦਾ ਹੁੰਦਾ ਉਹਦਾ ਪੈਦਾ ਹੋਣਾ, ਪ੍ਰਗਟ ਹੋਣਾ, ਗੁਪਤ ਪ੍ਰਗਟ ਇਹ ਹੁੰਦਾ। ਜੀਵ ਇਹ ਗੁਪਤ ਪ੍ਰਗਟ ਹੁੰਦਾ, ਆਉਂਦਾ ਜਾਂਦਾ ਕਹਿ ਲਓ, ਚਾਹੇ ਇਹਨੂੰ ਗੁਪਤ ਪ੍ਰਗਟ ਕਹਿ ਲਓ। ਇਹ ਵੀ ਮਰਦਾ, ਜੀਵ ਨਹੀਂ ਮਰਦਾ। ਇਹ ਵੀ ਜਿਵੇਂ ਸਵਿੱਚ ਔਨ ਕਰਤੀ ਲਾਈਟ ਬਾਹਰ ਆ ਗਈ, ਬਲਬ ਦੀ ਸਵਿੱਚ ਔਫ ਕਰਤੀ ਲਾਈਟ ਨਹੀਂ ਆਈ ਬਾਹਰ, ਟਾਰਚ ਦੀ ਸਵਿੱਚ ਔਨ ਕਰਤੀ ਸੈੱਲਾਂ 'ਚੋਂ ਲਾਈਟ ਬਾਹਰ ਆ ਗਈ, ਸਵਿੱਚ ਔਫ ਕਰਤੀ ਲਾਈਟ ਬਾਹਰ ਨਹੀਂ ਆਈ। ਹਾਂ, ਉੱਥੇ ਲਾਈਟ ਦੀ ਸ਼ਕਤੀ, ਲਾਈਟ ਦੇਣ ਵਾਲੀ ਸ਼ਕਤੀ ਉੱਥੇ ਪਈ ਹੈ, ਫਿਰ ਵੀ ਹੈਗੀ ਵਿੱਚ, ਉਹਦੀ ਲਾਈਟ ਦੇਣ ਵਾਲੀ ਸ਼ਕਤੀ ਹੈ ਉਹ ਗੁਰ, ਉਹ ਨਹੀਂ ਮਰਦਾ। ਕਿੰਨਾ ਚਿਰ ਲਾਈਟ ਬਾਹਰ ਕੱਢਦਾ ਹੈ? ਜਿੰਨੀ ਉਹਨੇ ਪਿੱਛੇ ਕਮਾਈ ਕੀਤੀ ਹੈ ਗੁਰਸੇਵਾ ਅਤੇ ਭਗਤ ਕਮਾਈ, ਤਾਬੇ ਮਾਣਸ ਦੇ ਹੀ ਭਾਈ, ਉਹਨਾਂ ਚਿਰ ਉਹਨੂੰ ਮਾਣਸ ਦੇ ਹੀ ਮਿਲਦੀ ਉਹਨਾਂ ਚਿਰ ਵਾਸਤੇ। ਜਿਹੋ ਜਿਹਾ ਕਿਸੇ ਕੋਲ ਜੇਬ ਵਿੱਚ ਪੈਸੇ ਨੇ, ਉਹੋ ਜਿਹਾ ਸੌਦਾ ਬਾਜ਼ਾਰੋਂ ਲੈ ਆਉਂਦਾ, ਜਿੰਨੀ ਕਿਸੇ ਦੀ ਕਮਾਈ ਹੈ ਉਹੋ ਜਿਹਾ ਉਹਨੂੰ ਮਿਲ ਜਾਂਦਾ। ਇਹ ਆਪਣੀ ਆਪਣੀ ਅਲੱਗ ਹੈ, ਇਸ ਕਰਕੇ ਇੱਥੇ ਲਾਈਫ ਸਾਰਿਆਂ ਦੀ ਅਲੱਗ ਅਲੱਗ ਹੈ। ਜਨਮ ਸ਼ਕਲ ਅਲੱਗ ਅਲੱਗ ਹੈ, ਅਕਲ ਅਲੱਗ ਅਲੱਗ ਹੈ, ਅਮੀਰ ਗਰੀਬ ਅੱਡ ਅੱਡ ਪੈਦਾ ਹੁੰਦੇ ਨੇ, ਉਹ ਇੱਕ ਅਲੱਗ ਸਿਸਟਮ ਹੈ। ਕੀ ਹੈ ਉਹਦੇ 'ਚ ਬਹੁਤ ਅਲਝਾਵੇ 'ਚ ਨਹੀਂ ਪੈਣਾ ਚਾਹੀਦਾ, ਉਹ ਅਲੱਗ ਅਲੱਗ ਹੈ। ਜੋ ਉਸ ਅਲਝਾਵੇ 'ਚ ਪਾਵਾਂਗੇ ਆ ਰਹਿ ਜੂ, ਜਿਹੜਾ ਵਿਸ਼ਾ ਹੈ ਨਾ, ਸਾਡਾ ਵਿਸ਼ਾ ਕੀ ਹੈ? ਗੁਰਬਾਣੀ ਨੇ ਸੂਈ ਆਪਣੇ ਵਿਸ਼ੇ 'ਤੇ ਰੱਖੀ, ਇਹ ਵਿਸ਼ਾ ਸਾਡਾ ਨਹੀਂ ਹੈ। ਇਹ ਜਿਹਨੇ ਰਚਨਾ 'ਤੇ ਕੰਟਰੋਲ ਕਰਨਾ, ਜਿਹਨੇ ਜਨਮ ਦੇਣਾ, ਇਹ ਉਹਦਾ ਵਿਸ਼ਾ, ਸਾਡਾ ਵਿਸ਼ਾ ਨਹੀਂ। ਟੀਚਰ ਦਾ ਵਿਸ਼ਾ ਹੋਰ ਹੁੰਦਾ, ਸਟੂਡੈਂਟ ਦਾ ਵਿਸ਼ਾ ਹੋਰ ਹੁੰਦਾ, ਟੀਚਰ ਦਾ ਸਟੂਡੈਂਟ ਦੇ ਵਿਸ਼ੇ ਅੱਡ ਅੱਡ ਹੁੰਦੇ। ਮੈਂ ਕੀ ਪੜ੍ਹਾਉਣਾ, ਕਿਵੇਂ ਪੜ੍ਹਾਉਣਾ, ਇਹ ਟੀਚਰ ਦਾ ਵਿਸ਼ਾ। ਜੋ ਪੜ੍ਹਾਇਆ ਮੈਂ ਪੜ੍ਹਨਾ, ਯਾਦ ਕਰਨਾ, ਇਹ ਸਟੂਡੈਂਟ ਦਾ ਵਿਸ਼ਾ। ਜੋ ਪੜ੍ਹਾਇਆ ਮੈਂ ਯਾਦ ਰੱਖਣਾ, ਯਾਦ ਕਰਨਾ, ਔਰ ਮੈਂ ਜੋ ਪਾਸ ਹੋਣਾ। ਟੀਚਰ ਬਾਰੇ ਨੌਲੇਜ ਲੈਣ ਦੀ ਲੋੜ ਨਹੀਂ ਸਟੂਡੈਂਟ। ਆਮ ਆਦਮੀ ਟੀਚਰ ਬਾਰੇ ਸਵਾਲ ਪੁੱਛਣ ਲੱਗ ਜਾਂਦਾ, ਟੀਚਰ ਬਾਰੇ ਨੌਲੇਜ ਸਾਨੂੰ ਕੀ ਲੋੜ ਹੈ, ਸਾਡਾ ਵਿਸ਼ਾ ਹੀ ਨਹੀਂ ਹੈ। ਵਿਸ਼ਾ ਬਿਲਕੁਲ ਸੀਮਿਤ ਹੈ, ਜਿਹੜਾ ਸੀਮਿਤ ਵਿਸ਼ੇ 'ਤੇ ਗਾਹਾਂ ਵਧਾ ਲੂ ਉਹ ਗਿਆ ਸਮਝੋ। ਇੱਕ ਪਿੰਨ ਪੁਆਇੰਟ ਦਾ ਵਿਸ਼ਾ ਸਾਡਾ ਹੈ ਟਾਰਗੇਟ, ਉਸ ਹੀ ਬਿੰਦੂ 'ਤੇ ਜੇ ਸੂਈ ਸਾਡੀ ਰਹੂਗੀ ਨਾ, ਚਰਨਾਰ ਬਿੰਦੂ, ਚਰਨਾਰ ਬਿੰਦੂ, ਚਰਨਾਂ ਦਾ ਬਿੰਦੂ, ਚਰਨਾਂ ਤੱਕ ਪਹੁੰਚਣਾ, ਚਰਨ ਗੁਣ ਨੇ, ਗੁਣਾਂ ਦੀ ਪ੍ਰਾਪਤੀ, ਬਸ ਉਹਦੇ ਵਰਗੇ ਗੁਣਾਂ ਦੀ ਪ੍ਰਾਪਤੀ ਕਰਨੀ। ਜਿਹੜਾ ਉਹਦੇ ਵਰਗੇ ਗੁਣਾਂ ਦੀ ਪ੍ਰਾਪਤੀ ਕਰੇ ਜੋ ਇਹੋ ਜਿਹਾ ਹੋ ਗਿਆ, ਇਹੋ ਜਿਹਾ ਇਹ ਤੋਂ ਇੱਧਰ ਉੱਧਰ ਚੱਕਣ ਦੀ ਲੋੜ ਹੀ ਨਹੀਂ, ਵਿਸ਼ਾ ਰਹਿ ਜੂਗਾ। ਆਪਣੇ ਵਿਸ਼ੇ ਨੂੰ ਛੱਡ ਕੇ ਜੇ ਹੋਰ ਕਿਤਾਬਾਂ ਪੜ੍ਹੂਗਾ, ਸਿਨਮੇ ਦੇ ਗੀਤ ਪੜ੍ਹੂਗਾ, ਸਿਨਮੇ ਦੀਆਂ ਸਟੋਰੀਆਂ ਪੜ੍ਹੂਗਾ, ਤਾਂ ਫੇਲ ਹੋ ਜੂਗਾ, ਆਪਣਾ ਵਿਸ਼ਾ ਰਹਿ ਜੂਗਾ। ਜਾਂ ਕੋਈ ਹੋਰ ਕਿਸੇ ਵੀ ਕਿਸਮ ਦਾ ਕਿਤਾਬਾਂ ਪੜ੍ਹੂਗਾ, ਉਹਨਾਂ ਆਪਣੇ ਵਿਸ਼ੇ 'ਤੇ ਟਾਈਮ ਕੱਟ ਦੇਊਗਾ। ਇਸ ਕਰਕੇ ਹੋਰ ਹੋਰ ਜਿਹੜੇ ਸਵਾਲ ਲੋਕ ਕਰਦੇ ਨੇ, ਉਹਨਾਂ ਨੂੰ ਧਰਮ ਬਾਰੇ ਤਾਂ ਵੈਸੇ ਗਿਆਨ ਹੈ ਹੀ ਨਹੀਂ। ਇਹ ਰਿਸ਼ੀ ਮੁਨੀ ਵੀ ਇਸੇ ਅਲਝਾਵੇ 'ਚ ਪੈ ਗਏ, ਕਿਸਮਤ ਕੀ ਹੈ, ਕਿਵੇਂ ਬਦਲੂਗੀ, ਕਿਵੇਂ ਤੁਸੀਂ ਕੀ ਲੈਣਾ, ਕਿਵੇਂ ਬਦਲੂਗੀ, ਨਾ ਬਦਲੂ, ਮੈਨੂੰ ਬਦਲ ਨਹੀਂ ਸਕਦਾ ਕੋਈ। ਨਾਲੇ ਕਹਿ ਰਹੇ ਹੋ ਵਿਧਾਤਾ ਹੈ, ਉਹਦੇ ਹੱਥ ਹੈ, ਸਭ ਕੁਝ ਬਦਲਦਾ ਨਹੀਂ, ਫਿਰ ਤੁਸੀਂ ਉਹ ਚੱਕਰ 'ਚ ਪੈਂਦੇ ਕਿਉਂ? ਗ੍ਰਹਿ ਤੋਂ ਕਿਵੇਂ ਬਚਿਆ ਜਾ ਸਕਦਾ, ਕਿਵੇਂ ਉਪਾਏ? ਅਸਲ 'ਚ ਇਹਨਾਂ ਨੇ ਠੱਗੀ ਕਰਨੀ ਸੀ ਲੋਕਾਂ ਨਾਲ, ਰੁਜ਼ਗਾਰ ਬਣਾਉਣੀ ਸੀ ਉਹਨੂੰ। ਸਿੱਧੀ ਗੱਲ ਹੈ ਵੀ ਕੋਈ ਉਪਾਅ ਨਹੀਂ ਹੈ, ਕਰਮ ਗਤੀ ਟਾਰੇ ਨਹੀਂ ਡਰੀ, ਇੱਕੋ ਹੀ ਗੱਲ ਕਹਿ ਕੇ ਖਤਮ। ਆਦਮੀ ਸੋਚਦਾ ਨਾ ਵੀ ਹੁਣ ਮੈਂ ਅਪੀਲ ਕਰਨਾ, ਚਾਹੇ ਮੇਰਾ ਕਸੂਰ ਵੀ ਸੀ, ਸਜ਼ਾ ਤਾਂ ਹੋਊਗੀ, ਗਾਹਾਂ ਅਪੀਲ ਕਰਨਾ,
ਕੋਈ ਉਪਾਅ ਹੋਣਾ ਚਾਹੀਦਾ ਹੈ। ਇਹਦਾ ਭਾਣੇ ਨੂੰ ਟਾਲਣ ਦੀ ਕੋਸ਼ਿਸ਼ ਹੈ, ਅਸਲ 'ਚ ਭਾਣੇ ਨੂੰ ਟਾਲਣ ਦੀ ਕੋਸ਼ਿਸ਼ ਹੈ। ਭਾਣੇ ਨੂੰ ਟਾਲਣਾ ਅਪਰਾਧ ਹੈ, ਭਾਣੇ ਨੂੰ ਟਾਲਣਾ, ਟਾਲਣ ਦਾ ਖਿਆਲ ਪੈਦਾ ਹੋਣਾ ਹੀ ਅਪਰਾਧ ਹੈ। ਭਾਣਾ ਤਾਂ ਫਿਰ ਵੀ ਨਹੀਂ ਟਾਲਣਾ, ਟਾਲਣਾ ਨਹੀਂ ਹੈਗਾ, ਅਪਰਾਧ ਹੋ ਗਿਆ, ਟਾਈਮ ਵੇਸਟ ਹੋ ਗਿਆ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਕਰਕੇ ਜਿੰਨੇ ਪੁੱਛਾਂ ਨੇ, ਜਿੰਨੀਆਂ ਸੁੱਖਾਂ ਨੇ, ਜਿੰਨੇ ਗ੍ਰਹਿ ਇਹ ਜਨਮ ਪੱਤਰੀਆਂ ਨੇ, ਜਿੰਨੇ ਦਿਨ ਕਢਾਉਂਦੇ ਨੇ ਵਿਆਹਾਂ ਦੇ, ਸਿੱਖਾਂ ਨੇ ਸਭ ਛੱਡਤੇ ਸੀ। ਆਹ ਹੁਣ ਫਿਰ ਫਸ ਗਏ, ਕਿਉਂ ਫਸ ਗਏ? ਕਿਉਂਕਿ ਸਾਡਾ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਉਹੀ ਚੀਜ਼ਾਂ ਜਾ ਗਈਆਂ ਸਾਡੇ ਧਰਮ 'ਚ, ਪ੍ਰਚਾਰ ਜੋ ਉਹਨਾਂ ਦਾ ਹੋਣ ਲੱਗ ਗਿਆ। ਤੁਹਾਡੇ 'ਤੇ ਜੀ ਉਹ ਹੈ ਕਰੋਪੀ ਅਖੰਡ ਪਾਠ ਕਰਾ ਲਓ, ਇਹ ਤਾਂ ਖਿਲਾਫ ਸੀ ਬਾਣੀ, ਉਹ ਤਾਂ ਉਹ ਗੱਲ ਤਾਂ ਉੱਥੇ ਹੀ ਆ ਗਈ ਨਾ। ਫਿਰ ਉਹ ਕਹਿੰਦੇ ਸੀ ਆਹ ਕਰਾ ਲਓ, ਆਹ ਉੱਥੇ ਗੰਗਾ ਜਾਇਆ ਦਾਨ ਕਰ ਲਓ, ਤੁਸੀਂ ਕਹਿੰਦੇ ਅਖੰਡ ਪਾਠ ਕਰਾ ਲਓ। ਉਹ ਸੰਤਾਂ ਨੇ ਉਹੀ ਗੱਲਾਂ ਹਿੰਦੂਆਂ ਵਾਲੀਆਂ ਨੇ ਫਿਰ ਪੈਦਾ ਕਰਤੀ, ਫਿਰ ਲੋਕ ਜਾਣ ਲੱਗੇ। ਗੁਰਬਾਣੀ ਦੀ ਜੋ ਸਪਸ਼ਟ ਗੱਲ ਸੀ ਨਾ, ਸਪਸ਼ਟ ਬਿਲਕੁਲ ਅਕੱਟ ਸਿੱਧੀ ਗੱਲ ਕਹੀ ਹੋਈ ਨਹੀਂ, ਜੇ ਕਹਿੰਦੇ ਫਿਰ ਉਹਦੀ ਦੁਕਾਨਦਾਰੀ ਨਹੀਂ ਸੀ ਚੱਲਦੀ। ਅਸਲ 'ਚ ਗੁਰਬਾਣੀ ਦਾ ਤਾਂ ਗਿਆਨ ਹੀ ਨਹੀਂ ਸੀ ਪਿੱਛੇ, ਸੱਚ ਗੱਲ ਇਹ ਹੈ ਸੰਤਾਂ ਨੂੰ ਕੋਈ ਗੁਰਬਾਣੀ ਦਾ ਗਿਆਨ ਨਹੀਂ ਸੀਗਾ। ਗੱਲਾਂ ਦਾ ਕਰਦੇ ਨੇ ਜਿੱਥੋਂ ਸਿੱਖ ਕੇ, ਜਿਹਨਾਂ ਦੇ ਚੇਲੇ ਤੇ ਉਹਨਾਂ ਦੀਆਂ, ਗੁਰਬਾਣੀ ਦਾ ਸਿਰਫ ਮੂਹਰੇ ਰੱਖੀ ਹੋਈ ਆ ਉਹਨਾਂ ਦੀ, ਚਾਹੇ ਉਹ ਰਾੜੇ ਵਾਲਾ ਸੀ। ਰਾੜੇ ਵਾਲੇ ਨੂੰ ਬਿਲਕੁਲ ਇੱਕ ਅੱਖਰ ਦਾ ਨਹੀਂ ਪਤਾ ਗਿਆ ਬਾਣੀ, ਇੱਕ ਅੱਖਰ ਦਾ, ਜਿਹੜੀ ਉਹਨੇ ਕਿਤਾਬ ਲਿਖੀ ਹੈ ਸਾਰੀ ਯੋਗ ਮਤ ਹੈ, ਉਹਨੇ ਕਿਤਾਬ ਛਾਪੀ ਸਾਰੀ ਯੋਗ ਮਤ ਹੈ, ਬਿਲਕੁਲ ਇੱਕ ਅੱਖਰ ਦਾ ਪਤਾ ਨਹੀਂ ਉਹਨੂੰ। ਗੁਰਬਾਣੀ ਦੀ ਸੋਝੀ ਹੋਈ ਨਹੀਂ ਕਿਸੇ ਸੰਤ ਨੂੰ, ਚਾਹੇ ਕਲੇਰਾਂ ਵਾਲਾ ਹੋਵੇ ਚਾਹੇ ਉਹ, ਨਾ ਉਹਦੇ ਚੇਲਿਆਂ ਨੂੰ ਪਤਾ। ਕਰਦੇ ਕੀ ਨੇ, ਥੋੜ੍ਹਾ ਜਿਹਾ ਕੰਮ ਖਰਾਬ ਹੋ ਗਿਆ, ਇਹਦਾ ਆਹ ਉਪਾਏ, ਆਹ ਮੰਤਰ ਲੈ ਜਾਓ, ਆਹ ਪੜ੍ਹੀ ਜਾਓ, ਉਪਾਏ ਯਾਨੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਗੀ ਕਰਦੇ ਨੇ ਭਾਣੇ ਤੋਂ, ਭਾਣੇ ਤੋਂ ਬਾਗੀ ਕਰ ਰਹੇ ਨੇ ਅਸਲ 'ਚ, ਬੜੀ ਸ਼ਰਾਰਤ ਨਾਲ। ਅੱਛਾ, ਲੋਭੀ ਆਦਮੀ ਨੂੰ ਭਾਣੇ ਦਾ ਮਤਲਬ ਨਹੀਂ ਹੁੰਦਾ, ਲੋਭੀ ਆਦਮੀ ਨੂੰ ਤਾਂ ਇਹ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਇਦ ਠੀਕ ਹੋ ਜਾਊ। ਲੋਭੀ ਆਪਣਾ ਸਭ ਕੁਝ ਗਵਾ ਲੈਂਦਾ, ਪਾਉਂਦਾ ਕੁਝ ਨਹੀਂ ਹੁੰਦਾ, ਪ੍ਰਾਪਤੀ ਕੁਝ ਨਹੀਂ ਹੁੰਦੀ ਲੋਭੀ। ਦੇਖਿਆ ਨਾ ਕਹਿੰਦਾ 2000 ਕਰੋੜ ਦਾ ਘਪਲਾ ਹੋਇਆ, ਲੋਭੀ ਸੀ ਸਾਰੇ, ਲੋਭ 'ਚ ਫਸੇ, ਮਿਲਿਆ ਕੀ ਕਿਸੇ ਨੂੰ? ਔਰ ਰੋਜ਼ ਠੱਗੀਆਂ ਹੁੰਦੀਆਂ, ਲੋਭੀ ਫਿਰ ਨਹੀਂ ਹਟਦੇ, ਲਗਾਤਾਰ ਠੱਗੀਆਂ ਹੋਈ ਜਾਂਦੀਆਂ ਨੇ, ਲੋਭੀ ਨਹੀਂ ਹਟ ਸਕਦਾ। ਇਸ ਕਰਕੇ ਲੋਭੀ ਦਾ ਨਹੀਂ ਵਿਸਾ ਕਰਨਾ, ਲੋਭੀ ਭਰੋਸਾ ਨਹੀਂ ਕਰਦਾ ਹੁੰਦਾ, ਜਦ ਉਹਨੂੰ ਲੋਭ ਦਊਂਗੇ ਜਦੇ ਹੀ ਹਿੱਲ ਜਾਣਾ ਉਹਨੇ, ਚਾਹੇ ਕਿੰਨਾ ਕੁਛ ਸੁਣਿਆ ਹੋਵੇ ਉਹਦਾ। ਜਦ ਉਹਨੂੰ ਲੋਭ ਦੇ ਦਿੱਤਾ ਦਿਖਾ ਦਿੱਤਾ ਨਾ, ਲੋਭੀ ਬੰਦਾ ਕੁੱਤੇ ਵਾਲੀ ਦੇ ਨਾਲ ਕੀਤੀ ਹੋਈ, ਲੋਭੀ ਦੀ ਕੁੱਤੇ ਨਾਲ, ਕੁੱਤਾ ਵੈਸੇ ਦੋ ਕਿਸਮ ਦਾ ਹੁੰਦਾ, ਕੁੱਤਾ ਸੰਤੋਖੀ ਵੀ ਹੁੰਦਾ, ਜੇ ਕੁੱਤਾ ਸੰਤੋਖੀ ਹੋਵੇ ਆਦਮੀ ਨੂੰ ਵੀ ਜ਼ਿਆਦਾ ਹੁੰਦਾ ਸੰਤੋਖੀ, ਐਵੇਂ ਆਦਮੀ ਸੰਤੋਖੀ ਵੀ ਹੁੰਦਾ। ਸਵਾਮੀ ਕੇ ਗ੍ਰਹਿ ਕੋ ਸਦਾ ਸਵਾਨ ਤਜ ਤਰੀ ਨਿਤ, ਐਸੇ ਕੁੱਤੇ ਤੁਸੀਂ ਦੇਖੋਗੇ ਮਾਲਕ ਦਾ ਘਰ ਨਹੀਂ ਛੱਡਦੇ ਚਾਹੇ ਮਰ ਜਾਣ ਭੁੱਖੇ ਉੱਤੇ। ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਕਿ ਚਿੱਤੋ, ਇਵੇਂ ਤੁਸੀਂ ਟਿਕ ਕੇ ਅੰਦਰ ਬੈਠੋ ਚਾਹੇ ਤੁਹਾਨੂੰ ਖਾਣ ਨੂੰ ਮਿਲੇ ਚਾਹੇ ਨਾ ਮਿਲੇ, ਮਾਲਕ 'ਤੇ ਭਰੋਸਾ ਰੱਖੋ ਜਿਹਦੇ ਕੁੱਤੇ, ਜੇ ਉਹ ਕੁੱਤਾ ਭਰੋਸਾ ਕਰਦਾ ਤੂੰ ਕਿਉਂ ਨਹੀਂ ਕਰ ਸਕਦਾ? ਪਰ ਕੁੱਤੇ ਦਾ ਲੋਭੀ ਵੀ ਹੈ, ਲੋਭ ਲਹਿਰ ਹੈ, ਸਵਾਨ ਹਲਕਾ ਹੈ। ਜੋ ਸਵਾਨ ਹਲਕਾ ਹੈ ਤਾਂ ਜੇ ਬੇਸਬਰਾ ਹੋਵੇ ਕੁੱਤਾ, ਦੂਏ ਕੁੱਤੇ ਨੂੰ ਆਦਮੀ ਇੱਕ ਦਿਨ ਰੋਟੀ ਨਾ ਖਾਵੇ, ਨਿਆਣੇ ਨਹੀਂ ਖਾਂਦੇ ਰੋਟੀ, ਘਰਦਿਆਂ ਨੂੰ ਚੰਗੀ ਲੱਗਦੀ ਰੋਟੀ, ਕੁੱਤੇ ਨੇ ਰੋਟੀ ਨਹੀਂ ਖਾਧੀ, ਜੇ ਸੰਤੋਖੀ ਹੈ ਉਹਦਾ ਮਾਲਕ ਨੂੰ ਫਿਕਰ ਰਹਿੰਦਾ, ਦੂਏ ਦਾ ਫਿਕਰ ਕੋਈ ਨਹੀਂ, ਮੇਰੇ ਖਾ ਲਈ ਜਾਂ ਨਾ ਖਾ ਲਈ, ਉਹਨੇ ਦੱਖ ਵਜਾ ਕੇ ਸਾਰੇ ਜਣੇ ਲੈ ਜਾਣੀ ਘਰ ਦਿੰਦੀਆਂ ਚੱਕ ਕੇ, ਜਿਹਨੇ ਅੱਖ ਵਜਾ ਕੇ ਗੋਲ ਕੇ ਸਾਫ਼ ਕਰ ਦੇਣੀ ਹੈ ਉਹਦਾ ਫਿਕਰ ਗੁਰੂ ਕਿਉਂ ਕਰੂ? ਹੈਂ,
ਅੱਜ ਇਹਨੇ ਐਂ ਕਹਿਣਾ ਵੀ ਅੱਧਾ ਕੜਾਹ ਪ੍ਰਸ਼ਾਦ ਵਰਤਾ ਦਿਓ ਤਾਂ ਰੱਖ ਲਓ, ਵਰਤਾਉਣਾ ਹੀ ਇਸ ਹਿਸਾਬ ਨਾਲ ਵੀ ਅੱਧਾ ਬਚ ਜਾਵੇ। ਉਹਦਾ ਗੁਰੂ ਫਿਕਰ ਕਰੂਗਾ, ਉਹ ਉਸ ਕੁੱਤੇ ਵਰਗਾ ਹੈ ਜਿਹੜਾ ਆਮ ਗਲੀਆਂ 'ਚ ਘੁੰਮਣ ਵਾਲਾ ਕੁੱਤਾ। ਇਸ ਕਰਕੇ ਲੋਭੀ ਦਾ ਵਸਾ ਕਿਹਾ ਕਰਨ ਨੂੰ, ਕੁੱਤੇ ਦਾ ਵਸਾ ਨਹੀਂ ਕਿਹਾ ਕਰਨ। ਕੁੱਤੇ ਦੀਆਂ ਦੋਏ ਗੁਣ ਨੇ, ਕੁੱਤੇ 'ਚ ਲੋਭੀ ਵੀ ਹੁੰਦਾ, ਆਦਮੀ ਲੋਭੀ ਵੀ ਆ, ਆਦਮੀ ਦੂਆ ਵੀ। ਲੋਭੀ ਵੀ ਠੀਕ ਹੋ ਸਕਦਾ, ਠੀਕ ਤਾਂ ਹੋਊਗਾ ਜੇ ਭਰੋਸਾ ਕਰੂ ਬਾਣੀ 'ਤੇ। ਬਾਣੀ 'ਤੇ ਭਰੋਸਾ ਸਾਨੂੰ ਅਸਲ ਲੋਭ ਨਹੀਂ ਕਰਨ ਦਿੰਦਾ, ਮੋਹ ਕੁਛ ਨਹੀਂ ਕਹਿੰਦਾ ਭਰੋਸਾ ਕਰਨ ਨੂੰ ਸਾਨੂੰ, ਮੋਹ ਨਹੀਂ ਕੁਛ ਕਹਿੰਦਾ ਭਰੋਸਾ ਕਰਨ, ਲੋਭ ਕਹਿੰਦਾ। ਮੋਹ ਪਿੱਛੇ ਤਾਂ ਆਦਮੀ ਆਪਣੀ ਜਾਨ ਦੇ ਦਿੰਦਾ। ਕਈ ਕਹਾਣੀਆਂ ਇਹੋ ਜਿਹੀਆਂ ਜੁੜੀਆਂ ਹੋਈਆਂ ਨੇ, ਬਾਬਰ ਦੀ ਸਾਖੀ ਜੁੜੀ ਹੋਈ ਹੈ। ਬਾਬਰ ਦਾ ਮੁੰਡਾ ਬਿਮਾਰ ਸੀ, ਇਲਾਜ ਨਹੀਂ ਹੋਇਆ, ਸਾਰੇ ਹਕੀਮ ਥੱਕ ਗਏ, ਜਵਾਬ ਦੇ ਦਿੱਤਾ। ਉਹ ਕਹਿੰਦੇ ਕਰਮ ਰੋਗ ਹੈ, ਇਹਦਾ ਜਾਨ ਲਊਗਾ ਰੋਗ, ਇਹ ਠੀਕ ਨਹੀਂ ਹੋ ਸਕਦਾ। ਫਿਰ ਉਹਨੇ ਉਹ ਦੂਏ ਬੁਲਾਏ, ਉਹ ਨਜੂਮੀ ਕਹਿੰਦੇ ਨੇ ਇਹਨਾਂ ਨੂੰ, ਜਿਵੇਂ ਆਪਣੇ ਹੁੰਦੇ ਨੇ ਜੋਸ਼ੀ ਹੁੰਦੇ ਨੇ। ਉਹ ਕਹਿੰਦੇ ਵੀ ਇਹ ਤਾਂ ਜਿਹੜੀ ਤੇਰੀ ਉਮਰ ਬਾਕੀ ਰਹਿੰਦੀ ਇਹਨੂੰ ਦੇ ਦੇ, ਇੱਦਾਂ ਹੋਜੂ ਬਈ ਇਹ ਬਾਜੂਗਾ ਤੂੰ ਮਰ ਜਾਏਗਾ। ਕਹਿੰਦੇ ਨੇ ਬਈ ਉਹਨੇ ਉਹਦੇ 7 ਗੇੜੇ ਕਢਾਏ, ਜਵਾਬ ਵੀ ਦੱਸਿਆ, ਉਹ ਪੜ੍ਹਨ ਨੂੰ ਵੀ ਆ ਪੜ੍ਹਦਾ ਨਹੀਂ। ਫਿਰ ਉੱਥੇ ਜਿੱਥੇ ਚੱਲਿਆ ਉਹ ਮੰਜੇ ਦੇ ਵਾਲੇ ਬੈਠ ਕੇ ਕੱਢਣ ਦੇ ਗੇੜੇ, ਉਹਦੀ ਬਾਹੀ ਫੜ ਕੇ, ਬਾਹੀ ਫੜ ਕੇ ਬੈਠ ਕੇ ਤੁਰ ਕੇ ਆਲੇ ਦੁਆਲੇ ਗੇੜੇ ਕੱਢ ਕੇ। ਹਰ ਵਾਰ ਇਹ ਕਹਿਣਾ ਵੀ ਇਹਦੀ ਬਿਮਾਰੀ ਮੈਨੂੰ ਲੱਗੀ। ਕਹਿੰਦੇ ਉਦਣ ਤੋਂ ਹੀ ਉਹ ਠੀਕ ਹੋਣਾ ਸ਼ੁਰੂ ਹੋ ਗਿਆ, ਬਿਮਾਰ ਹੋਣਾ ਸ਼ੁਰੂ ਹੋ ਗਿਆ। ਕਹਿਣ ਦਾ ਮਤਲਬ ਉਹ ਸੀ, ਕੀ ਹੋਇਆ ਕੀ ਨਹੀਂ ਹੋਇਆ ਉਹਦੇ ਪਿੱਛੇ ਨਹੀਂ ਆਪਾਂ ਨਹੀਂ ਜਾਣਾ। ਜੇ ਕਹਾਣੀ ਠੀਕ ਹੈ ਤੇਰੇ ਪਿੱਛੇ ਕੀ ਸੀ, ਮੋਹ ਸੀ ਤਾਂ, ਮੋਹ ਪਿੱਛੇ ਤਾਂ ਉਹਨੇ ਆਪਣੀ ਜਾਨ ਦੇ ਦਿੱਤੀ। ਇਹ ਤੋਂ ਕੀਮਤੀ ਤਾਂ ਚੀਜ਼ ਕੁਛ ਹੁੰਦੀ ਨਹੀਂ। ਮੋਹ ਨਹੀਂ ਧਰਮ ਦੇ ਵਿੱਚ ਅੜਕਾ ਬਣਦਾ। ਜੇ ਮੋਹ ਖਾਤਰ ਮੰਨਣ ਨੂੰ ਕਹੇ ਕੋਈ ਚੀਜ਼, ਕੁਛ ਵੀ ਕਰਨ ਨੂੰ ਤਿਆਰ ਆ। ਧਰਮ ਵਾਲਿਆਂ ਨੇ ਕਹਿਣਾ ਵੀ ਤੈਨੂੰ ਆਪਣੀ ਜਾਨ ਦੇਣੀ ਪਊ, ਧਰਮ ਨਹੀਂ ਕਹਿਣਾ। ਕਹਿਣ ਦਾ ਮਤਲਬ ਇਹ ਸੀ, ਮਿਸਾਲ ਤਾਂ ਦਿੱਤੀ ਇਹਦੀ, ਠੀਕ ਹੈ ਗਲਤ ਹੈ ਆਪਾਂ ਉੱਧਰ ਨਹੀਂ ਜਾਣਾ। ਸਿਰਫ ਧਰਮ ਵਾਸਤੇ ਉਹਨੇ ਇਹ ਕਿਹਾ ਵੀ ਤੂੰ ਆਪਣੇ ਜਾਨ ਦੇ ਦੇ, ਇਹ ਠੀਕ ਹੋ ਜੂਗਾ। ਉਹ ਕਹਿੰਦਾ ਮੁੰਡਾ ਠੀਕ ਹੋ ਜਾਵੇ, ਮੇਰਾ ਕੋਈ ਰੌਲਾ ਨਹੀਂ। ਧਰਮ ਨੂੰ ਮੰਨਣ ਦੇ ਵਿੱਚ, ਕੁਰਬਾਨੀ ਕਰਨ ਦੇ ਵਿੱਚ ਮੋਹ ਨਹੀਂ ਅੜਕਾ ਬਣਦਾ, ਲੋਭ ਅੜਕਾ ਬਣਦਾ। ਲੋਭ ਕੁਰਬਾਨ ਕਰਨਾ ਔਖਾ, ਲੋਭ ਖਾਤਰ ਅਸੀਂ ਧਰਮ ਕੁਰਬਾਨ ਕੀਤਾ ਹੋਇਆ, ਧਰਮ ਖਾਤਰ ਲੋਭ ਨਹੀਂ ਕੁਰਬਾਨ ਕਰ ਸਕਦੇ। ਬਸ ਆਹ ਗੱਲ ਹੈ, ਕੀ ਧਰਮ ਖਾਤਰ ਲੋਭ ਕੁਰਬਾਨ ਕਰਨਾ ਜਾਂ ਲੋਭ ਖਾਤਰ ਧਰਮ ਕੁਰਬਾਨ ਕਰਨਾ। ਸਿੱਖਾਂ ਨੇ ਲੋਭ ਖਾਤਰ ਧਰਮ ਕੁਰਬਾਨ ਕਰਤਾ, ਬਹੁਤ ਸਸਤਾ। ਕਿੰਨਾ ਸਸਤਾ, ਹੀਰਾ ਜਨਮ ਅਮੋਲ ਹੈ, ਕੌਡੀ ਬਦਲੇ, ਕੌਡੀ ਬਦਲੇ, ਕੌਡੀ ਕੀ ਲੋਭ, ਕੌਡੀ ਕੀ ਲੋਭ, ਰਤਨ ਤਿਆਗ ਕੌਡੀ ਸੰਗ, ਕੌਡੀ ਸੰਗ ਰਚਾ, ਸਾਜ ਛਾੜ ਝੂਠ ਸੰਗ ਬਦਲੇ, ਝੂਠ ਬਦਲੇ ਸੱਚ ਕੁਰਬਾਨ ਕਰਤਾ। ਸੰਸਾਰ ਸਭ ਝੂਠ ਹੈ, ਸੰਸਾਰ ਝੂਠ ਹੈ, ਸੱਚ ਛੱਡ ਦਿੱਤਾ ਅਸੀਂ, ਕਿੱਡੇ ਕੁ ਸਿਆਣੇ ਹਾਂ ਅਸੀਂ। ਜੇ ਅਸੀਂ ਸਿਰਫ ਇਸ ਗੱਲ ਨੂੰ ਝਾਤੀ ਮਾਰ ਲਈਏ, ਇਸੇ ਇੱਕ ਪੰਕਤੀ ਨੂੰ ਵਿਚਾਰ ਲਈਏ, ਜਿਹੜੇ ਆਦਮੀ ਇੱਦਾਂ ਛੱਡ ਦਿੱਤਾ ਝੂਠ ਬਦਲੇ ਸੱਚ, ਇਹ ਜ਼ਿੰਦਗੀ ਕਿੰਨੇ ਦਿਨ ਦੀ, ਅੱਜ ਲੜਾਈ ਹੋ ਜਾਵੇ ਵੜਦੀ, ਅਜੇ ਵੜ ਖਤਮ ਹੈ, ਖਤਮ ਹਨ, ਐਟਮਾਂ ਚੱਲ ਜਾਣ ਅਜੇ ਖਤਮ। ਅਤੇ ਗੁਰੂ ਤੋਂ ਬੇਮੁੱਖ ਹੋ ਕੇ ਮਰਾਂਗੇ ਨਾ ਅਸੀਂ। ਸੰਸਾਰ ਫਿਰ ਗਿਆ,
ਜਿਹਦੇ ਖਾਤਰ ਗੁਰੂ ਛੱਡਿਆ ਸੰਸਾਰ ਫਿਰ ਚਲਾ ਗਿਆ। ਇਹ ਤਾਂ ਰਹਿਣਾ ਨਹੀਂ, ਪਤਾ ਨਹੀਂ ਕਿੱਥੇ ਐਕਸੀਡੈਂਟ ਹੋ ਜਾਣਾ, ਪਤਾ ਨਹੀਂ ਕਿੱਥੇ ਹਵਾ ਨਿਕਲ ਜਾਣੀ ਹੈ, ਇਹਦਾ ਪੈਰ ਚੱਕੇ ਦਾ ਪਤਾ ਨਹੀਂ, ਜਿਹੜੀ ਚੀਜ਼ ਫੜੀ ਹੈ, ਜਿਹੜੀ ਚੀਜ਼ ਜਾਣੀ ਨਹੀਂ ਉਹਨੂੰ ਛੱਡ। ਇਸ ਕਰਕੇ ਇਹਨੂੰ ਮੂਰਖ ਗਵਾਰ ਕਹਿੰਦੀ ਬਾਣੀ। ਜਿਹਨਾਂ ਨੇ ਇਹ ਕੰਮ ਕੀਤਾ ਹੈ ਉਹ ਢੋਰ ਪਸ਼ੂ ਮੂਰਖ ਗਵਾਰ, ਉਹਦੇ ਵਾਸਤੇ ਲਫ਼ਜ਼ ਵਰਤੇ ਨੇ। ਜਿਹੜੇ ਬਹੁਤੇ ਸਿਆਣੇ ਬਣਦੇ ਨੇ ਉਹਨਾਂ ਵਾਸਤੇ ਲਫ਼ਜ਼ ਤਾਂ ਵਰਤੇ ਹੋਏ ਨੇ। ਪਰ ਹੈ ਜੇ ਕੋਈ ਰਤਨ ਛੱਡ ਕੇ ਕੋਈ ਜਵਾਹ ਕਰ ਸਕਦਾ ਹੈ, ਕੌਡੀ ਦੇ ਦੀਏ ਰਤਨ ਦੇ ਦੇਵੇ, ਜਾਂ ਜਿਹਨੂੰ ਨਹੀਂ ਪਛਾਣ ਉਹ ਦੇ ਸਕਦਾ, ਜਿਹਨੂੰ ਕੌਡੀ ਜਾਂ ਰਤਨ ਬਾਰੇ ਪਛਾਣ ਨਹੀਂ ਉਹ ਦੇ ਸਕਦਾ। ਇਹਦਾ ਮਤਲਬ ਸਿੱਖਾਂ ਨੂੰ ਪਛਾਣ ਨਹੀਂ ਨਾ ਗੁਰਮਤ ਦੀ ਕੀਮਤ ਦੀ। ਜੇ ਸਿੱਖੀ ਦੀ ਕੀਮਤ ਦੀ ਸਿੱਖਾਂ ਨੂੰ ਪਛਾਣ ਹੁੰਦੀ, ਇਹ ਗੱਲ ਅਲੱਗ ਹੈ ਵੀ ਦੂ ਦੂ ਕਰਕੇ ਚੜ੍ਹ ਜਾਂਦੇ ਨੇ ਸੰਸੇ ਵਾਲੇ ਤਾਂ ਫਲਾਣੇ 'ਤੇ, ਸਿੱਖੀ ਤਾਂ ਛੱਡੀ ਫਿਰਦੇ ਨੇ। ਇਹ ਸਿੱਖੀ ਨਹੀਂ ਹੈਗੀ ਜਿਹੜਾ ਇਕੱਠੇ ਹੋ ਕੇ ਜਿੰਦਾਬਾਦ ਊਂ ਜਾ ਕੇ ਚੜ੍ਹ ਜਾਣਾ, ਹਮਲੇ ਕਰਨੇ, ਸਿੱਖੀ ਨਹੀਂ ਹੈ। ਆਹ ਫੜੋ ਪਹਿਲਾਂ, ਜਾਂ ਫੜ ਜਾਂਦੇ ਸੰਸੇ ਵਾਲੇ ਪੈਦਾ ਹੀ ਨਾ ਹੁੰਦੇ, ਇਹ ਤਾਂ ਪੈਦਾ ਹੋਣ 'ਤੇ ਬੰਦ ਹੋ ਜਾਣਗੇ। ਪੈਦਾ ਹੀ ਤਾਂ ਹੁੰਦੇ ਨੇ ਸਿੱਖੀ, ਸਾਡੇ ਕੋਲ ਹੈ ਨਹੀਂ। ਐਸਿਆਲ ਨਾ ਮਾਰੋ, ਗਿਆਨ ਖੜਕ ਨਾ ਲੜੋ, ਪੈਦਾ ਕਿਵੇਂ ਹੋ ਜਾਣ। ਇਹਦਾ ਲੋੜ ਹੀ ਨਹੀਂ ਸਾਨੂੰ ਆਹ ਕੁਛ ਕਰਨ ਦੀ ਜੇ ਸਿੱਖੀ ਹੁੰਦੀ ਕੋਲ, ਤਾਂ ਲੋੜ ਹੈ ਤਾਂ ਪਈ ਆ ਉਹਨਾਂ ਨੂੰ ਪਤਾ ਵੀ ਇਹਨਾਂ ਕੋਲ ਕੁਛ ਨਹੀਂ ਹੈ। ਮੇਰਾ ਨੂੰ ਬਦਨਾਮ ਕਰਦਾ, ਬੇਵਕੂਫ ਨੇ ਸਿੱਖ ਅਤਵਾਦੀ ਨੇ ਬਦਨਾਮ ਕਰਤੇ, ਅਤਵਾਦੀ ਅਤਵਾਦੀ ਮੂਰਖ ਹੁੰਦਾ ਨਾ, ਹੋਰ ਕੀ ਹੁੰਦਾ, ਅਤਵਾਦੀ ਉਹ ਅਕਲ ਵਾਲੇ ਹੁੰਦੇ। ਗਿਆਨ ਤੋਂ ਹੀਣੇ ਅਤਵਾਦੀ ਹੋ ਜਾਂਦੇ, ਕੱਟੜਵਾਦੀ ਹੋ ਜਾਂਦੇ। ਕਿੱਡੇ ਕੁ ਸਿਆਣੇ ਨੇ, ਐਵੇਂ ਰੌਲਾ ਪਾਈ ਜਾਂਦੇ ਆ, ਸਿੱਖੀ ਫਲਾਣੀ ਢਿਮਕੀ ਕਾਹਦੇ ਵਾਸਤੇ ਛੱਡੀ ਹੋਈ ਹੈ, ਕੌਡੀ ਬਦਲੇ ਛੱਡਿਆ ਹੋਇਆ, ਕੌਡੀ ਬਦਲੇ ਛੱਡੀ ਹੋਈ ਹੈ। ਇਹ ਤਾਂ ਗੁਰਬਾਣੀ ਝੂਠੀ ਹੈ ਫਿਰ, ਇਹ ਤਾਂ ਐਵੇਂ ਕੁਛ ਲਿਖਿਆ ਫਿਰ ਗੁਰਬਾਣੀ 'ਚ, ਰਤਨ ਸ਼ਾਹ ਤਿਆਗ ਕੌਡੀ ਸੰਗ੍ਰਹਿ 'ਚ। ਰੋਜ਼ ਸੁਖਮਣੀ ਸਾਹਿਬ ਪੜ੍ਹਦੇ ਹੋ, ਕੀ ਫਾਇਦਾ ਵੀ ਪੜ੍ਹਨ ਦਾ ਉਹਦਾ, ਕਾਹਦੇ ਵਾਸਤੇ ਰੋਜ਼ ਪੜ੍ਹੀ ਜਾਂਦੀ ਹੈ ਗੁਰਦੁਆਰਿਆਂ 'ਚ? ਲੋਕਾਂ ਨੂੰ ਸੁਣਾਉਣ ਵਾਸਤੇ ਫਿਰ ਸਪੀਕਰ ਲਾਉਂਦੇ ਹੋ ਤੁਸੀਂ ਉੱਚੀ ਉੱਚੀ, ਵੀ ਨਿਆਣੇ ਲੋਕਾਂ ਦੇ ਪੜ੍ਹਨਾ ਲੈਣ, ਲੋਕ ਸੌਣਾ ਲੈਣ। ਜੇ ਕੋਈ ਹਟਾਉਂਦਾ ਫਿਰ ਲੜਦੇ ਆ ਉਹਦੇ ਨਾਲ, ਕਿਉਂ ਹਟਾਉਂਦੇ? ਲੋਕਾਂ ਨੂੰ ਬਾਣੀ ਸੁਣਾਉਣੀ ਹੈ, ਤੁਸੀਂ ਆਪ ਸੁਣੀ ਹੈ, ਕੀ ਸੁਣਿਆ ਇਹਦੇ 'ਚ, ਤੁਸੀਂ ਕੀ ਖੱਟਿਆ ਜਾਂ ਸੁਣਿਆ? ਕੁਛ ਵੀ ਨਹੀਂ। ਜੋ ਕੁਛ ਕੀਤਾ ਗਿਆ ਸਿੱਖੀ ਦੇ ਨਾਂ 'ਤੇ, ਸਭ ਝਗੜੇ ਪੈਦਾ ਕੀਤੇ ਗਏ ਨੇ। ਝਗੜੇ ਪੈਦਾ ਕਰਨ ਵਾਸਤੇ ਸਿੱਖੀ ਕੀਤੇ ਗਏ ਨੇ, ਵੀ ਝਗੜਾ ਪੈਦਾ ਹੋਵੇ ਕੋਈ ਨਾ ਕੋਈ ਮੁਹੱਲੇ 'ਚ। ਸਿੱਖੀ ਵਾਸਤੇ ਨਹੀਂ ਕੁਛ ਕੀਤਾ ਗਿਆ, ਜਿਹਦੇ ਸਿੱਖੀ ਵਾਸਤੇ ਕਰਦਾ ਉਹਦਾ ਤਾਂ ਝਗੜਾ ਹੀ ਨਹੀਂ ਕਿਸੇ ਨਾਲ, ਕਹਿੰਦਾ ਹੋਣਾ ਝਗੜਾ ਰਹਾ ਨਾ ਕਹੂ, ਉਹਦਾ ਤਾਂ ਝਗੜਾ ਹੀ ਨਹੀਂ ਕਿਸੇ ਨਾਲ। ਸਿੱਖੀ ਝਗੜੇ ਪੈਦਾ ਕਰਨ ਵਾਲੀ ਚੀਜ਼ ਹੈ, ਝਗੜੇ ਮਿਟਾਉਣ ਵਾਲੀ ਚੀਜ਼ ਹੈ। ਗੁਰੂ ਸਾਹਿਬ ਨੇ 40 ਦਿਨ ਉੱਥੇ ਜਾ ਕੇ ਕਿਲ੍ਹੇ ਦੇ ਵਿੱਚ ਛੇਵੇਂ ਪਾਤਸ਼ਾਹ ਨੇ ਉਹ ਸਾਰੇ ਦੱਖਣ ਦੇ ਰਾਜੇ ਦੀ ਸੁਲਾਹ ਕਰਾਤੀ ਸਰਕਾਰ ਨਾਲ। ਕਿੰਨੇ ਸਾਲ ਦੇ ਬੰਦ ਸੀ ਉਹ ਸਾਰੇ ਰਾਜੇ ਛੜਾਤੇ, ਸੁਲਾਹ ਕਰਾਤੀ ਜਾ ਕੇ ਉਹਨਾਂ ਦੀ, ਝਗੜਾ ਮਿਟਾਇਆ। ਹੁਣ ਤੱਕ ਉਹਨਾਂ ਦੀ ਔਲਾਦ ਮੰਨਦੀ ਹੈ ਗੁਰੂ ਘਰ ਨੂੰ, ਤਾਂ ਮੰਨਦੀ ਹੈ ਨਾ। ਉਹਨਾਂ ਨੇ ਕੁਛ ਕਰਤਾ, ਝਗੜਾ ਮਿਟਾਤਾ, ਪਰ ਸਾਨੂੰ ਦੇਖ ਕੇ ਤਾਂ ਇਹ ਕਹਿਣਗੇ ਬੇਵਕੂਫ ਨੇ ਸਿੱਖੇ ਨਹੀਂ ਹਨ। ਸਾਨੂੰ ਸਿੱਖਾਂ ਨੂੰ ਦੇਖ ਕੇ ਐਂ ਕਹਿਣਗੇ ਵੀ ਇਹ ਸਿੱਖ ਨੇ। ਜੋ ਕੁਛ ਉਹਨਾਂ ਨੇ ਕੀਤਾ, ਨੌਵੇਂ ਪਾਤਸ਼ਾਹ ਨੇ ਜਾ ਕੇ ਉਹ ਅਸਾਮ ਦੇ ਵਿੱਚ ਜੰਗ ਨਹੀਂ ਹੋਣ ਦਿੱਤਾ, ਸੁਲਾਹ ਕਰਤੀ, ਲੜਾਈ ਨਹੀਂ ਹੋਣ ਦਿੱਤੀ। ਇੱਥੋਂ ਫੌਜਾਂ ਲੈ ਕੇ ਗਿਆ ਆਰਾਮ ਸਿੰਘ ਜਾਟ, ਨੌਵੇਂ ਪਾਤਸ਼ਾਹ ਨਾਲ ਚਲੇ ਗਏ, ਲੜਾਈ ਨਹੀਂ ਹੋਣ ਦਿੱਤੀ, ਸੁਲਾਹ ਕਰਤੀ, ਸਾਰੇ ਮੁੜ ਕੇ ਲੜਾਈ ਨਹੀਂ ਪਟਣੇ ਵਾਲੇ ਰਾਜੇ ਦੀ ਅਸਾਮ ਵਾਲੇ ਦੀ ਮੁੜ ਕੇ ਲੜਾਈ ਹੋਈ ਨਹੀਂ ਹੋਈ ਉਹਨਾਂ ਦੀ, ਅਸੀਂ ਸੁਲਾਹ ਕਰਾਈ। ਇਹ ਜਿਹਨਾਂ ਨਾਲ ਸੁਲਾਹ ਉਹਨਾਂ ਨਾਲ ਸੋਣ ਖੜੀ ਰੱਖਦੇ ਨੇ ਵੀ ਕਿਸੇ ਲੜਾਈ ਕਿਵੇਂ ਸ਼ੁਰੂ ਹੋਵੇ, 24 ਘੰਟੇ ਰਹਿੰਦੇ ਹੀ ਹੈ ਵੀ ਕਿਸ ਤਰੀਕੇ ਨਾਲ ਲੜਾਈ ਹੋਵੇ। ਕਿਉਂ ਜਾਤ ਗੋਤ ਸਿਮਰਨ ਕੀ ਦੰਗਾ ਹੈ ਨਾ, ਲਿਖ ਦਿੱਤਾ ਨਾ ਉਹਨੇ,
ਜਿਹੜੇ ਲੋਕਾਂ ਨੇ ਆਜ਼ਾਦ ਗੋਬਿੰਦ ਸਿੰਘ ਨੇ ਦੰਗਾ ਲਿਖਿਆ ਨਾ, ਉਹ ਗੱਲ ਦਾ ਅਸਰ ਪੁੱਠਾ ਹੋਇਆ ਹੋਇਆ, ਉਹ ਗੁਰਮਤ ਦੇ ਉਲਟ ਨੇ ਸਭ ਗ੍ਰੰਥ ਤੁਹਾਡੇ। ਗੁਰਬਾਣੀ ਛੱਡਤੀ ਉਹ ਫੜ ਲਈਆਂ ਚੀਜ਼ਾਂ, ਮੂਰਖ ਮੂਰਖ ਵਾਲੀ ਗੱਲ ਨੂੰ ਛੇਤੀ ਮੰਨ ਦਿੰਦਾ ਜਿਹੜਾ ਪਹਿਲਾਂ ਹੀ ਮੂਰਖ ਹੈ। ਕਰੇਲਾ ਜੇ ਨਿੰਮ ਤੇ ਚੜ੍ਹ ਜਾ ਹੋਰ ਕੌੜਾ ਹੋ ਜਾਂਦਾ, ਤਰਬੂਜ ਨਹੀਂ ਕੌੜਾ ਹੁੰਦਾ ਜੇ ਨਿੰਮ ਤੇ ਚੜ੍ਹਾ ਦੀ, ਉਹ ਨਹੀਂ ਕੌੜਾ ਹੁੰਦਾ। ਕਰੇਲੇ ਤਾਂ ਕੌੜਾ ਪਹਿਲਾਂ ਹੀ ਆ, ਕੁਛ ਕੁਛ ਉਹਨੂੰ ਨਿੰਮ ਮਿਲ ਗਈ ਉਹ ਤਾਂ ਕੌੜਾ ਹੋ ਜਾਣਾ। ਮੂਰਖ ਨੂੰ ਜੇ ਮੂਰਖਤਾ ਵਾਲੀ ਗੱਲ ਕਹਿ ਦਈਏ ਵਧੀਆ ਲੱਗਦੀ ਹੈ, ਉਹਨੂੰ ਹੋਰ ਮੂਰਖ ਬਣ ਜਾਂਦਾ। ਗੁਰਦੇਵ ਤੀਰਥ ਅੰਮ੍ਰਿਤ ਜਨਮ ਤੋਂ ਕੋਈ ਸਿੱਖ ਨਹੀਂ ਬਣਦਾ ਹੁੰਦਾ। ਸਿੱਖਾਂ ਦੇ ਘਰ ਜਨਮ ਲੈਣ ਦਾ ਮਤਲਬ ਹੀ ਨਹੀਂ ਅਸੀਂ ਸਿੱਖ ਹੋ ਗਏ। ਮੁਸਲਮਾਨ ਦੇ ਘਰ ਜਨਮ ਲੈਣ ਦਾ ਮਤਲਬ ਨਹੀਂ ਉਹ ਮੁਸਲਮਾਨ ਹੋ ਗਿਆ। ਹਿੰਦੂ ਦੇ ਘਰ ਜਨਮ ਲੈਣ ਦਾ ਮਤਲਬ ਨਹੀਂ ਹਿੰਦੂ ਹੋ ਗਿਆ। ਗੁਰੂ ਨਾਨਕ ਨੇ ਹਿੰਦੂਆਂ ਦੇ ਘਰ ਜਨਮ ਲੈ ਕੇ ਹਿੰਦੂ ਨਹੀਂ ਹੋਏ। ਠੀਕ ਹੈ, ਫਿਰ ਤਾਂ ਕੋਈ ਅਵਤਾਰ ਪੈਦਾ ਹੀ ਨਹੀਂ ਹੋ ਸਕਦਾ। ਸਾਰੇ ਗੁਰੂ ਹਿੰਦੂਆਂ ਦੇ ਘਰੇ ਜਨਮ ਲਿਆ, ਚਲੋ ਤਿੰਨ ਨੇ ਤਾਂ ਲਿਆ ਹੀ ਲਿਆ, ਚਾਰ ਨੇ, ਪੰਜਵੇਂ ਤੋਂ ਬਾਅਦ ਨਹੀਂ ਲਿਆ। ਪੰਜਵੇਂ ਪਾਤਸ਼ਾਹ ਦਾ ਜਨਮ ਜਿਹੜਾ ਹੋਇਆ ਸਿੱਖਾਂ ਦੇ ਘਰ 'ਚ ਹੋਇਆ, ਗੁਰੂ ਰਾਮਦਾਸ ਦੇ ਘਰ। ਪਹਿਲਾਂ ਚਾਰ ਦਾ ਤਾਂ ਜਨਮ ਹਿੰਦੂਆਂ ਦੇ ਹੋਇਆ, ਸਾਰੇ ਭਗਤ ਹਿੰਦੂਆਂ ਦੇ ਘਰ ਜੰਮੇ ਨੇ, ਵਿੱਚ ਮੁਸਲਮਾਨਾਂ ਦੇ ਘਰ ਵੀ ਜੰਮੇ ਨੇ। ਜਨਮ ਨਾਲ ਧਰਮ ਦਾ ਕੋਈ ਸੰਬੰਧ ਨਹੀਂ, ਧਰਮ ਦਾ ਸਿੱਖਿਆ ਨਾਲ ਸੰਬੰਧ ਹੈ। ਸਕੂਲ ਜਾਂਦੇ ਨੇ, ਕੋਈ ਵਿਸ਼ਾ ਲੈ ਲੈ ਪੜ੍ਹਦੇ ਨੇ ਇੱਕੋ ਕਲਾਸ ਦੇ ਵਿੱਚ, ਗਾਹਾਂ ਜਾ ਕੇ ਕੋਈ ਡਾਕਟਰ ਬਣ ਜਾਂਦਾ, ਕੋਈ ਇੰਜੀਨੀਅਰ ਬਣ ਜਾਂਦਾ, ਕੋਈ ਕੁਛ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਧਰਮ ਦਾ ਅਲੱਗ ਵਿਸ਼ਾ ਹੈ ਜੀਵਨ 'ਚ, ਕਿਹੜਾ ਧਰਮ ਕਿਸੇ ਨੇ ਧਾਰਨ ਕਰਨਾ। ਇਸ ਕਰਕੇ ਉਹਨਾਂ ਨੇ ਕਿਹਾ ਧਰਮ ਕੋਈ ਵੀ ਧਾਰਨ ਕਰ ਸਕਦਾ, ਆਜ਼ਾਦੀ ਹੈ। ਭਾਵੇਂ ਸਾਨੂੰ ਔਖਾ ਲੱਗਦਾ ਕਹਿ ਤਾਂ ਬੈਠੇ, ਇਹ ਕੱਟੜ ਵਾਲੀਆਂ ਨੂੰ ਔਖਾ ਲੱਗਦਾ ਕਿ ਧਰਮ ਬਦਲਣਾ, ਜਿਹੜੀ ਇਹ ਜ਼ਬਰਦਸਤੀ ਬਦਲਾਇਆ ਜੀ ਲਾਲਚਣਾ। ਹੁਣ ਉਹ ਜਾਣ ਕੇ ਕਰਦੇ ਨੇ, ਕਿਉਂਕਿ ਉਹ ਇਹਨਾਂ ਨੂੰ ਵੋਟਾਂ ਨਾਲ ਧਰਮ ਜੁੜਿਆ ਹੋਇਆ ਇਹਨਾਂ ਦਾ, ਇਹਨਾਂ ਦਾ ਧਰਮ ਸਿੱਖਿਆ ਨਾਲ ਨਹੀਂ ਜੁੜਿਆ ਹੋਇਆ ਹੈ, ਇਹਨਾਂ ਦਾ ਧਰਮ ਬਾਹੂਬਲ ਨਾਲ ਜੁੜਿਆ ਹੋਇਆ। ਬਾਹੂਬਲ, ਸਾਡੀ ਫੌਜ ਕਿੰਨੀ ਹੈ, ਸਾਡੀ ਗਿਣਤੀ ਕਿੰਨੀ ਹੈ, ਗਿਣਤੀ ਨਾਲ ਜੁੜਿਆ ਹੈ। ਧਰਮ ਇਮਾਨਦਾਰੀ ਨਾਲ ਜੁੜਿਆ ਹੋਇਆ ਨਹੀਂ ਕੋਈ, ਧਰਮ ਇਮਾਨਦਾਰੀ ਨਾਲ ਕੋਈ ਵੀ ਧਰਮ ਨਹੀਂ ਜੁੜਿਆ ਹੋਇਆ, ਨਾ ਕੋਈ ਧਰਮ ਇਮਾਨਦਾਰੀ ਨਾਲ ਜੋੜਦਾ। ਇਮਾਨਦਾਰ ਤੋਂ ਆਗੂ ਨਹੀਂ ਹਨ ਉਹ, ਜਿਹੜੇ ਇਮਾਨਦਾਰ ਹੁਣ ਦੇਣਾ ਨਹੀਂ ਚਾਹੁੰਦੇ। ਅੱਜ ਸਿੱਖਾਂ ਦੇ ਆਗੂ ਵੀ ਇਮਾਨਦਾਰ ਨਹੀਂ ਹਨ, ਇਮਾਨਦਾਰੀ ਨਾਲ ਇਹਨੂੰ ਸੱਚ ਨੂੰ ਤਾਂ ਨਹੀਂ ਪ੍ਰਚਾਰ ਦਿੰਦੇ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪਿੱਛੇ ਰਹਿ ਜਾਵਾਂਗੇ, ਫਿਰ ਜਾਂ ਤਾਂ ਸਾਨੂੰ ਇਮਾਨਦਾਰ ਹੋਣਾ ਪਊ ਜਿਹੜਾ ਉਹ ਹੋਣਾ ਨਹੀਂ ਚਾਹੁੰਦੇ, ਜਾਂ ਤਾਂ ਸਾਨੂੰ ਇਮਾਨਦਾਰ ਹੋਣਾ ਪਊ, ਫਿਰ ਆ ਪਰਿਵਾਰਵਾਦ ਨਹੀਂ ਪੜ੍ਹਨਾ, ਫਿਰ ਪਰਿਵਾਰਵਾਦ ਪੜ੍ਹਨਾ ਨਹੀਂ, ਫਿਰ ਤਾਂ ਕੋਈ ਦੇਣ ਧਾਰਮਿਕ ਆਦਮੀ ਨੂੰ ਕੋਈ ਦੇਣਾ ਪੈਂਦਾ ਹੁੰਦਾ। ਰਿਜ਼ਲਟ ਕੀ ਹੋਇਆ ਦੱਸਾਂ, ਗੁਰੂਆਂ ਦਾ ਰਿਜ਼ਲਟ ਕੀ ਹੋਇਆ, ਚਾਹੇ ਕਿੰਨਾ ਹੀ ਚੜਾਵਾ ਆਇਆ, ਜੋ ਵੀ ਕੁਛ ਆਇਆ ਗੁਰੂ ਘਰ 'ਚ, ਰਿਜ਼ਲਟ ਕੀ ਹੈ ਆਖਿਰ ਦੇ ਵਿੱਚ, ਦਸਵੇਂ ਪਾਤਸ਼ਾਹ ਦਾ ਰਿਜ਼ਲਟ ਦੇਖ ਲਓ ਕੀ ਹੈ। ਕੋਈ ਘਰ ਨਹੀਂ, ਕੋਈ ਮਕਾਨ ਨਹੀਂ, ਕੋਈ ਜਾਇਦਾਦ ਨਹੀਂ, ਕੁਛ ਨਹੀਂ ਹੈ, ਕੁਛ ਛੱਡ ਗਏ ਨਾ। ਜਦੋਂ ਹਜ਼ੂਰ ਸਾਹਿਬ ਉਹਨਾਂ ਨੇ ਸਰੀਰ ਆਪਣਾ ਛੱਡਿਆ, ਜਦੋਂ ਉਹਨਾਂ ਦਾ ਕਿਹੜਾ ਘਰ ਸੀ ਦੱਸੋ, ਕਿਹੜਾ ਘਰ ਸੀ? ਇਹ ਤਾਂ ਅਸੀਂ ਅੱਜ ਬਣਾਏ ਨੇ, ਉਹਨਾਂ ਕੋਲ ਕਿਹੜਾ ਜਗ੍ਹਾ ਸੀ, ਕਿੰਨੇ ਕੁ ਪੈਸੇ ਸੀ, ਕਿੰਨੀ ਕੁ ਜਾਇਦਾਦ ਸੀ, ਕੀ ਸੀ, ਐਂਡ ਕੀ ਹੈ, ਐਂਡ ਦੇਖੋ ਕੀ ਹੈ। ਧਰਮ 'ਚ ਸਭ ਕੁਝ ਦੇਣਾ ਹੀ ਦੇਣਾ ਹੁੰਦਾ, ਲੈਣਾ ਨਹੀਂ ਕੁਛ ਹੁੰਦਾ। ਹਾਂ, ਧਰਮ ਦੇਣ ਵਾਲੀ ਚੀਜ਼ ਹੈ, ਲੈਣ ਵਾਲੀ ਕੁਛ ਨਹੀਂ। ਧਰਮ ਧਾਰਮਿਕ ਆਦਮੀ ਦਾਤਾ ਹੁੰਦਾ ਸੰਸਾਰ ਵਾਸਤੇ, ਸੰਸਾਰ ਵਾਸਤੇ ਦਾਤਾ, ਜਿੱਥੇ ਤੱਕ ਸੰਸਾਰ ਹੈ ਇੱਥੇ ਦੇਣਾ ਹੀ ਦੇਣਾ ਉਹਨੇ ਸਭ ਕੁਛ, ਪਰ ਪਰਮੇਸ਼ਰ ਦਾ ਮੰਗਤਾ,
संसार का मंगता नहीं हुंदा है। असी अज गुरु नूं संसारी मंगता बनाता, गुरु दे नाम ते लंगर अगराई करते मंगता हो गए, गुरु दे नाम ते गुरुद्वारे मंगता बनाता अगराई करते फिरते बनाता ना। क्यों असल दे विच असीं आ मंगते पूरे गुरु होकर नगर कीर्तन क्यों हजूर साहब वाले क्यों लैके आए सी भीड़ मंगण वास्ते, टैक्नीक है। असल में सिख नहीं हैं ये, बामण मंगता सी उहदे चेले ने सारे मंगते ने, जिदण सिख गुरु वाले बन जाणगे उदण दाते बन के मंगते रहने ही नहीं, उदण ही मंगते रहना देने ही देने। अकाली फूला सिंह का कोई नाम निशान है पिछे दसो की है? देखो रहा रणजीत सिंह का भी नहीं कुछ, और दोहां दे नामां च फर्क की है? दोहां नूं बराबर देखो करके, अकाली फूला सिंह नूं और रणजीत सिंह नूं बराबर कढ़ाओ। वो गुरु लेखे ला गया सब कुछ, उन्हें सब को गुरु के नाम से कट्ठा किया, रहा दोहां में बराबर हो गए। एक बदनामी लै गया, एक जस लै गया। जिहड़ा जस लै गया वो ठीक रहा, जस नाव चढ़ा पाव सागर तारा। क्यों? गुरु वाली गल याद सी, उन्हें गुरु वाली गल ध्यान रखी है, उन्हें जस लिया माया नहीं ली। चाहे लोभ लै लो चाहे जस लै लो, जस नाव चढ़ा पव सागर तारा। जिहड़ा जस वाले जहाज ते किश्ती ते बह गया पव सागर पार कर जो, उहदे कोल जस खट गया, वो आप जस खट गया, आप जस वाला नरकां चला जांदा। अकाली फूला सिंह का इज्जत नाल नाम लिया जाता, बाबा दीप सिंह का इज्जत नाल नाम लिया जाता, लिया जाता। आ जिहड़े मिसल वाले राजे इन्हां दा लिया जाता, क्यों नहीं लिया जाता? राज भी बनाया, लोग सलामा भी करते थे, सब कुछ करते थे, क्यों नहीं लिया जाता? सिखी नहीं बोल रही, सिक्खी बदले कौडी ले ली, कौडी बदले जिहड़ी सिक्खी सी कौडी बदले छड़ती, तां नहीं लिया जांदा। पिछे दा देख के 300 साल दी हिस्ट्री, 250 100 साल दी हिस्ट्री या 200 साल दी हिस्ट्री चो देख के यही सिक्ख्या लैण नूं है, वी पिछले ने की खट लिया, असीं गाह नूं की खट्टां। बस इतिहास तो इतो ज़्यादा इतिहास की लोड़ नहीं सानू, पिछे जे जिन्हें आ राह किया की मिलया, जिन्हें आ राह किया की मिलया। इतो बद गुरमुखां की इतिहास से गुरसिख की निगाह नहीं होंगी, इतो बद इतिहास से बस यही भी जे गुरु वाले नहीं रहे तो उन्होंने की खटे, जो गुरु वाले सीगे उन्होंने की खटे। गुरदेव तीर्थ अमृत सरोवर, अमृत सरोवर गुर ज्ञान मज्जन अपरंपरा। इस करके जिहड़ा गुर ज्ञान हुंदा गुरबाणी दा ज्ञान हुंदा, इह गुरबाणी ज्ञान है, यही अमृत सरोवर है। हुण इह मत कहो भी हुण गुरु नहीं है साडे नाल, गुरदेव नहीं है, गुरदेव सी उह, आ गुरबाणी उही चीज़ है। इह उहनां ने बोल के सुणो नहीं दी, हुण अपने कोल लिखत विच पई है, की फर्क पैंदा? बोल के भी मनण वाले की गल सी, जो ना मनता वो की सी, हुण भी मनण वाले की गल, उदो भी उत्ते गुरबाणी नूं लिखे उन्होंने अपने नूं भी उत्ते। वो कहते असी तां जिहड़ी बोलदे आ बुलाए बोलदे आ, जो बोलिया गया सी बुला दरगाह तो आई सी बाणी, वो असी इहदे विच लिख दित्ती। हुण तुसी इह मन्नियो इह असी नहीं बोलदे,
ਪਰਮੇਸ਼ੁਰ ਦੇ ਥਾਂ ਸਿੱਧੀ ਪੋਥੀ ਬੋਲਦੀ ਹੈ। ਪਹਿਲਾਂ ਅਸੀਂ ਬੋਲਦੇ ਤੇ ਪਰਮੇਸ਼ੁਰ ਦੇ ਥਾਂ, ਜੇ ਅਸੀਂ ਪਰਮੇਸ਼ੁਰ ਦੇ ਥਾਂ ਬੋਲਦੇ ਤੇ ਹੁਣ ਤਾਂ ਅੱਖਰ ਨੇ, ਅਸੀਂ ਤਾਂ ਬੋਲਦੇ ਨਹੀਂ, ਵਿਚਾਲੇ ਆਪ ਨਿਕਲ ਗਏ। ਪੋਥੀ ਔਰ ਪਰਮੇਸ਼ੁਰ ਸਿੱਧਾ ਡਾਇਰੈਕਟ ਕਰਤਾ ਸੰਬੰਧ, ਪੋਥੀ ਪਰਮੇਸ਼ੁਰ ਕਾ, ਅਸੀਂ ਉਹ ਜੋੜ ਕੇ ਗੁਰੂ ਨਾਲ ਜੋੜਤਾ ਬਿਜਲੀ, ਇਹ ਗਲਤੀ ਕੀਤੀ। ਪਰਮੇਸ਼ੁਰ ਨੂੰ ਕੱਟ ਕੇ ਵਿਚਾਲੇ ਦੀ ਗੁਰੂ ਜੋੜਤਾ, ਲਿਆ ਕੇ ਬੰਦੇ ਨਾਲ ਜੋੜਤੀ ਗੱਲ ਲਿਆ ਕੇ, ਇਸ ਕਰਕੇ ਦੀ ਗੱਲ ਨਹੀਂ ਮੰਨਦੇ। ਜੇ ਪਰਮੇਸ਼ੁਰ ਨਾਲ ਜੁੜੀ ਰਹਿਣ ਦਿੰਦੇ ਉਹ ਵਜ਼ਨਦਾਰ ਰਹਿੰਦੀ ਗੱਲ, ਯਾਰ ਪਰਮੇਸ਼ੁਰ ਦੀ ਗੱਲ ਨਹੀਂ ਕੋਈ ਮੋੜਦਾ, ਬੰਦੇ ਦੀ ਬੰਦਾ ਗੱਲ ਮੋੜ ਦਿੰਦਾ। ਬੰਦੇ ਦਾ ਨਾਨਕ ਦੇ ਮੁੰਡਿਆਂ ਨੇ ਗੱਲ ਮੋੜਤੀ, ਦਸਮ ਪਾਤਸ਼ਾਹ ਦੇ ਨਾਲ ਬੇਦਾਵਾ ਲਿਖ ਕੇ ਦੇ ਗਏ। ਬੰਦੇ ਦੀ ਬੰਦਾ ਤਾਂ ਗੱਲ ਮੋੜਦਾ ਰਹਿੰਦਾ, ਚਾਹੇ ਕਿੱਡਾ ਹੀ ਕੋਈ ਹੋਵੇ, ਇਹ ਤਾਂ ਰਹਿੰਦਾ ਹੀ ਇੱਥੇ। ਕਿੱਡਾ ਹੀ ਕੋਈ ਅਵਤਾਰ ਹੁਣ ਸਾਰਿਆਂ ਦੇ ਨਾਲ ਹੀ ਹੈ, ਕਿਸੇ ਅਵਤਾਰ ਦੀ ਹਿਸਟਰੀ ਚੱਕ ਲਓ, ਸਾਰਿਆਂ ਨੇ ਗੱਲ ਮੋੜਦੇ ਰਹੇ। ਮੋੜਨ ਵਾਲੇ ਇੱਥੇ ਹੀ ਸੀਗੇ, ਉਹ ਅਵਤਾਰ ਵੀ ਇੱਥੇ ਸੀ, ਮੋੜਨ ਵਾਲੇ ਵੀ ਇੱਥੇ ਸੀਗੇ। ਅਕੜੇ ਜਾਲਿਆਂ ਨੇ ਘੋੜੀ ਨਹੀਂ ਦਿੱਤੀ, ਘੋੜਾ ਘੋੜੀ ਮੰਗੀ ਸੀ, ਦਿੱਤੀ ਸੀ। ਫਿਰ ਇਹ ਤਾਂ ਇੱਦਾਂ ਹੀ ਚੱਲਦਾ, ਬੰਦੇ ਦੀ ਨਹੀਂ ਕੋਈ ਗੱਲ ਬਹੁਤੀ ਮੰਨਦੇ ਹੁੰਦੇ ਲੋਕ। ਇਹ ਤਾਂ ਜੋੜਿਆ ਸੀ ਪਰਮੇਸ਼ੁਰ ਕਾ ਥਾਨ ਸਿੱਧਾ, ਨਾ ਦਸਮ ਪਾਤਸ਼ਾਹ ਦੀ ਨਾ ਚ ਬਾਣੀ ਨਾ ਲੈਣ ਨਾ ਦੇਣ। ਫਿਰ ਅਸੀਂ ਕਹਿੰਦੇ ਪੰਜ ਪਿਆਰਿਆਂ ਨੂੰ ਗੁਰਿਆਈ ਦੇ ਦਿੱਤੀ, ਪੰਜ ਪਿਆਰਾਂ ਤੋਂ ਅੰਮ੍ਰਿਤ ਛਕ ਲਿਆ, ਉਹਨਾਂ ਕੋਲ ਰਹਿ ਕੀ ਗਿਆ ਸੀ ਬਈ? ਫਿਰ ਪੰਜ ਪਿਆਰੇ ਤਾਂ ਦਸਮ ਪਾਤਸ਼ਾਹ ਨਾਲ ਬੜੇ ਹੋਏ, ਉਲਝ ਗਏ ਅਸੀਂ, ਇੰਨਾ ਉਲਝ ਗਏ ਝੂਠ ਬੋਲ ਕੇ, ਇੱਕ ਝੂਠ ਬੋਲ ਕੇ ਇੰਨਾ ਉਲਝ ਗਏ, ਹੁਣ ਅਸੀਂ ਇਹਨੂੰ ਜਸਟੀਫਾਈ ਨਹੀਂ ਕਰ ਸਕਦੇ ਇਸ ਗੱਲ। ਸੌ ਝੂਠ ਵੀ, ਹਜ਼ਾਰ ਝੂਠ ਵੀ ਹੋਰ ਬੋਲੀਏ, ਗੱਲ ਠੀਕ ਨਹੀਂ ਹੋਣੀ ਸਕਦੇ। ਜਿੰਨਾ ਚਿਰ ਸੱਚ ਤੇ ਨਹੀਂ ਆਉਂਦੇ, ਜੋ ਲਿਖਿਆ ਹੋਇਆ ਨਾ ਬਾਣੀ 'ਚ, ਇਵੇਂ ਰਹਿਣ ਦੇਈਏ। ਬਾਕੀ ਵਿਚਾਲਣਾ ਝੂਠ ਕਹਿ ਦਈਏ, ਵੀ ਝੂਠ ਬੋਲਤਾ ਸੀ, ਉਹ ਤਾਂ ਸਾਨੂੰ ਲੋੜ ਸੀ, ਉਹ ਤਾਂ ਬੋਲਤਾ ਸੀ ਝੂਠ, ਲੋੜ ਸੀ, ਇਤਿਹਾਸ 'ਚ ਪਿਆ ਨਾ ਝੂਠ, ਤਾਂ ਐਦਾਂ ਨਹੀਂ ਨਾ ਹੈ, ਬਸ ਬਾਹਰਲੀ ਗੱਲ ਹੈ। ਤਾਂ ਬੰਦਿਆਂ ਨੇ ਉਦੋਂ ਕਹਿ ਦਿੱਤਾ, ਕੋਈ ਉਹਨਾਂ ਨੂੰ ਲੋੜ ਪਈ ਉਸ ਵੇਲੇ, ਗੁਰੂ ਸਾਹਿਬ ਨੇ ਉੱਥੇ ਉੱਚੇ ਦੇ ਪੀਰ ਦਾ ਬਣਾ ਲਿਆ ਨਾ, ਤੇ ਹੁਣ ਉੱਚੇ ਦੇ ਪੀਰ ਸਾਰਿਆਂ ਨੇ ਬਣਨਾ। ਇਹ ਤਾਂ ਆਸਾ ਗੱਲ ਸੀ, ਲੋੜ ਸੀ, ਹੁਣ ਬਣੋ ਸਾਰੇ ਉੱਚੇ ਦੇ ਪੀਰ। ਫਿਰ ਕੋਈ ਲੋੜ ਹੁੰਦੀ ਹੈ ਕਿਸੇ ਵੇਲੇ, ਕੋਈ ਕੰਮ ਕਰ ਲਈਦਾ ਹੁੰਦਾ ਹੈ, ਉਹ ਲਕੀਰ ਥੋੜ੍ਹੀ ਪੈ ਜਾਂਦੀ ਹੈ, ਕੀ ਪ੍ਰੋਬਲਮ ਹੈ? ਪਿੱਛੇ ਨੂੰ ਵਾਲ ਕਰ ਲਏ ਉਹਨਾਂ ਨੇ ਆਪਣੀ ਟੈਕਨੀਕ ਵਰਤ ਲਈ ਉਸ ਵੇਲੇ, ਨੀਤੀ ਸੀ ਇਹ, ਯੁੱਧ ਨੀਤੀ ਸੀ ਇਹ, ਰਾਜਨੀਤੀ ਨਹੀਂ ਸੀ ਇਹ, ਉਹ ਯੁੱਧ ਨੀਤੀ ਸੀ, ਯੁੱਧ ਹੋ ਰਿਹਾ ਸੀ, ਉੱਥੋਂ ਨਿਕਲੇ ਨੇ, ਉਹ ਵੀ ਨੀਤੀ ਨਾਲ ਨਿਕਲੇ ਨੇ ਚਮਕੌਰ ਸਾਹਿਬ ਤੇ, ਯੁੱਧ ਨੀਤੀ ਸੀ, ਤਾੜੀ ਵਜਾਈ ਆ, ਘੇਰਾ ਤੋੜਿਆ, ਤਾਂ ਵਜਾਈ ਆ ਤਾੜੀ, ਘੇਰਾ ਟੁੱਟਦਾ ਨਹੀਂ ਸੀ ਉਹਨਾਂ ਦਾ, ਨੀਤੀ ਸੀ ਇਹ। ਇਸ ਕਰਕੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਹੇ ਤਾਂ, ਜੋ ਤੁਹਾਨੂੰ ਕਿਹਾ ਤੁਸੀਂ ਇਹਦੇ ਨਿਗਾਹ ਰੱਖੋ, ਗੁਰਬਾਣੀ ਦਾ ਉਪਦੇਸ਼ ਹੈ, ਇਹਦੇ ਨਾਲ ਜੁੜੇ ਰਹੋ। ਉਹ ਜਿਹੜੀਆਂ ਨੀਤੀਆਂ ਵਰਤੀਆਂ ਨੇ ਮੌਕੇ ਮੌਕੇ 'ਤੇ, ਉਹਨਾਂ ਦੇ ਬਹੁਤੀ ਉਹਨਾਂ ਵੱਲੀ ਤਿਆਰ ਕਰੀਏ। ਉਹਨਾਂ ਨੇ ਜੋ ਉਸ ਵੇਲੇ ਐਂ ਕੀਤਾ, ਹੁਣ ਮਾਛੂਵਾੜੇ ਜਾ ਕੇ ਅਸੀਂ ਸਾਰੇ ਪਿੱਛੇ ਨੂੰ ਕੇਸ ਖੰਡਾ ਕੇ ਚੱਲੀਏ, ਸਿੱਖਾਂ ਦਾ ਗੁਰੂ ਨੇ ਕੀਤਾ ਅਸੀਂ ਵੀ ਕਰੀਏ, ਇਹ ਕੋਈ ਅਕਲ ਦੀ ਗੱਲ ਹੈ? ਗੁਰ ਕਹਿਆ ਸਾਕਾਰ ਕਮਾ, ਜੋ ਗੁਰਬਾਣੀ 'ਚ ਲਿਖਿਆ, ਫਿਰ ਵੀ ਇਹਦੇ 'ਤੇ ਆ ਕੇ ਹੀ ਠੀਕ ਹੈ, ਇਹਦੇ 'ਤੇ ਤੇ ਕਰ ਲਈਏ, ਇੱਥੋਂ ਹੀ ਚਾਬੀ ਅਕਲ ਦਾ ਜਿੰਦਾ ਜਿਹੜਾ ਹੈ ਨਾ, ਗੁਰਕੁੰਜੀ ਪਾਹੋ ਨਿਬਲ, ਪੈਰਾਂ ਨੂੰ ਜਿਹੜੀ ਬੇੜੀ ਲੱਗੀ ਹੈ ਨਾ, ਅੱਗੇ ਨਹੀਂ ਜਾਂਦਾ ਸਾਡਾ ਗਿਆਨ ਅੱਗੇ, ਜਿੱਥੇ ਖੜ੍ਹ ਗਏ ਸਿੱਖ ਖੜ੍ਹ ਗਏ, ਗਿਆਨ ਖੜ੍ਹ ਗਿਆ, ਰੁਕ ਗਿਆ ਇਹਨਾਂ ਦਾ, ਪੈਰਾਂ ਨੂੰ ਨਿਵਲ ਜੋ ਪੈ ਗਿਆ, ਬੇੜੀ ਜੋ ਪੈ ਗਈ, ਪਾਹੋ ਨਿਬਲ, ਗਿਆਨ ਦੀ ਕੁੰਜੀ ਨਾਲ ਖੋਲ ਲਓ ਇਹਨੂੰ, ਅੱਗੇ ਤੁਰੋ, ਇਹ ਤੋਂ ਬਹੁਤ ਮੰਜ਼ਿਲ ਦੂਰ ਹੈ, ਸਿੱਖੀ ਦਾ ਘਰ ਦੂਰ ਹੈ,
ਗਿਆਨ ਦੀ ਕੁੰਜੀ ਨਾ ਖੁੱਲਣਾ ਗੁਰਬਾਣੀ ਦੇ ਗਿਆਨ ਦੀ। ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਧਾਤ ਨਾ ਉਖੜੇ। ਮਨ ਨੂੰ ਜਿੰਦਾ ਲੱਗਿਆ ਪਿਆ, ਮਨ ਮੰਨਦਾ ਨਹੀਂ, ਜਿੰਦੇ ਦਾ ਮਤਲਬ ਇਹ ਹੈ ਮਨ ਨਹੀਂ ਮੰਨਦਾ ਬਾਣੀ ਨੂੰ। ਮਨ ਦੇ ਵਿੱਚ ਲੋਭ ਹੈ, ਉਹ ਖੋਲ੍ਹ ਕੇ ਲੋਭ ਲਾਭ ਸਾਫ਼ ਕਰ ਦਿਉ ਇਹਨੂੰ, ਮਨ ਨੂੰ ਤਾਂ ਮੰਨੂਗਾ ਇਹ, ਇਹਦੇ ਅੰਦਰ ਨਹੀਂ ਜਾਂਦੀ ਬਾਣੀ। ਅਵਰ ਨਾ ਕੁੰਜੀ ਹੱਥ, ਨਾ ਕਿਸੇ ਸਾਧ ਦੇ ਹੱਥ ਹੈ, ਨਾ ਕਿਸੇ ਸੰਤ ਦੇ ਹੱਥ, ਨਾ ਪੰਜ ਪੈਰਾਂ ਦੇ ਹੱਥ ਹੈ ਕੁੰਜੀ। ਪੰਜ ਪੈਰਾਂ ਦੇ ਹੱਥ ਵੀ ਨਹੀਂ, ਬਿਲਕੁਲ ਬਕਵਾਸ ਹੈ ਇਹ, ਕਿਸੇ ਦੇ ਹੱਥ ਨਹੀਂ ਕੁੰਜੀ, ਕੁੰਜੀ ਹੈ ਗੁਰੂ ਦੇ ਹੱਥ, ਗਿਆਨ ਗੁਰੂ ਦੇ ਹੱਥ। ਪਰਮੇਸ਼ਰ ਦੇ ਹੱਥ ਕੁੰਜੀ ਆ, ਵੀ ਪਰਮੇਸ਼ਰ ਦਾ ਥਾਨ ਹੈ ਉੱਥੇ, ਬਾਣੀ ਉਹਦੀ ਹੈ, ਇਹਦੇ ਹੀ ਹੱਥ ਸਭ ਕੁਛ, ਹੋਰ ਕਿਸੇ ਦੇ ਹੱਥ ਕੁਛ ਨਹੀਂ ਹੈ। ਪੰਜ ਪੈਰੇ ਦਾ ਸਕੂਲ ਦੇ ਵਿੱਚ ਇੱਕ ਦਾਖਲਾ ਦਿੰਦੇ ਵਾਲੀ ਚੀਜ਼ ਹੈ, ਉਹ ਤਾਂ ਗੁੜਤੀ ਹੈ, ਗੁੜਤੀ ਹੈ, ਉਹ ਸਿੱਖੀ ਧਾਰਨ ਹੋਣੀ ਹੈ ਗੁਰਬਾਣੀ ਨਾਲ। ਉਹ ਫੌਜ 'ਚ ਐਂਟਰੀ ਹੈ ਸਿਰਫ, ਹੋਰ ਸਿੱਖੀ 'ਚ ਐਂਟਰੀ ਨਹੀਂ ਹੈ, ਉਹ ਗਲਤ ਗੱਲ ਹੈ। ਸਿੱਖ ਸਾਰੇ ਨੇ, ਉਹ ਖਾਲਸਾ 'ਚ ਐਂਟਰੀ ਹੈ, ਅੰਮ੍ਰਿਤ ਕੌਣ ਹੈ, ਖਾਲਸਾ 'ਚ ਐਂਟਰੀ ਹੈ, ਫੌਜ 'ਚ ਐਂਟਰੀ ਹੈ ਉਹ। ਬਈ ਫੌਜ 'ਚ ਜਾਊ ਸਿਵਲ ਦਾ ਆਦਮੀ, ਫੌਜ ਜਾਊ ਨਾਂ ਲਿਖਣਗੇ ਕਿ ਨਹੀਂ ਲਿਖਣਗੇ, ਉਹਨਾਂ ਨੇ ਪਹਿਲਾਂ ਦੇਖਣਾ ਵੀ ਇਹਦੀ ਹਾਈਟ ਪੂਰੀ ਹੈ, ਫੌਜ ਦੇ ਕਾਬਲ ਹੈ, ਉਹ ਤੋਂ ਕਾਬਲੀਅਤ ਪਰਖ ਕੇ ਫੌਜ 'ਚ ਲੈਂਦੇ ਨੇ। ਉਹ ਅਲੱਗ ਗੱਲ ਹੈ, ਸਿੱਖੀ ਅਲੱਗ ਗੱਲ ਹੈ। ਕਬੀਰ ਵੀ ਸਿੱਖ ਹੈ, ਸਾਰੇ ਸਿੱਖ ਨੇ। ਕਬੀਰ ਪੰਥੀਆਂ ਨੂੰ ਤੁਸੀਂ ਕਹਿੰਦੇ ਕੋਈ ਸਿੱਖ ਨਹੀਂ ਹੈਗੇ, ਰਵਿਦਾਸ ਪੰਥੀਆਂ ਨੂੰ ਕਹਿੰਦੇ ਕੋਈ ਸਿੱਖ ਨਹੀਂ ਹੈਗੇ, ਸਾਰੇ ਸਿੱਖ ਨੇ। ਗੁਰਦੁਆਰਾ ਸਿੱਖ ਗੁਰਦੁਆਰਾ ਐਕਟ ਹੈ ਇਹ, ਖਾਲਸਾ ਨਹੀਂ ਐਕਟ, ਖਾਲਸਾ ਵੱਖਰੀ ਗੱਲ ਹੈ। ਇਹ ਖਾਲਸੇ ਦਾ ਉਹ ਜਿਹੜੀ ਵਰਦੀ ਖਾਲਸੇ ਦੀ ਹੈ, ਸਿੱਖਾਂ ਦੀ ਕੋਈ ਵਰਦੀ ਨਹੀਂ ਹੈ, ਇਹ ਤਾਂ ਮੈਂ ਬਣਾ ਲਈ ਇਹਨਾਂ ਨੇ ਵਰਦੀ। ਵਰਦੀ ਲਿਖੀ ਵੀ ਨਹੀਂ, ਹਾਈ ਕੋਰਟ ਨੇ ਵਰਦੀ ਨਹੀਂ ਲਿਖੀ, ਕਿਰਪਾਨ ਨਹੀਂ ਲਿਖੀ, ਕਿਸ਼ਹਿਰਾ ਨਹੀਂ ਲਿਖਿਆ ਉਹਨਾਂ ਨੇ, ਰੈਤ ਨਹੀਂ ਲਿਖੀ ਉਹਨਾਂ, ਵੀ ਲਿਖਿਆ ਵੀ ਕੇਸ ਰੱਖਣੇ ਜ਼ਰੂਰੀ ਨੇ। ਜਿਹੜਾ ਕੁੱਠਾ ਉਹ ਨਹੀਂ ਖਾ ਸਕਦਾ, ਕੁੱਠਾ ਵੀ ਆ ਬਾਣੀ 'ਚ ਲਿਖਿਆ, ਗੁਰਬਾਣੀ 'ਚ ਆਖਿਆ ਕਿ ਕੁੱਠਾ ਬੱਕਰਾ ਖਾਣਾ, ਗੁਰਬਾਣੀ 'ਚ ਲਿਖਿਆ ਹੈ। ਚੌਕੇ ਉੱਪਰ ਕਿੰਨਾ ਨਾ ਜਾਣਾ, ਇਸ ਬਾਣੀ ਦੇ ਤਕਦੀ ਰਹਿਤ ਹੈ, ਦੂਈ ਨਹੀਂ ਹੈਗੀ ਆ, ਕਿਰਪਾਨ ਨਹੀਂ ਲਿਖੀ ਉਹਨਾਂ ਨੇ, ਕਿਰਪਾਨ ਪਾਉਣੀ ਜ਼ਰੂਰੀ ਹੈ ਉਹਨੂੰ, ਪਾਣੀ ਕਕਾਰ ਜ਼ਰੂਰੀ ਨੇ, ਕਿੱਥੇ ਲਿਖੀ ਉੱਥੇ। ਉਹ ਖਾਲਸੇ ਦੀ ਅੱਡ ਹੈ, ਗੁਰਦੁਆਰਾ ਸਿੱਖ ਗੁਰਦੁਆਰਾ ਐਕਟ ਹੈ, ਖਾਲਸਾ ਗੁਰਦੁਆਰਾ ਐਕਟ ਨਹੀਂ ਹੈ, ਮਾਲਕ ਖਾਲਸਾ, ਰੂਪ ਗੁਰੂ ਦਾ ਖਾਲਸਾ ਸਿੱਖ ਨਹੀਂ ਹੈ। ਖਾਲਸਾ ਨੂੰ ਕਿਹਾ ਖਾਲਸਾ ਮੇਰੇ ਰੂਪ ਹੈ ਖਾਲਸਾ, ਉਹ ਗੱਲ ਹੋਰ ਹੈ, ਉਹ ਜਾਂ ਗਾਹਾਂ ਜਾਣਗੇ ਜਾਂ ਪਤਾ ਲੱਗੂ, ਇਹਨਾਂ ਨੂੰ ਤਾਂ ਆਪ ਹੀ ਨਹੀਂ ਪਤਾ ਵੀ ਗੱਲ ਕੀ ਹੈ। ਗੁਰ ਗਿਆਨ ਮੱਜਣ ਅਪਰੰਪਰਾ, ਗੁਰ ਗਿਆਨ ਮੱਜਣ ਅਪਰੰਪਰਾ, ਦੇਖੋ ਇਹ ਜਿਹੜਾ ਹੈ ਨਾ, ਇੱਕ ਆਪਾਂ ਇਸ਼ਨਾਨ ਕਰਦੇ ਹਾਂ ਪਾਣੀ ਨਾਲ, ਨਹਾਉਂਦੇ ਹਾਂ, ਪਿੰਡਾਂ ਧੋਂਦੇ ਹਾਂ, ਬਹੁਤਾ ਜਿਹਨ ਨਹੀਂ ਧੋਂਦੇ ਲੋਕ, ਵਾਰ ਵਾਰ ਨਹੀਂ ਧੋਈ ਜਾਂਦੇ, ਇੱਕ ਵਾਰ ਸਾਬਣ ਲਾ ਲੂ, ਦੋ ਵਾਰ ਲਾ ਲੂ, ਕੋਈ ਆਦਮੀ ਜੇ ਜ਼ਿਆਦਾ ਭਲਾ ਕੋਈ, ਇਹ ਵਾਰ ਵਾਰ ਹੀ ਧੋਣਾ, ਇਹਨੂੰ ਸਾਰੀ ਜ਼ਿੰਦਗੀ ਧੋਂਦੇ ਰਹਿਣਾ, ਅਪਰੰਪਰਾ, ਮਨ ਨੂੰ ਧੋਣ 'ਤੇ ਨਹੀਂ ਹਟਣਾ ਲਗਾਤਾਰ, ਮਨ ਨੂੰ ਇਹਦੇ 'ਚੋਂ ਬਾਹਰ ਨਿਕਲਣਾ ਨਹੀਂ ਦੇਣਾ ਸਰੋਵਰ 'ਚੋਂ, ਅਪਰੰਪਰਾ। ਜਿੰਨਾ ਚਿਰ ਜ਼ਿੰਦਗੀ ਹੈ ਆਹ, ਉਨਾ ਚਿਰ ਮਨ ਇਹਤੋਂ ਬਾਹਰ ਨਿਕਲੀ ਨਾ, ਲਗਾਤਾਰ ਇਹਦਾ ਵਿੱਚੇ ਹੀ ਇਸ਼ਨਾਨ ਕਰਨਾ, ਇਹ ਬਾਹਰ ਨਾ ਆ ਜਾਵੇ। ਜਿਹੜਾ ਬਾਹਰ ਆ ਜਾਂਦਾ ਉਹ ਕੁੰਚਰ ਇਸ਼ਨਾਨ ਹੋ ਜਾਂਦਾ, ਜਿਹੜਾ ਬਾਹਰ ਆ ਜਾਂਦਾ ਨਾ, ਜਿਵੇਂ ਅਸੀਂ ਰਹਿਤ ਮਰਿਆਦਾ ਬਣਾਈ ਹੋਈ ਹੈ, ਉਹ ਤਾਂ ਜਿਉਂ ਕੁੰਚਰ ਇਸ਼ਨਾਨ, ਹਾਥੀ ਨੂੰ ਨਹਾ ਲਿਆ ਉਦੋਂ ਕੱਟਾ ਜ਼ਿਆਦਾ ਪਾ ਲਿਆ, ਸਵੇਰੇ ਗੁਰਦੁਆਰੇ ਮਾੜਾ ਮੋਟੀ ਗੱਲ ਸੁਣਿਆ, ਸਾਰਾ ਦਿਨ ਕੱਟਾ ਪਾਉਂਦਾ ਰਿਹਾ ਉੱਤੇ, ਸਾਰਾ ਦਿਨ ਮੈਲਾ ਹੀ ਹੁੰਦਾ, ਫਿਰ ਉਹ ਝੂਠ ਬੋਲਦਾ, ਲੋਭ ਬਦਲੇ, ਫਿਰ ਗੁਰਮਤਿ ਭੁੱਲ ਜਾਂਦਾ ਸਾਰਾ ਦਿਨ, ਜੇ 24 ਘੰਟੇ ਭੁੱਲਿਆ ਰਹਿੰਦਾ, ਘੰਟੇ ਘੰਟੇ ਵਾਸਤੇ 23-20 ਘੰਟੇ ਵੀ ਭੁੱਲਿਆ ਰਹਿੰਦਾ, 4 ਘੰਟੇ ਵੀ ਚਲੋ, 2 ਘੰਟੇ ਸੁਬਹਾ 2 ਘੰਟੇ ਸ਼ਾਮ ਵੀ ਹੋਈ, 20 ਘੰਟੇ 'ਚ ਘੱਟਾ ਬਹੁਤ ਮੰਨ ਲੈਂਦਾ ਹੈ, ਉੱਥੇ ਵੀ 2 ਘੰਟੇ ਜਦ ਬਹਿੰਦਾ ਉਹ ਧੋਂਦਾ ਉੱਥੇ ਵੀ ਨਹੀਂ ਹੈ,
ਉਹ ਵੀ ਕੁਛ ਹੋਰ ਹੀ ਕਰਦਾ ਹੈ। ਇਹ ਜਿਹੜਾ ਮਨ ਦਾ ਇਸ਼ਨਾਨ ਹੈ ਇਹ ਤਾਂ ਵਿੱਚ ਬਾੜ ਕੇ ਸਰੋਵਰ ਦੇ ਨੂੰ ਬਾਹਰ ਨਿਕਲਣ ਦੇਣਾ ਹੀ ਨਹੀਂ। ਅਪਰੰਪਰਾ ਲਗਾਤਾਰ ਮਲਦੇ ਹੀ ਰਹੋ ਇਹਨੂੰ। ਕਿਉਂ ਇਹ ਮੈਲਾ ਇੰਨਾ ਹੋਇਆ ਹੈ? ਜਨਮ ਜਨਮ ਕੀ ਇਸ ਮਨ ਕੋ ਆਹ ਮੈਲ ਕਿੰਨੀ ਕੁ ਹੈ, ਸਰੀਰ ਨੂੰ ਕਿੰਨੀ ਕੁ ਹੁੰਦੀ ਹੈ? ਮੈਲ ਵੀ ਬਹੁਤ ਲੱਗੀ ਹੋਈ ਹੈ, ਬਹੁਤ ਜਨਮਾਂ ਦੀ ਹੈ। ਸਾਡੇ ਕੋਲ ਟਾਈਮ ਬਹੁਤ ਥੋੜ੍ਹਾ ਧੋਣ ਵਾਸਤੇ। ਇਹ ਬਾਹਰ ਨਹੀਂ ਨਿਕਲਣ ਦੇਣਾ ਇਹਨੂੰ। ਜੇ ਬਾਹਰ ਨਿਕਲੇਗਾ ਫਿਰ ਤਾਂ ਉਹੀ ਗੱਲ ਹੋਗੀ, ਬਾਹਰ ਨਿਕਲਿਆ ਫਿਰ ਬਾਕੀ ਹੈ। ਲਗਾਤਾਰ ਇਹਨੂੰ ਧੋਂਦੇ ਹੀ ਰਹਿਣਾ ਹੈ ਇਹਨੂੰ। ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ। ਜਦੋਂ ਇਹਨੇ ਸ਼ਬਦ ਤੋਂ ਮਨ ਦੀ ਸੁਰਤ ਨੇ ਟੁੱਟਣਾ ਨਾ, ਕਦੇ ਟੁੱਟ ਜਾਵੇ, ਚਾਹੇ ਸਰੀਰ ਛੱਡਣ ਤੋਂ ਬਾਅਦ ਵੀ ਜੇ ਟੁੱਟ ਜਾਵੇ, ਖੁਆਰੀ ਜਦੇ ਸ਼ੁਰੂ ਹੋ ਜਾਣੀ ਹੈ। ਹਰ ਵਿਸਰਤ ਫਿਰ ਉਹਦੇ ਨਾਲ ਮੱਝਣ ਤੋਂ ਵਿਛੜਿਆ, ਰਖਵਾਰੀ ਸ਼ੁਰੂ ਹੋਈ। ਇਹ ਬੰਦ ਨਹੀਂ ਹੋ ਸਕਦਾ ਇਹਦਾ, ਹਾਂ ਗਿਆਨ ਨਾਲ ਮੇਲ ਇਹਦਾ ਬੰਦ ਹੋਇਆ, ਰਖਵਾਰੀ ਸ਼ੁਰੂ ਹੋਈ, ਜਦੇ ਕਲਪਨਾ ਸ਼ੁਰੂ ਹੋ ਜਾਣੀ, ਜਦੇ ਫਿਰ ਦਾਲ ਦਾਲ ਨੂੰ ਇੱਕ ਕਰਨ ਨੂੰ ਫਿਰ ਉਨਾ ਹੀ ਟਾਈਮ ਲੱਗਣਾ, ਪਤਾ ਨਹੀਂ ਕਿੰਨੇ ਜਨਮ ਲੱਗੇ ਨੇ। ਦੁਬਾਰਾ ਇੱਕ ਹੋਏ ਤੇ ਬਾਅਦ ਇਹਨੂੰ ਦੋ ਹੋਣ ਦੇਣਾ ਹੀ ਨਹੀਂ। ਜੇ ਦੋ ਹੋ ਗਿਆ ਇੱਕ ਵਾਰ, ਅੱਗੇ ਵੀ ਇੱਕ ਵਾਰ ਹੋਇਆ, ਤੁੜਨਦਿਆਂ ਇੱਕ ਖਿਣ, ਫਿਰ ਟੁੱਟਣ ਇੱਕ ਛਿਣ ਜ ਜਾਣਾ ਮਨ ਨੇ, ਇਕੱਠਾ ਕਰਨ ਨੂੰ ਬਹੁਤ ਚਿਰ ਲੱਗਣਾ। ਇਹਨੂੰ ਇੱਕ ਕਰਨ ਨੂੰ ਤਾਂ 6 ਮਹੀਨੇ ਕਹਿੰਦੇ ਲੱਗਦੇ ਨੇ। ਜੇ 6 ਮਹੀਨੇ ਲਗਾਤਾਰ ਸੁਣੀ ਜਾਵੇ ਨਾ ਗੁਰੂ ਦੀ ਗੱਲ ਲਗਾਤਾਰ, ਤਾਂ 6 ਮਹੀਨੇ 'ਚ ਮਸਾਂ ਸ਼ਾਇਦ ਮਨ ਮੰਨੇ। ਕਟਾਉਂਦੇ ਆ 6 ਮਹਾਂ 6 ਮਹਾਂ 6 ਮਹੀਨੇ 'ਚ ਪਿਆ ਇੱਕ ਮਨ ਇੱਕ ਚਿੱਤ ਹੋ ਜਾਵੇ, ਮੰਨ ਜਾਵੇ ਇਹ ਲਗਾਤਾਰ, ਜੇ 6 ਮਹੀਨੇ 24 ਘੰਟੇ ਬੈਠਾ ਸੁਣੀ ਜਾਵੇ। ਪਰ ਇਹਨੇ ਟੁੱਟ ਕੇ ਛਿਣ ਜੀ ਜਾਣਾ, ਸਾਰੀ ਕੀ ਕਰੀ ਕਤਰੀ ਐਵੇਂ ਚਲੀ। ਹਰ ਵਿਸਰਤ ਸਦਾ ਹਰੀ, ਇਸ ਕਰਕੇ ਇਹਦਾ ਮੰਜਨ ਇੱਕ ਵਾਰ ਜਦ ਕਾਬੂ ਆ ਗਿਆ ਹੈ ਫਿਰ ਨਹੀਂ ਇਹਨੂੰ ਨਿਕਲਣ ਦੇਣਾ। ਫਿਰ ਉਹ ਧਾਰ ਦੇ ਥੱਲੇ ਹੀ ਰੱਖਣਾ ਇਹਨੂੰ। ਗੁਰਦੇਵ ਕਰਤਾ ਸਭ ਪਾਪ ਹਰਤਾ। ਗੁਰਦੇਵ ਕਰਤਾ, ਗੁਰਦੇਵ ਕਰਤਾ ਜਿਹਨੂੰ ਕਰਤਾ ਪੁਰਖ ਕਹਿੰਦੇ ਹਨ, ਗੁਰਦੇਵ ਹੈ। ਕਿਉਂਕਿ ਇੱਕ ਜਿਹੜਾ ਲਫ਼ਜ਼ ਹੈ ਇੱਕ ਆਇਆ ਹੋਇਆ ਗੁਰਬਾਣੀ 'ਚ, ਉਹ ਚੇਤਾਰ ਮਨ ਵਾਸਤੇ ਆਇਆ, ਉਹ 'ਚ ਕਰਤਾ ਪੁਰਖ ਹੈ ਜਿਹੜਾ, ਉਹ ਗੁਰਦੇਵ ਵਾਸਤੇ ਆਇਆ ਹੈ, ਅੰਦਰਲੇ ਵਾਸਤੇ। ਗੁਰਦੇਵ ਕਰਤਾ ਸਭ ਪਾਪ ਹਰਤਾ, ਸਭ ਪਾਪ ਹਰਤਾ, ਸਾਰੇ ਪਾਪ ਮਨ ਦੇ ਹਰਨ ਵਾਲਾ, ਮਨ ਦੇ ਪਾਪ ਗੁਰਦੇਵ ਨੇ ਹਰਨ ਕਰਨੇ ਨੇ। ਕੁਛ ਉਹਨੇ ਆਪਣੀ ਬੁੱਧੀ ਨਾਲ ਹਰਨ ਕਰਨੇ ਨੇ, ਜਿਹੜਾ ਉਹਦੀ ਬੁੱਧੀ ਤੋਂ ਬਾਹਰ ਹੈ ਉਹ ਪਰਮੇਸ਼ਰ, ਤਾਂ ਕਿ ਗੁਰ ਪਰਮੇਸ਼ਰ ਨਾਲ ਜੁੜ ਜਾਂਦਾ ਨਾ ਫਿਰ। ਆ ਲਾਈਨ ਸਾਡੀ ਚਾਹੇ ਜਿਹੜੀ ਬਿਜਲੀ ਇੱਥੋਂ ਹੀ ਆਉਂਦੀ ਹੈ, ਪਰ ਇਹ ਵੀ ਮੇਨ ਉੱਥੋਂ ਹੀ ਪਿੱਛੋਂ ਹੀ ਆਉਂਦੀ ਹੈ। ਜੇ ਲੋਡ ਵੱਧਦਾ ਹੈ ਤਾਂ ਲੋਡ ਹੁਣ ਪਿੱਛੋਂ ਸਪਲਾਈ ਤਾਂ ਬੜੀ ਲਾਈਨ 'ਚੋਂ ਹੀ ਮਿਲਣੀ ਹੈ ਇਹਨੂੰ। ਜੋ ਚਿੱਤ ਕੋਲ ਗੱਲ ਹੈ ਨਹੀਂ ਉਹ ਪਿੱਛੋਂ ਲੈ ਲੈਂਦਾ, ਜੋ ਮੰਗੇ ਠਾਕਰ ਆਪਣੇ ਤੋਂ ਸੋਈ ਸੋਈ ਦੇਵੇ, ਆਪਣੇ ਕੋਲੋਂ ਕੁਛ ਨਹੀਂ ਕਹਿੰਦਾ ਉਹ ਬੁਲਾਇਆ ਹੀ ਬੋਲਦਾ। ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਜਿਹੜਾ ਹੈ ਪਤਿਤਾਂ ਨੂੰ ਪਵਿੱਤ ਕਰਨ ਵਾਲਾ, ਸਿਰਫ ਇੱਕ ਸੰਸਾਰ 'ਚ ਇਹ ਪਤਿਤ ਪਾਵਨ ਸੀਤਾ ਰਾਮ ਕਹਿੰਦੇ ਨੇ, ਗੁਰਦੇਵ ਹੀ ਸੀਤਾ ਰਾਮ ਹੈ। ਸੀਤਾ ਸੁਭਾਅ ਸੀਤਲ ਸੁਭਾਅ ਵਾਲਾ ਹਿਵਾ ਘਰ, ਗੁਰ ਹਿਵਾ ਘਰ ਨਹੀਂ ਕਿਹਾ, ਸੀਤਾ ਦਾ ਮਤਲਬ ਜਿਹਦਾ ਠੰਡਾ ਸੁਭਾਅ ਹੈ, ਸੀਤਲ ਸੁਭਾਅ। ਰਾਮ ਦਾ ਸੁਭਾਅ ਸੀਤਲ ਇੱਕ ਹੀ ਹੈ, ਸੀਤਾ ਰਾਮ ਦੋ ਨਹੀਂ ਹਨ। ਬੁੱਧੀ ਕਰਕੇ
शीतल है, ज्ञान करके राम उहदे ज्ञान नाल चैन मिलता है, सुख मिलता है, आराम मिलता है। गुरदेव आद जगाद जुग जुग, गुरदेव आद जगाद जुग जुग, आद तो लैके गुरदेव है नाल, जब तो सृष्टि पैदा हुई है जब तो ये जीव है गुरदेव नाले है। सतगुर मेरा गुर मेरा संग सदा है नाले, नाले। सदा ही नाले जुग, जदो तो ये धुर तो ये नाले ही है रहा। ये सारिया जूना ऐसे ने लैके आए थे तई थोड़े बना लग गया गुरु बाहर, जिन्हें ठगा गुरु बना फसी जाते। जे हम अंदर अंतर आत्मा ना जुड़ूगा तो सौखा लंघ जूगा पौड़ी, अंतर आत्मा नाले जुड़ के रहे अपनी ना। जो अंतर आत्मा गल नहीं मानती ना वो ना सुने, किसी की भी ना सुने। जे किसी की सुनता भी है अंतर आत्मा ने जुड़ के सुने गल, जे अंतर आत्मा ठीक लगती है तो गल मने, मन जबरदस्ती ना मनावे। अंतर आत्मा तो मनती नहीं उहदी गल, वो कहते क्योंकि गुरु है यदि गल मन लै तू। अंतरात्मा शंका करती है ये, कहते गुरु से शंका नहीं करी दी, क्योंकि गुरु से शंका क्यों पैदा होती है? कौन करता? गुरुदेव करता शंका, इन्हू दसदा भी झूठा गुर है, पर वो लालच दे रहा, वो लालच दे रहा मन लोभी है। असल च लोभ जिहड़ा है गुरुआं को फसाउंदा है, मन लोभी है उहदे मतलब की गल है। अंदरों शंका करता है, अंदर आले दी नहीं सुनता है। करजा चक के घर गहने करके लिया के पैसे देते तीन गुणे बना दे, लोभ जो सी हुण पिटदे ने। लोभ ने अंदरला शंका भी सी, डरदा भी सी भी कदे ऐ ना हो जावे, फिर भी देते। ये लोभी इदा ही फसते ने, ये जेडे गुरु होंगे ने ठगे, इन्हों पता होंगे कि कमजोरी जानते हैं, आदमी की कमजोरी जानते हैं, वो जी कमजोरी है उत्थे नस दबते हैं भाई, लोह वाली नस। बस लोह वाली नस तो बड़ी छेती काबू आते हैं लोग, वो बेरहम ने लोग, उन्होंने की लैं। बहुत सारे लोग मर गए होने ने हार्ट अटैक होके, बहुत सारे ने काम खराब हो गए ने, पर उन्होंने की लगे इस गलती? वो तो गुरु ने ना, उन्होंने तो देवी खुश हुई है ना, किड्डे धार्मिक लोग ने, तो लोग इन्ना करता लोग ने। जब बूर आ जाता ना पानी से, फिर पानी नहीं देता थले, लोग पैदा होता थले। जो ज्ञान है ना गुर सतगुर, पानी है अमृत सरोवर है थले, विचारे की आ गया बूर लोभ। लोभ बड़ा है मरदा ज्यो पानी ते बूर, थले ना कनेक्शन तोड़ दें लोभ, बूर ही दींदा लोभ ही दींदा। गुरदेव आद जगाद जुग जुग, गुरदेव मंत्र हर जप उधरा, गुरुदेव आज जुगा जुग जुग, आज जुगाद तो लैके है जदि सृष्टि पैदा हुई है जदा ही है। जुगाद होंगे जुग दे आरंभ च, जुगाद जदों संसार समा युग समय नूं कहिंदे ने, असल च युग दा अर्थ समा होंगे और कुछ नहीं है, काल दा अर्थ समा होंगे, मुगल काल फलाना काल कहने ना, पर युग भी कह देंगे ने, युग बीत गए समा बहुत बीत गया, युगदार्थ समय बस और कुछ नहीं। जब चार पहर होंगे ने दिन दे, असी पढ़ने हुए ने सवेर का पहर है रात, इवें रात दे चार पहर बना ले, वो तो असी बना ले, इवें इन्होंने चार युग बना ले। असी होर तरीके ना गुरमत ने होर तरीके ना बनाए ने, इन्होंने होर तरीके ना बनाए ने। गुरमुखा ने बनाए ने जो दे लैवल ते युग,
ਵੀ ਜੋਤ ਕਿਹੜੇ ਕਿਹੜੇ ਤਰ੍ਹਾਂ 'ਚ ਕਿਹੜੇ ਕਿਹੜੇ ਏਰੀਏ 'ਚ ਕਿੰਨਾ ਕਿੰਨਾ ਚਿਰ ਰਹਿੰਦੀ ਹੈ, ਸਰੀਰ 'ਚ ਕਿੰਨਾ ਚਿਰ ਰਹਿੰਦੀ ਹੈ ਕਲਯੁੱਗ ਹੈ, ਸਰੀਰ ਤੋਂ ਬਿਨਾਂ ਗਰਭ 'ਚ ਕਿੰਨਾ ਚਿਰ ਰਹਿੰਦੀ ਹੈ ਉਦੋਂ ਉੱਪਰ ਹੈ, ਜਿੰਨਾ ਚਿਰ ਦਾਣੇ ਦੇ ਵਿੱਚ ਜੀਵ ਹੈ ਉਹਨਾਂ ਚਿਰ ਗਰਭ 'ਚ, ਜਿੱਥੇ ਦਾਣੇ ਅੰਨ ਕੇ ਹੁਣ ਜੀ ਤਾਂ ਹੈਗਾ ਦਾਣੇ ਦੇ ਵਿੱਚ, ਸਾਹ ਤਾਂ ਉੱਥੇ ਆਉਂਦਾ ਨਹੀਂ, ਭਾਵ ਹੈ ਦੇਖੋ ਸਾਹ ਆਉਂਦਾ ਜੀ ਹੈਗਾ ਉੱਥੇ, ਜੀ ਨੂੰ ਸਾਸ ਦੀ ਕੋਈ ਲੋੜ ਨਹੀਂ ਹੈ ਜਿਉਂਦਾ ਰਹਿਣ ਵਾਸਤੇ, ਪੇੜ ਨੂੰ ਸਾਸ ਦੀ ਲੋੜ ਹੈ ਜਿਉਂਦਾ ਰਹਿਣ ਵਾਸਤੇ, ਇਵੇਂ ਸਾਡੇ ਸਰੀਰ ਨੂੰ ਜੋ ਲੋੜ ਹੈ ਸਾਹ ਦੀ, ਨਾ ਕਿ ਆਤਮਾ ਨੂੰ ਲੋੜ ਹੈ ਸਾਹ ਦੀ, ਆਤਮਾ ਨੂੰ ਕੋਈ ਲੋੜ ਨਹੀਂ ਸਾਹ ਦੀ, ਆਤਮਾ ਨੂੰ ਤਾਂ ਸਾਹ ਰੱਖੀ ਮਤਲਬ ਆ ਉਹ ਸਾਹ ਮਾਇਆ, ਆਤਮਾ ਦੀ ਖੁਰਾਕ ਮਾਇਆ ਹੀ ਨਹੀਂ, ਜੇ ਹਵਾ ਨਾ ਲੱਗੇ ਪੌਦੇ ਛੋਟੇ ਨੇ ਤੁਸੀਂ ਉਹਨੂੰ ਢੱਕ ਦਿਓ ਹਵਾ ਨਾ ਦਿਓ ਬਾਹਰ ਦੀ, ਖਤਮ ਹੋ ਜਾਊਗਾ, ਸਰੀਰ ਨੂੰ ਲੋੜ ਪੇੜ ਦੇ ਪੌਦੇ ਨੂੰ ਹਵਾ ਚਾਹੀਦੀ ਹੈ, ਉਹ ਖੁਰਾਕ ਹੈ ਹਵਾ ਦੇ ਵਿੱਚ ਉਹਨੇ ਲੈਣੀ, ਆਤਮਾ ਦੀ ਕੋਈ ਖੁਰਾਕ ਨਹੀਂ, ਆਤਮਾ ਨਾਲ ਕੀ ਸੰਬੰਧ ਹੈ ਇਹਦਾ, ਇਹੀ ਜੋਗੀਆਂ ਨੂੰ ਭੁਲੇਖਾ, ਇਹੀ ਇਹੀ ਸਿੱਖਾਂ ਨੂੰ ਭੁਲੇਖਾ, ਸ਼ਾਇਦ ਡਾਕਟਰਾਂ ਨੂੰ ਵੀ ਭੁਲੇਖਾ ਹੋਵੇ, ਆਤਮਾ ਬਾਰੇ ਗਿਆਨ ਨਹੀਂ ਹੈ ਲੋਕਾਂ, ਜਿੱਥੇ ਦਾਣੇ ਅੰਨ ਕੇ ਜੀਵ ਆ ਜਾਣਾ ਕੋਈ, ਹੁਣ ਦਾਣੇ ਨੂੰ ਸਾਹ ਆਉਂਦਾ ਚਾਹੇ 10 ਸਾਲ ਰੱਖ ਪਿਆ, ਦਾਣਾ ਕਾਸੇ ਦਾ ਵੀ ਹੋਵੇ ਚਾਹੇ ਬੀਜ ਕਾਸੇ ਦਾ ਵੀ ਹੋਵੇ, ਇਹਨੂੰ ਜਿਣਸ ਕਹਿੰਦੇ ਨੇ, ਜਿਣਸ ਰੰਗੀ ਰੰਗੀ ਭਾਂਤੀ ਜਿਣਸੀ, ਰੰਗੀ ਰੰਗੀ ਭਾਂਤੀ ਜਿਣਸੀ, ਜਿਣਸਾਂ ਵਿੱਚ ਇਹ ਜਿਣਸ ਹੁੰਦੀ ਹੈ ਫਸਲ ਜਿਹਨੂੰ ਆਪਾਂ ਕਹਿੰਦੇ, ਆਪਾਂ ਕਹਿੰਦੇ ਜਿਣਸ ਵੇਚਿਆ, ਇਹ ਜਿਣਸ ਲਾਵੇ ਜਿਣਸੀ ਨਹੀਂ ਹੈ, ਜਿਹੜੇ ਪੇੜ ਪੌਦੇ ਨੇ ਜਿਣਸ ਤੋਂ ਪੈਦਾ ਹੁੰਦੇ, ਉਤਪੁਜ ਜਿਹਨੀ ਖਾਣੀ ਹੈ ਨਾ ਉਤਪੁਜ ਖਾਣੀ, ਇਹ ਜਿਣਸ ਤੋਂ ਪੈਦਾ ਹੁੰਦੀ, ਇਹਨੂੰ ਜਿਣਸ ਕਹਿੰਦੇ ਨੇ, ਸ਼ਾਇਦ ਜਿਣਸ ਨੂੰ ਇਹ ਜੀਨਸ ਕਹਿੰਦੇ ਹੁਣ, ਇਹ ਪਰ ਜੀਨਸ ਤਾਂ ਮੈਟਰ ਹੈ, ਉਹ ਵੀ ਮੈਟਰ ਹੈ, ਗਿੜਕ ਹੈ ਗੁੱਠੜੀ ਹੈ ਸਭ ਦੇ ਵਿੱਚ ਜੀਵ ਹੈ, ਜੇ ਜੀ ਹੋਏ ਤਾਂ ਉਗਮ ਹੈ, ਕਿਸੇ ਨੂੰ ਸੇਕ ਲੱਗ ਜਾਵੇ ਦਾਣੇ ਨੂੰ ਜੀਵ ਨਾ ਰਹੇ ਉਹਦੇ 'ਚ ਉਗਦਾ ਨਹੀਂ ਹੈਗਾ, ਉਬਾਲ ਦੀਏ ਥੋੜ੍ਹਾ ਬਹੁਤਾ ਅੱਧ ਵਿਚਾਲਾ ਜਿਹਾ ਕਰਕੇ ਉਗਦਾ ਨਹੀਂ ਦਾਣੇ, ਖਾਸ ਹੀਟ ਤੋਂ ਬਾਅਦ ਫਿਰ ਉੱਗਦੇ ਨਹੀਂ ਹੁੰਦੇ ਦਾਣੇ, ਜੰਮਦੇ ਨਹੀਂ ਹੁੰਦੇ, ਜੀ ਨਹੀਂ ਰਹਿੰਦਾ, ਉਹ ਜਿਹੜਾ ਹੈ ਇਹਨਾਂ ਨੇ ਜਿਹੜਾ ਗਿਣਿਆ ਉਹ ਗਰਭ ਦੇ ਵਿੱਚ ਜੀਵਨ ਗਿਣਿਆ, ਦੁਆਪਰ ਦਾ ਜੀਵਨ ਗਿਣਿਆ ਹੋਇਆ ਦਾਣਿਆਂ ਦੇ ਵਿੱਚ, ਜਿਹੜਾ ਜੀਵ ਹੈ ਨਾ ਉਹ ਗਰਭ ਦੁਆਪਰ ਦਾ ਜੀਵਨ ਹੈ, ਜਾਂ ਕੈਲਕੂਲੇਸ਼ਨ ਕੀਤਾ ਨਾ ਰਿਸ਼ੀਆਂ ਮੁਨੀਆਂ ਨੇ ਦੁਆਪਰ 'ਚ ਕਰ ਲਿਆ ਕੈਲਕੂਲੇਸ਼ਨ, ਮੇਰੇ ਕਹਿਣ ਦਾ ਮਤਲਬ ਇਹ ਸੀ, ਆਹ ਆਪਣੇ ਗੁਰਬਾਣੀ 'ਚ ਨਹੀਂ ਇਹ ਗੱਲ ਆਈ, ਵੈਸੇ ਉਹ ਫਸ ਗਏ ਜੇ ਉਹਨਾਂ ਨੇ ਇੱਧਰ ਨੂੰ ਚਲੇ ਗਏ ਫਸੇ ਹੀ ਨੇ, ਉਹ ਇਹ ਚੈਪਟਰ ਖੋਲ੍ਹਿਆ ਨਹੀਂ ਗੁਰਬਾਣੀ ਨੂੰ, ਕੈਲਕੂਲੇਸ਼ਨ 'ਚ ਪੈ ਗਏ ਆਹ ਗੱਲ 'ਚ ਭੁੱਲ ਗਈ ਸਾਰੀ, ਰਿਸ਼ੀ ਮੁਨੀ ਇਹੋ ਜਿਹੇ ਉਲਟੇ ਪੁਲਟੇ ਜਿਹੇ ਕੈਲਕੂਲੇਸ਼ਨ ਤਾਂ ਬਹੁਤ ਕਰੀ ਗਏ ਨੇ, ਅਸਲੀ ਗੱਲ ਨਹੀਂ ਕੀਤੀ, ਗੁਰਬਾਣੀ ਨੇ ਛੱਡੇ ਦਿੱਤੇ ਕੈਲਕੂਲੇਸ਼ਨ ਸਾਰੇ, ਉਹਨੇ ਕਿਹਾ ਲੇਖਾ ਛਾੜ ਲੇਖੇ ਛੁੱਟ, ਉਹ ਲੇਖਾ ਕਿੰਨੇ ਜਨਮ ਕੀ ਕਿੰਨੇ ਉਹ ਸਭ ਲੇਖਾ ਸੀ, ਉਧਰ ਦੁਆਪਰ ਦੀ ਆਯੂ ਕਿੰਨੀ ਹੈ, ਕਲਯੁਗ ਦੀ ਆਯੂ ਕਿੰਨੀ ਹੈ, ਸਾਜੂ ਉਹਦੀ ਆਯੂ ਦਾ ਲੇਖਾ ਨਾ, ਉਹ ਲੇਖੇ ਤੋਂ ਤੁਹਾਨੂੰ ਪਾਸੇ ਪਾਸੇ ਦੀ ਸਾਈਡ 'ਤੇ ਦੀ ਲਿਆਂਦਾ ਕੱਢ ਕੇ ਸਰੋਵਰ 'ਚੋਂ ਕੰਢੇ ਕੰਢੇ ਦੀ ਲਿਆਂਦਾ, ਵੀ ਇਹ ਦਲ ਦਲ 'ਚ ਨਾ ਵੜ ਜਾਓ, ਇਹ ਦਲ ਦਲ ਸੀ ਜਿਹੜਾ ਅੱਜ ਵੜ ਗਿਆ ਨਿਕਲਿਆ ਨਹੀਂ ਬੱਲੇ ਪਾਸੇ, ਉਹ ਦਲ ਦਲ ਤੋਂ ਵਾਰ ਵਾਰ ਦੀ ਲਿਆਉਂਦਾ, ਇਹ ਦਲ ਦਲ ਦਾ ਇਲਾਕਾ ਸੀ, ਜਾਣ ਕੇ ਨਹੀਂ ਇਹ 'ਚ ਵੜੇ, ਇੱਕੋ ਪੰਕਤੀ ਕਹਿਤੀ ਹੋਰ ਵੀ ਪੰਕਤੀਆਂ ਨੇ, ਲੇਖਾ ਛਾੜ ਲੇਖਾ ਛੁੱਟ, ਲੇਖੇ ਤੋਂ ਪਰੇ ਹੋ ਜਾਓ ਤੁਸੀਂ, ਗਣਤੀ ਗਣੀਆਂ ਛੁੱਟ ਗਿਆ, ਇਸ ਕਰਕੇ ਉਹ ਰਿਸ਼ੀ ਮੁਨੀ ਵਾਲੇ ਉਹਦੇ 'ਚ ਵੜ ਨਹੀਂ ਦਿੱਤਾ ਹੋਇਆ ਤੁਹਾਨੂੰ, ਸਿੱਧਾ ਡਾ ਇੱਕੋ ਹੀ ਸਬਜੈਕਟ ਸਾਡਾ, ਜਿਹੜਾ ਸਬਜੈਕਟ ਸੀ ਇਹ ਕੀ ਹੈ, ਇਹ ਆਤਮ ਗਿਆਨ ਦਾ ਸਬਜੈਕਟ ਹੈ, ਬਸ ਇਹੀ ਰੱਖੇ,
ਉੱਧਰ ਵਾਰਨਿੰਗ ਦਿੱਤੀ ਹੋਈ ਆ ਵੀ ਇੱਧਰ ਉਹਨੇ ਚਲੇ ਆ, ਜਿਹੜੇ ਦੂਜੇ ਨੇ ਉੱਧਰ ਉਹਨਾਂ ਵਾਸਤੇ ਵਾਰਨਿੰਗ ਦਿੱਤੀ ਹੋਈ ਵੀ ਆਪਾਂ ਨੂੰ ਸੁਣਨਾ ਹੀ ਨਹੀਂ ਹੈ। ਜਦੋਂ ਕਬੀਰ ਨੇ ਕੀ ਕਿਹਾ ਸੀ, ਗੱਗਾ ਗੁਰ ਕੇ ਬਚਨ ਦੂਜੀ ਬਾਤ ਨਾ ਧਾਰੀ, ਉਹ ਦੂਜੀ ਬਾਤ ਕਿਹੜੀ ਸੀ, ਆਪਣੇ ਵਿਸ਼ੇ ਤੋਂ, ਆਪਣੇ ਵਿਸ਼ੇ ਦੀ ਗੱਲ ਹੈ ਪਹਿਲੀ ਗੱਲ, ਇੱਕ ਗੱਲ ਨਾਨਕ ਲਿਖ ਹੈ ਇੱਕ ਗੱਲ, ਇਹ ਤੋਂ ਛੱਡ ਕੇ ਦੂਜੀ ਗੱਲ, ਦੂਜੀ ਗੱਲ ਮਾਇਆ ਦੀ ਗੱਲ ਹੈ, ਜਾਤ ਦੀ ਗੱਲ ਹੈ, ਪਹਿਲੀ ਗੱਲ ਜੋਤ ਦੀ ਗੱਲ, ਦੂਜੀ ਗੱਲ ਮਾਇਆ ਦੀ ਗੱਲ ਹੈ, ਮੈਟਰ ਦੀ ਗੱਲ ਹੈ, ਖੋਜ ਹੈ, ਪਹਿਲੀ ਗੱਲ ਹੈ ਆਤਮਾ ਦੀ ਖੋਜ। ਆਤਮਾ ਦੀ ਖੋਜ ਨੂੰ ਛੱਡ ਕੇ ਆਤਮ ਗਿਆਨ ਤੋਂ ਸਮਾਂ ਬਿਨਾਂ ਮੈਟਰ ਦਾ ਗਿਆਨ ਦਾ ਮੈਂ ਕੰਨੇ ਨਹੀਂ ਦਿੱਤਾ, ਸੁਣੀਓ ਨਹੀਂ। ਉਹ ਕਿਹਾ ਵੀ ਤੂੰ ਹੋਰ ਕਿਸੇ ਨਾਲ ਕਾਲੀ ਗੱਲ ਜਾ ਕੇ, ਮੇਰੇ ਕੋਲ ਟਾਈਮ ਨਹੀਂ। ਗੁਰਦੇਵ ਮੰਤ ਹਰ ਜਪ ਉਧਰ, ਉਹ ਕਹਿ ਗਏ ਗੱਲ ਪਰ ਸਾਨੂੰ ਪਤਾ ਨਹੀਂ ਗੱਲ ਕਿਉਂ ਕਹੀ ਹੈ। ਦੂਜੀ ਬਾਤ ਨਾ ਧਾਰੀ ਗੱਲ, ਕਬੀਰ ਤਾਂ ਕਹਿ ਗਿਆ, ਕਿਉਂ ਕਹਿ ਗਿਆ ਬਈ ਦੂਜੀ ਬਾਤ ਸੀ ਉਦੋਂ ਦੂਜੀ ਗੱਲ, ਹੁਣ ਵੀ ਹੈਗੀ ਹੈ ਦੂਜੀ ਗੱਲ। ਸਿਮਰਤ ਸ਼ਾਸਤਰ ਦੂਜੀ ਗੱਲ ਹੈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਪੁੰਨ ਪਾਪ ਦੇ ਵਿਚਾਰ ਦੂਜੀ ਗੱਲ ਹੈ, ਸਿੱਖ ਪੁੰਨ ਪਾਪ ਦੇ ਵਿਚਾਰ 'ਚ ਪਏ ਹੋਏ ਨੇ, ਹੁਣ ਦੂਜੀ ਗੱਲ 'ਚ ਪੈ ਗਏ, ਪਹਿਲੀ ਰਹਿ ਗਈ। ਜਿਹੜਾ ਦੂਜੀ ਗੱਲ 'ਚ ਪੈ ਜੂ ਪਹਿਲੀ ਰਹਿ ਜਾਣੀ ਹੈ, ਉਹ ਵਾਰਨਿੰਗ ਦਾ ਪਤਾ ਨਹੀਂ ਲੱਗਿਆ ਵਾਰਨਿੰਗ ਸੀ। ਜਿਹਨੇ ਤਾਂ ਉਹਨੂੰ ਵਾਰਨਿੰਗ ਸਮਝਿਆ ਕਬੀਰ ਦੀ ਗੱਲ ਨੂੰ, ਇਹ ਵਾਰਨਿੰਗ ਕਿਹੜੀ ਗੱਲ ਦੀ ਹੈ, ਗੱਗਾ ਗੁਰਕੇ ਬਚਨ ਪਛਾਣਾ ਤਾਂ ਸਮਝ 'ਚ ਆਉਂਦੀ ਹੈ ਗੱਲ, ਕਿਉਂਕਿ ਗੁਰਕੇ ਬਚਨ ਉਹਦੇ ਕੋਲ ਵੀ ਸੀ, ਸਾਡੇ ਕੋਲ ਵੀ ਨੇ, ਅਸੀਂ ਕਿਉਂ ਨਹੀਂ ਪਛਾਣਿਆ, ਅਸੀਂ ਤਾਂ ਨਹੀਂ ਪਛਾਣਿਆ, ਅਸੀਂ ਦੂਜੀ ਬਾਤ ਕੰਨ ਧਰ ਕੇ ਸੁਣ ਲਈ, ਉਹਨੇ ਤਾਂ ਪਛਾਣ ਲਿਆ, ਉਹਨੇ ਸੁਣੀ ਨਹੀਂ ਸੀ। ਜਿਹੜਾ ਗੁਰਬਾਣੀ ਤੋਂ ਬਿਨਾਂ ਹੋਰ ਕਿਸੇ ਚੀਜ਼ 'ਤੇ ਭਰੋਸਾ ਨਹੀਂ ਕਰੂਗਾ, ਨਹੀਂ ਸੁਣੂਗਾ, ਉਹ ਹੁਣ ਵੀ ਪਛਾਣ ਲੂਗਾ, ਅੱਗੇ ਨੂੰ ਵੀ ਪਛਾਣ ਲੂਗਾ। ਉਹਨਾਂ ਨੇ ਹੀ ਪਛਾਣਿਆ, ਉਹੀ ਪਛਾਣਨਗੇ। ਜਿਹੜਾ ਇਤਿਹਾਸ ਨਾਲ ਜੁੜੂਗਾ ਉਹ ਪਛਾਣ ਹੀ ਨਹੀਂ ਸਕਦਾ, ਉਹ ਨਹੀਂ ਪਛਾਣ ਸਕਦਾ, ਬਿਲਕੁਲ ਨਹੀਂ ਪਛਾਣ ਸਕਦਾ। ਗੁਰਬਾਣੀ ਨੂੰ ਛੱਡ ਕੇ ਸਭ ਦੂਜੀ ਗੱਲ, ਇਤਿਹਾਸ ਵੀ ਦੂਜੀ ਗੱਲ ਹੈ। ਉਹ ਵਾਰਨਿੰਗ ਜਿਹੜੀ ਸੀ, ਬਹੁਤ ਹੀ ਇੰਪੋਰਟੈਂਟ ਗੱਲਾਂ ਨੇ ਇਹਦੇ 'ਚ ਲਿਖੀਆਂ ਹੋਈਆਂ। ਵਾਰਨਿੰਗ ਹੈ, ਤੁਸੀਂ ਵਾਰਨਿੰਗ ਨਹੀਂ ਮੰਨੀ, ਵਾਰਨਿੰਗ ਹੈ ਮਿਲਟਰੀ ਏਰੀਆ 'ਚ ਅੱਗੇ ਨਹੀਂ ਜਾਣਾ, ਵਾਰਨਿੰਗ ਹੈ ਵੀ ਅੱਗੇ ਤੁਸੀਂ ਬਾਰਡਰ ਨਹੀਂ ਟੱਪਣਾ, ਟੱਪ ਕੇ ਅਗਲਿਆਂ ਨੇ ਗ੍ਰਿਫਤਾਰ ਕਰ ਲੈਣ, ਚਾਹੇ ਗੋਲੀ ਮਾਰ ਦੇਣ, ਉਹਨਾਂ ਦੀ ਮਰਜ਼ੀ ਹੈ। ਵਾਰਨਿੰਗਾਂ ਬਹੁਤ ਨੇ ਗੁਰਬਾਣੀ 'ਚ, ਵਾਰਨਿੰਗਾਂ ਦਾ ਧਿਆਨ ਹੀ ਨਹੀਂ ਦਿੱਤਾ, ਪਤਾ ਹੀ ਨਹੀਂ ਇਹਨਾਂ ਨੂੰ ਵਾਰਨਿੰਗਾਂ ਨੇ, ਪੜ੍ਹੀ ਜਾਂਦੇ ਨੇ ਤਾਂ ਗੱਡੇ ਲੱਦੇ ਪਏ ਨੇ। ਹਾਂਜੀ, ਗੁਰਦੇਵ ਮੰਤ ਹਰ ਜਪ ਉਧਰ, ਗੁਰਦੇਵ ਦਾ ਜਿਹੜਾ ਮੰਤਰ ਹੈ, ਗੁਰਦੇਵ ਦਾ ਜਿਹੜਾ ਉਪਦੇਸ਼ ਹੈ, ਉਪਦੇਸ਼ ਮੰਤਰ ਹੀ ਹੁੰਦਾ, ਹਰੀ ਜਪ ਉਧਰ, ਉਹ ਕੀ ਹੈ, ਹਰ ਜਾਪ ਹੈ, ਉਹ ਗੁਰਬਾਣੀ ਹਰ ਜਾਪ ਹੈ, ਜਾਪ ਦਾ ਮਤਲਬ ਜਾਣ, ਹਰ ਕੀ ਹੈ, ਜੋਤ ਕੀ ਹੈ, ਨਿਰਾਕਾਰ ਕੀ ਹੈ, ਇਹਦਾ ਗਿਆਨ ਹੈ, ਇਹਦੀ ਜਾਣਕਾਰੀ ਹੈ। ਜਪ ਦਾ ਮਤਲਬ ਜਾਣਕਾਰੀ, ਜਪ ਦਾ ਅਰਥ ਹੈ ਜਾਣਕਾਰੀ ਹੈ, ਜਿੱਥੋਂ ਜਾਣਕਾਰੀ ਮਿਲਦੀ ਹੈ ਉਹ ਧਰਮ ਹੈ, ਉਹ ਜਪ ਹੈ, ਜਿੱਥੋਂ ਜਾਣਕਾਰੀ ਕੋਈ ਨਹੀਂ ਮਿਲਦੀ ਜਪ ਕਦ ਹੈ, ਜੈ ਗਿਆਨ ਤੈ ਧਰਮ ਹੈ। ਗੁਰਬਾਣੀ 'ਚ ਗਿਆਨ ਭਰਿਆ ਪਿਆ, ਗਿਆਨ ਨੂੰ ਸਮਝਣਾ ਜਪ ਹੈ, ਰਿੜਕਣਾ ਬੁਲਾਉਣਾ, ਤਾਂ ਹੀ ਕਿਹਾ ਨਾ ਇਸ ਮਟਕੀ ਮੈਂ ਸ਼ਬਦ ਸੰਜੋਈ, ਹਲਕਾ ਬਲੋਬਣਾ ਬਲੋਬ ਮੇਰੇ ਭਾਈ, ਹਲਕਾ ਬਲੋਬਣਾ ਹੀ ਕਿਹਾ, ਹਰ ਕੀ ਹੈ ਇਹਨੂੰ ਰਿੜਕ ਕੇ ਸਮਝਣਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿੱਤ ਲੱਗ, ਹੇ ਪ੍ਰਭ, ਐਸੇ ਗੁਰਦੇਵ ਦੀ ਸੰਗਤ ਕਿਰਪਾ ਕਰਕੇ ਮੈਨੂੰ ਦੇ, ਮੈਨੂੰ ਮੇਲ, ਹਮ ਮੂੜ ਪਾਪੀ ਜਿੱਤ ਲੱਗ ਤਰਾ। ਹੁਣ ਕੌਣ ਕਹਿੰਦਾ ਹਮ ਮੂੜ ਪਾਪੀ, ਇਹ ਤਾਂ ਨਾਨਕ ਕਹਿੰਦਾ,
असल च जिन्ना चिर हम है ना जिते हम है वह मूड भी उन्ना चिर है अपने आप नहीं कह रहे हम कह रहे हम का मतलब है हमी हमी का दूआ अर्थ है हंकार बागी मान है जो बागी जिन्ना चिर बागी उन्ना चिर हम कहना जेता बागी जेता तो कहना हम फिर तो मूड भी है जे बदलता फिर की कहना हम तो फिर भी कहना फिर होर कुछ तरीके ना कहना हम सर दीन हम तो कहना पर नीवा हो गया हम सर दीन हम तो फिर भी है हम सर दीन दयाल ना तुम सर इदा मतलब हम है अहंकार है नहीं यह अहंकार रहता हम पांडा है अहंकार है नहीं पांडा तो है खाली हो गया मन है खाली करता सारा डोलता जो पहला ज्ञान से पहली मनो सारी डोलती हम है पर बदले हुआ हम नीमा हो गया हम पहला ऊंचा है हम जब हम ऊंचा है तो तू नीचा फिर तो आप गुरु है ना एको लाठी है दो सरे ने जे आम वाला सरा ऊंचा है दूआ गुरु वाला थले है सतगुर वाला थले है सतगुर अंदर है सुनता कहता है हे जे हम ऊंचा है जे तुरकुड़ी च मन बैठा है तो ये ना तो थले तो ऊंचा ही बैठे ना जे पुठा कर दिंदा है दुआ सरा उत्ते हो जाता हम सर दीन दयाल न तुम सर अब पतियार क्या कहते हम मैं यकीन हो गया भरोसा हो गया पत्याया गया मन मेरा मन गया मन हूँ दसो मैं की करा पतियार मैं भरोसा है तू भावे नरक न पे सुर के मिलूगा तू मरन कह अमर तेरी मौत का सुनेहा भी मेरे वास्ते अमरा पाता है असल तू मरन नहीं कहना अमर हो कहना तेरे मुंह निकलिया होया मौत का लफ्ज मेरे वास्ते अमरा पाता है भी यही गल गुरबाणी की मरण कबूल का मतलब मारना नहीं सी अमर करना सी क्योंकि मरे होते मैंने जमना नहीं दाना खत्म होते ही जमूगा ना पेड़ बनूगा दाना भी रह पेड़ भी बन जाए तो ये दो चीजा नहीं ना होनी बी दाने का ही पेड़ बनना जो बीजे अपने फिर दाना नहीं रहना है पेड़ बन जूगा बथेरे दाने पेड़ के पिछले निकले होने बस आई पे सी और मारना की मरिया की और मारिया नहीं कुछ बदले सरूप है बदले रूप बदलिया बीज रूप तो बिरछ बन गया छोटे तो बड़ा बन गया मराठ रूप करता छोटे रूप तो हम मूड पापी जित लगता हम मूड जब हम मूड कहता ना फिर दीन अपनी अकल थोड़ी मान ली ना मेरी मत थोड़ी राम मूड तो मतलब है मेरी मत थोड़ी तू समर्थ बड़ हम मूड पापी नानक कहने मेरी मत हुण भी थोड़ी है जो तू मरौना उही बोलदा मैं इस अवस्था च यह गल कही जा सकती है हम मूड अमूड कोई नम्रता की गल नहीं सच है जब मैं आपो बोलना जानता जे ये सच है जो तू बुलाओ तो नानक दास बोले जे सच है तो उन्होंने तो यही कहूंगा अमूड पापी जित लग कहूंगा सच ही है सच गल है गुरदेव सतगुर पार ब्रह्म परमेश्वर गुरदेव सतगुर है सदा रहने वाला है उसका ज्ञान सदा रहने वाला है तो पार ब्रह्म परमेश्वर भी सदा रहने वाला है असल च गुरदेव है जड़ा है बीर सी ना उही बिरछ बने वो जब बिरछ है पार ब्रह्म परमेश्वर है फिर
ਉਹ ਬਿਰਸ਼ ਦਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ। ਬਿਰਸ਼ ਰੂਪ ਹੈ, ਪਾਰ ਬ੍ਰਹਮ ਪਰਮੇਸ਼ਰ ਹੈ, ਬੀਜ ਰੂਪ ਹੈ ਸਤਿਗੁਰ, ਸਤਿਗੁਰ ਹੈ। ਇਹ ਤਾਂ ਜੰਮਣ ਦੀ ਉਹ ਗੱਲ ਹੈ, ਬਸ ਉੱਗਿਆ ਹੋਇਆ ਹੀ ਹੈ। ਇਹ ਪਾਰ ਬ੍ਰਹਮ ਪਰਮੇਸ਼ਰ ਵੀ ਇਹਨੂੰ ਕਹਿ ਸਕਦੇ ਹਾਂ, ਜੇ ਜਦ ਉੱਗਿਆ ਹੋਇਆ ਜਦੇ ਹੀ ਬੋਲ ਕੇ ਸੁਣਾਉਂਦਾ ਹੈ, ਜਦ ਇਹ ਬੋਲ ਕੇ ਸੁਣਾਉਂਦਾ ਹੈ, ਜਦ ਇਹ ਸਰੀਰ ਨਾਲ ਹੀ ਹੁੰਦਾ ਫਿਰ ਪਾਰ ਬ੍ਰਹਮ ਪਰਮੇਸ਼ਰ ਹੀ ਹੁੰਦਾ ਹੈ, ਲੀਨ ਹੁੰਦਾ ਸ਼ਬਦ ਵਿੱਚ, ਜਾਂ ਲੀਨ ਹੈ ਸੁਰਤ ਸ਼ਬਦ ਦੇ ਨਾਲ ਲੀਨ, ਫਿਰ ਉਹਦੇ ਨਾਲ ਹੀ ਜੁੜਿਆ ਹੋਇਆ, ਕਿਉਂਕਿ ਜੋ ਉਹਨੇ ਬੋਲਿਆ ਤਾਂ ਹੀ ਉਹਨੂੰ ਪਰਮੇਸ਼ਰ ਕਾ ਥਾਂ ਦਿੱਤਾ, ਖਰਾ ਨੂੰ ਕਹਿਤਾ ਨਾ। ਅਸਲ ਤਾਂ ਗੁਰਦੇਵ ਪਾਰ ਬ੍ਰਹਮ ਪਰਮੇਸ਼ਰ ਹੈ, ਐਂ ਕਹਿ ਲਓ, ਅਸਲ ਦਾ ਗਿਆਨ ਉਹਦਾ ਹੀ ਹੈ, ਮੇਰਾ ਤਾਂ ਗਿਆਨ ਹੈ ਨਹੀਂ ਨਾ, ਅਮੂਢ ਪਾਪੀ ਕਹਿਤਾ, ਚਾਹੇ ਮੈਂ ਬੋਲਦਾ ਹੈ ਤਾਂ ਗੱਲ ਪਰਮੇਸ਼ਰ ਦੀ ਹੋ, ਅਸਲ ਗੁਰਦੇਵ ਮੈਂ ਨਹੀਂ, ਪਾਰ ਬ੍ਰਹਮ ਪਰਮੇਸ਼ਰ ਹੈ, ਗੁਰਦੇਵ ਗਿਆਨ ਉਹ ਦੇ ਰਿਹਾ, ਮੇਰੇ ਥਰੂ ਦੇ ਰਿਹਾ, ਕੋਈ ਪਾਈਪ ਤਾਂ ਨਹੀਂ ਕੁਛ ਦਿੰਦਾ, ਪਾਣੀ ਆਉਂਦਾ ਕਿਤੋਂ, ਖਬਰ ਕਿੱਥੋਂ ਆਉਂਦਾ, ਪਾਈਪ ਤਾਂ ਦੱਬਿਆ ਹੋਇਆ, ਪਾਈਪ 'ਚ ਜੇ ਆਪਣੇ ਪਾਣੀ ਆ ਰਿਹਾ, ਪਾਣੀ ਦਾ ਕਿਤੋਂ ਹੋਰ ਆ ਰਿਹਾ, ਹੁਣ ਪਾਈਪ ਥੋੜ੍ਹੀ ਪਾਣੀ ਪੈਦਾ ਕਰਦਾ, ਮੈਨੂੰ ਤਾਂ ਇਹ ਸਮਝ ਲਓ ਮੈਂ ਤਾਂ ਪਾਈਪ ਹਾਂ, ਮੇਰੇ ਥਰੂ ਤੁਹਾਡੇ 'ਤੇ ਕੋਈ ਸਪਲਾਈ ਲੈਣ, ਸਪਲਾਈ ਲੈਣ ਮੈਂ ਤਾਂ ਪਿੱਛੋਂ ਜੋ ਪਾਉਂਦਾ ਇੱਥੇ ਨਿਕਲ ਆਉਂਦਾ, ਉਸ ਸੋਰਸ ਨੂੰ ਜਿੱਥੋਂ ਪਾਣੀ ਆ ਰਿਹਾ ਉਹ ਤੋਂ ਕਿਵੇਂ ਇਨਕਾਰੀ ਹੋ ਜਾਈਏ, ਤੋ ਵਾਕਈ ਪਾਣੀ ਆ ਰਿਹਾ ਉਹਦੇ ਨਾਲ ਇਨਕਾਰੀ ਕਿਵੇਂ ਹੋ ਜਾਈਏ। ਠੀਕ ਆ ਵੀ ਨਹਿਰ ਦਾ ਪਾਣੀ ਅਸੀਂ ਲਾਉਂਦੇ ਹਾਂ, ਪਰ ਉਹ ਨਹਿਰ ਕਿੱਥੋਂ ਆਉਂਦੀ ਹੈ, ਨਹਿਰ ਵੀ ਤਾਂ ਕਿਤੋਂ, ਜਿੱਥੋਂ ਨਹਿਰ ਦਾ ਪਾਣੀ ਸਪਲਾਈ ਹੋ ਰਿਹਾ ਅਸਲ ਸੋਰਸ ਤਾਂ ਉਹ ਹੈ, ਫਿਰ ਇਵੇਂ ਜਾਂਦੇ ਜਾਂਦੇ ਸਾਨੂੰ ਸਮੁੰਦਰ ਤੱਕ ਜਾਣਾ ਪਊਗਾ, ਚਲੋ ਇੱਥੇ ਅਸੀਂ ਭਾਖੜੇ 'ਚ ਕਹਿੰਦਾ ਵੀ ਪਾਣੀ ਆਉਂਦਾ ਸਾਡੇ ਨੇੜੇ ਭਾਖੜਾ, ਭਾਖੜੇ 'ਚ ਪਾਣੀ ਕਿੱਥੋਂ ਆਉਂਦਾ, ਜਾ ਕੇ ਇੱਥੇ ਵੀ ਗੱਲ ਸਮੁੰਦਰ 'ਤੇ ਟਿਕੂਗੀ ਸਾਡੀ ਵੀ, ਇੱਥੇ ਵੀ ਜਾ ਕੇ ਸਮੁੰਦਰ 'ਤੇ ਟਿਕੂਗੀ ਗੱਲ, ਸਮੁੰਦਰ 'ਤੇ ਟਿਕੂਗੀ ਗੱਲ, ਸੋਚ ਤਾਂ ਉਹੀ ਹੈ ਸਭ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਪਾਰ ਬ੍ਰਹਮ ਦੇ ਵਿੱਚ ਔਰ ਗੁਰਦੇਵ 'ਚ ਕੋਈ ਫਰਕ ਨਹੀਂ, ਕਿਉਂਕਿ ਉਹਦੇ ਵਿੱਚ ਲੀਨ ਹੈ, ਉਹ 'ਚ ਸਮਾਇਆ ਹੋਇਆ। ਨਾਨਕ ਹਰ ਨਮਸਕਾਰ, ਗੁਰਦੇਵ ਨਾਨਕ ਹਰ ਨਮਸਕਾਰ, ਕਿਉਂਕਿ ਗਿਆਨ ਤਾਂ ਉਹੀ ਦੇ ਰਿਹਾ ਜਿਹਦੇ ਥਰੂ ਦੇ ਰਿਹਾ, ਉਹਦੀ ਕੋਈ ਵੈਲਿਊ ਨਹੀਂ ਹੋਣੀ। ਹੁਣ ਗੁਰਦੇਵ ਪਾਰ ਬ੍ਰਹਮ ਪਰਮੇਸ਼ਰ ਨੂੰ ਕਹਿੰਦਾ, ਕਹਿੰਦੇ ਗੁਰਦੇਵ ਗਿਆਨ ਦੇਣ ਵਾਲਾ ਨਹੀਂ ਹੁੰਦਾ, ਅਸਲ 'ਚ ਇਹ ਕਹਿਣਾ ਚਾਹੁੰਦੇ ਮੈਂ ਗੁਰਦੇਵ ਨਹੀਂ ਹੈਗਾ ਜਿਹੜਾ ਦੇ ਰਿਹਾ, ਨਾਨਕ ਗੁਰਦੇਵ ਨਾਨਕ ਹਰ ਨਮਸਕਾਰ, ਨਾਨਕ ਦਾ ਗੁਰਦੇਵ ਨੂੰ ਨਮਸਕਾਰ ਕਰਦਾ, ਜਿੱਥੋਂ ਗਿਆਨ ਆਉਂਦਾ ਨਮਸਕਾਰ ਉਹਨੂੰ ਹੈ, ਜਿੱਥੋਂ ਸੋਰਸ ਹੈ ਜਿਹੜਾ ਜਿੱਥੋਂ ਪਿੱਛੋਂ ਆ ਰਿਹਾ ਮੈਂ ਉਹਨੂੰ ਨਮਸਕਾਰ ਕਰਦਾ, ਮੈਂ ਨਹੀਂ ਗੁਰਦੇਵ ਹੈਗਾ, ਮੈਂ ਤਾਂ ਖਾਲੀ ਪਾਈਪ ਹਾਂ। ਜਦੋਂ ਫੂਕ ਮਾਰਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਜੈਸੀ ਕੈਸੀ ਕੀ ਪਤਾ ਕੈਸੀ, ਜੈਸੀ ਜਾ ਲਫਜ ਕਰਤਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਜਿਹੋ ਜਿਹਾ ਪਾਣੀ ਆਉਂਦਾ ਸਪਲਾਈ ਕਹਾ ਕਰਤਾ, ਤੈਸਲਾ ਕਰੀ ਤੇ ਜਿਹੋ ਜਿਹਾ ਪਿੱਛੋਂ ਆਉਂਦਾ ਉਹ ਜਿਹਾ ਕਹਾ ਦੇ ਤਾ,